ਕਾਕਾ ਕੈਨੇਡਾ ਚੱਕੜਾ ਗਰੁੱਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਿੰਡ ਘਰਾਂਗਣੇ ਪਹੁੰਚੇ ਜੀ। ਸੰਤੋਖ ਸਿੰਘ ਨਿਹੰਗ ਦੇ ਨਾਂ ਨਾਲ ਜਾਣੇ ਜਾਂਦੇ ਆ ਖਿਡਾਰੀ, ਅਤੇ ਉਹਨਾਂ ਦੇ ਪਿੰਡ ਪਹੁੰਚੇ ਜੀ। ਆਓ ਉਹਨਾਂ ਨਾਲ ਕਰਦੇ ਹਾਂ ਆਪਾਂ ਗੱਲਬਾਤ। ਭਾਈ ਜੀ ਚਲੋ ਕਾਕਾ ਕੈਨੇਡਾ ਚੱਕੜਾ ਗਰੁੱਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਪਿੰਡ ਘਰਾਂਗਣੇ ਸਰਦਾਰ ਸੰਤੋਖ ਸਿੰਘ ਨਿਹੰਗ ਉਹਨਾਂ ਦੇ ਆਪਾਂ ਘਰ ਆਏ ਹਾਂ ਜੀ। ਹਾਂਜੀ ਫਤਿਹ ਬੁਲਾ ਦਿਓ ਪਹਿਲਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਜੀ, ਜਿਹੜਾ ਤੁਹਾਡਾ ਜਨਮ ਹੈ, ਜਨਮ ਕਦੋਂ ਹੋਇਆ, ਐਸੇ ਪਿੰਡ ਹੀ ਹੋਇਆ ਜਾਂ ਕਿਤੇ ਹੋਰ ਹੋਇਆ? ਜਨਮ ਬਾਰੇ ਪਿੰਡ ਦੇ ਬਾਹਰ ਦਾ ਤਾਂ ਨਹੀਂ ਪਤਾ, ਨਾਨਕੀ ਹੈ ਕਦਾਦ ਕੀ ਜੀ, ਪਰ 47 ਪਾਕਿਸਤਾਨ ਬਣਨ ਵੇਲੇ ਸਨ ਸੁਰਤ ਸੀ ਜੀ, 9-10 ਸਾਲਾਂ ਦੀ ਉਮਰ ਜੀ। ਅਤੇ ਉਸ ਤੋਂ ਬਾਅਦ ਪੜ੍ਹਾਈ ਤੁਸੀਂ ਕਿੱਥੇ ਕੀਤੀ? ਪੜ੍ਹਾਈ ਸਾਡੇ ਵੇਲੇ ਸਕੂਲ ਹੈ ਨਹੀਂ ਸੀਗੇ ਜੀ, ਗੁਰਦੁਆਰੇ ਡੇਰੇ ਸਾਧ ਸੰਤ ਪੜ੍ਹਾਉਂਦੇ ਸੀ ਅਸੀਂ ਜੀ, ਅਤਲੇ ਵੀ ਥੋੜ੍ਹਾ ਚਿਰ ਪੜ੍ਹਾਈ ਕੀਤੀ ਮਹਾਂਪੁਰਸ਼ਾਂ ਦੇ ਸਥਾਨ 'ਤੇ। ਪੰਜਾਬੀ ਪੜ੍ਹੇ ਹਾਂ, ਪੰਜਾਬੀ ਆਉਂਦੀ ਹੈ, ਬਾਕੀ ਮੁਖੀ ਕਿੱਤਾ ਖੇਤੀ ਨਾਲ ਹੈ। ਨੌਕਰੀ 2 ਵਾਰ ਭਰਤੀ ਹੋਏ ਕਰਮਾਂ 'ਚ, ਸਰਕਾਰੀ ਵਜ਼ਾ ਹੈ ਨਹੀਂ ਸੀ ਜੀ। ਅੱਜ ਤੁਹਾਡੀ ਉਮਰ ਕਿੰਨੀ ਹੈ ਜੀ? 82 ਮੈਂ ਗਿਣਦਾ, 82 ਸਾਲ ਦੀ ਉਮਰ ਹੈ। ਮੁੱਖ ਜਿਹੜਾ ਕਿੱਤਾ ਤੁਹਾਡਾ ਖੇਤੀਬਾੜੀ? ਖੇਤੀਬਾੜੀ। ਹੋਰ ਵੀ ਕੋਈ ਸ਼ੌਕ ਆ ਉਸ ਤੋਂ ਇਲਾਵਾ? ਸ਼ੌਕ ਸਾਨੂੰ ਕਬੂਤਰਾਂ ਦਾ ਸੀ ਬਚਪਨ ਤੋਂ ਪੈ ਗਿਆ। ਬਚਪਨ ਤੋਂ ਹੀ ਕਬੂਤਰਾਂ ਦਾ ਸ਼ੌਕ ਸੀ? ਕਬੂਤਰਾਂ ਦਾ ਸ਼ੌਕ ਪਿਆ ਸੀ, ਕਬੂਤਰਾਂ ਫੜ ਲਿਆ ਬਾਹਰੋਂ ਆਇਆ ਜੀ। ਸਾਨੂੰ 3 ਭਰਾਵਾਂ ਨੂੰ ਸੀਗੇ, ਵੱਡੇ ਨੇ, ਇੱਕ ਮੈਥੋਂ ਵੱਡਾ ਸੀ, ਇਹ ਤੋਂ ਛੋਟਾ ਸੀ ਜੀ। ਕਬੂਤਰਾਂ 'ਚ ਤਾਂ ਅਸੀਂ ਪੰਜਾਬ ਲੱਥੜਤਾ, ਪਹਿਲੀ ਗੱਲ ਤੁਹਾਡੀ ਮੈਂ ਗੱਲ ਨਹੀਂ ਵਿੱਚੋਂ ਕੱਢੀ ਵੀ ਗਾਮੀ ਵਾਲਿਆ ਕਿਹੜੇ ਗੱਲ ਤੋਂ ਨੰਬਰ 'ਤੇ ਆਇਆ ਪਹਿਲੇ ਤੇ ਜੀ। ਸੱਚਾਈ ਇਹ ਹੋਣੀ ਚਾਹੀਦੀ ਹੈ ਚੈਨਲ ਦੇ ਸਾਹਮਣੇ ਜੀ ਜੀ, ਕੋਈ ਪੰਜਾਬ ਦਾ ਕੋਣਾ ਨਹੀਂ ਜਿਹੜਾ ਮੈਂ ਨਹੀਂ ਜਿੱਤਿਆ। ਕਿਲਾ ਰੈਪਰ 4 ਵਾਰ ਜਿੱਤੇ, ਲੀਲਾ 3 ਵਾਰ ਜਿੱਤੇ ਇਕੱਲੇ, ਇਨਾਮ ਮੇਰੇ ਕੋਲ ਪਿਆ ਸੋਨੇ ਦਾ ਤਖਮਾ ਕਾਲ ਖਾਲਾ ਮੈਂ ਜਿੱਤਿਆ, ਛੋਟੇ ਟਮੋਟ ਵਾਲਾ ਚਾਂਦੀ ਦਾ ਕੱਪ ਮੈਂ ਜਿੱਤਿਆ, ਸਰੀਕੇ ਵਾਲਾ ਕੂਲਰ ਅਸੀਂ ਜਿੱਤਿਆ, ਫੁੱਲਾਂ ਵਾਲਾ ਫਰਿੱਜ ਅਸੀਂ ਜਿੱਤੇ, ਖਿਆਲੀ ਵਾਲਾ ਬਠਿੰਡੇ ਦੇ ਪਾਸ ਹੈਗਾ ਗੋਲੇ ਵਾਲਾ ਮੰਡੀ ਕੋਲ, ਬਾਦਲ ਦੇ ਪਿੰਡ ਮੈਂ ਇਕੱਲਾ ਜਿੱਤਿਆ। ਜਿਹੜੀਆਂ ਲੋਕਲ ਆਵਾਜ਼ਾਂ ਪਿੰਡਾਂ 'ਚ ਤੀਆਂ ਯਾਦ ਹੀ ਨਹੀਂ ਵੀ ਕਿੰਨੀਆਂ ਕੁ ਜਿੱਤੇ। ਕਾਫੀ ਨਾਂ ਸੁਣਿਆ ਤੁਹਾਡਾ, ਬਹੁਤ ਵੱਡਾ ਨਾਂ। ਮੈਂ ਨੈੱਟ 'ਚ ਪਾਉਣਾ ਅਤੇ ਹੋਰ ਬਾਹਰ ਮਸ਼ਹੂਰੀ ਕਰਨ ਤੋਂ ਮੈਂ ਚਾਲੂ ਹਾਂ ਜੀ। ਚੋਰ ਪੈਣ ਲੱਗ ਕੇ ਤੰਗ ਕਰਦੇ, ਘਰਦਿਆਂ ਨੂੰ ਚਾਹ ਪਿਆਉਣੀ ਔਖੀ ਹੋ ਰਹੀ ਆ ਵੀ ਰੋਜ਼ ਗੱਡੀਆਂ ਆਉਂਦੀਆਂ ਇੰਨੀਆਂ, ਕਬੂਤਰ ਕੱਢਣ ਲੱਗ ਗਏ, ਬਿਲਕੁਲ ਚੋਰੀ ਹੋਣ ਲੱਗ ਗਈ। ਜਿਨ੍ਹਾਂ ਨੂੰ ਮੈਂ ਦਿੱਤੇ ਵਿੱਚੋਂ ਮੇਰੇ ਚੇਲੇ ਵੀ ਬਾਕੀ ਹੋ ਗਏ, ਮੇਰੇ ਬੰਨੀਏ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਮੇਰੇ ਨਾਲ ਬੰਨਣੀਆਂ, ਸਿੱਖਿਆ ਲੈ ਕੇ ਲੋਕ ਜਦੋਂ ਮੈਂ ਹੋਰ ਚੁੱਪ ਹੋ ਗਿਆ। ਹੁਣ ਆ ਜਿਹੜੇ ਚੇਲੇ ਆ ਮੇਰੇ ਨਾਲ, ਇਹ ਇਸ ਕਰਕੇ ਚੇਲੇ ਬਣਾਇਆ ਵੀ ਇਹਨੂੰ ਜੇ ਮਨ ਦੇ ਵਿੱਚ ਲੈ ਜਾਵਾਂਗੇ ਧਰਮ ਨੂੰ, ਜਿਹੜੀ ਹੈ ਕਬੂਤਰਾਂ 'ਤੇ ਆਪਾਂ ਨੂੰ ਗਿਆਨ ਹੈ, ਫਿਰ ਕਿਹੋ ਜਿਹੀ ਅੱਗ ਨਾ ਹੀ ਮੱਚਾਂਗੇ, ਇਹਨਾਂ ਬੱਚਿਆਂ ਨੂੰ ਕਿਉਂ ਨਾ ਵੰਡਿਆ ਜਾਵੇ। ਬਣੇ ਮੈਂ ਕਈ ਚੇਲੇ ਤਾਂ ਆਪ ਸ਼ੌਕ ਵਜੋਂ ਬਣਾਏ। ਜਦੋਂ ਸਟਾਰਟਿੰਗ ਦੇ ਵਿੱਚ ਤੁਸੀਂ ਕਬੂਤਰ ਰੱਖੇ ਆ,
ਕਿੰਨੀ ਉਮਰ ਸੀ ਉਦੋਂ ਤੁਹਾਡੀ? ਜਿਹੜੀ ਤਾਂ ਬਚਪਨ ਵਾਲੀ ਉਮਰ ਸੀ ਉਹ ਤਾਂ 17-18 ਸਾਲ ਦੀ ਹੋਵੇਗੀ। ਫਿਰ ਮਾਪਿਆਂ ਦਾ ਵੀ, ਮਾਂ ਪਿਓ ਦਾ ਵੀ ਰੂਲ ਹੁੰਦਾ, ਉਹਨਾਂ ਨੇ ਸਾਨੂੰ ਕਿੱਤੇ 'ਚ ਲਾ ਲਿਆ, ਕਬੂਤਰਾਂ ਵੱਲ ਜਾਣ ਨਹੀਂ ਸੀ ਦਿੰਦੇ। ਜਿਹੜੇ ਸਾਡੀ ਉਮਰ ਤੋਂ ਪਹਿਲਾਂ ਸੀ ਜਾਂ ਅਸੀਂ ਵੇਖਦੇ ਸੀ ਉਦੋਂ ਸੀਗੇ ਠੈਂਗਰ ਬੰਦਿਆਂ ਕੋਲ ਖੇਡਣ ਵਾਲੇ ਕਬੂਤਰ, ਉਹਨੂੰ ਦੇਖਣ ਵਾਲੇ ਕਬੂਤਰਬਾਜ਼ ਨੂੰ ਚੰਗਾ ਨਹੀਂ ਸੀ ਸਮਝਦੇ। ਲੋਕ ਕਹਿੰਦੇ ਜਿਹਦੇ ਘਰ ਕਬੂਤਰ ਹੈ ਉਹ ਤਾਂ ਨੰਗ ਹੈ। ਮੈਂ ਤਾਂ ਗਰੀਬ ਘਰ ਦਾ ਧੀ ਪੁੱਤ ਆ, ਕੋਠੀ ਕਬੂਤਰਾਂ ਦੇ ਸਦਕੇ ਪਈ ਹੈ, 3.25 ਕਿੱਲੇ ਜ਼ਮੀਨ ਵਾਲਾ, ਕੋਈ ਅੱਜ ਤੱਕ ਮੇਰੀ ਠੱਗੀ ਫੜ ਕੇ ਦਿਖਾ। ਸ਼ੌਕ 3 ਭਰਾਵਾਂ ਦਾ, ਕਬੂਤਰ ਇਸੇ ਭਾਈ ਨੇ ਰੱਖੇ ਸੀ, ਇਹਨੇ ਵਿਆਹ ਨਹੀਂ ਕਰਾਇਆ ਸਾਡਾ ਵਿਚਾਲੜਾ ਭਰਾ, 2 ਛੋਟਾ 2 ਵੱਡਾ, ਬਾਹਰ ਮੈਂ ਜਾਂਦਾ ਸੀ, ਬਾਜ਼ੀਆਂ ਜਿਹੜੀਆਂ ਛੱਡਦੇ ਸੀ ਛੱਡਦੇ, ਘਰੇ ਸੰਭਾਲਦੇ, ਘਰੇ ਇਹ ਹੀ ਜ਼ਿਆਦਾ ਡਾਉਂਦਾ ਸੀ। ਫਿਰ ਹਾਰਟ ਅਟੈਕ ਦਾ, ਜਦੋਂ ਤੁਸੀਂ ਸ਼ੁਰੂ 'ਚ ਕਬੂਤਰ ਰੱਖੇ, ਸ਼ੁਰੂ 'ਚ ਕਬੂਤਰ, ਉਦੋਂ ਤੁਹਾਡੇ ਕੋਲ ਕਿਹੜੀ ਨਸਲ ਸੀ, ਕਿੱਥੋਂ ਲੈ ਕੇ ਆਏ ਤੁਸੀਂ ਜਦੋਂ ਸ਼ੁਰੂਆਤ ਕੀਤੀ ਕਬੂਤਰ, ਕਿੱਥੋਂ ਲੈ ਕੇ ਆਏ ਸੀ? ਜਿਹੜੇ ਸ਼ੁਰੂਆਤ ਕਬੂਤਰ ਲਿਆਂਦੇ ਨਾ, ਜਦੋਂ ਅਸੀਂ ਉਹ ਜਿਹੜੀ ਫੜੀ ਸੀ ਕਬੂਤਰੀ ਉਹ ਉੱਡ ਗਈ, ਖਿਡਾਰੀ ਆ ਗਏ ਇੱਧਰੋਂ ਜੈਤੋ ਕਨੀਓ ਗੰਦਾਰਿਆਂ ਤੋਂ, ਉਹਨਾਂ ਦੇ ਕਬੂਤਰ ਸਾਨੂੰ ਨਾ ਰਿਹਾਜ ਰੱਖਣ ਦਾ ਪਤਾ ਸੀ ਨਾ ਸਾਨੂੰ ਕਿਸੇ ਦਾ ਪਤਾ, ਉਹਨਾਂ ਦਾ ਕਬੂਤਰ ਕਿਤੇ ਰਿਆਜ ਰੂਚ ਰੱਖ ਗਿਆ, ਉਹ ਤਾਂ ਇੱਥੇ ਛੱਡਣ ਨਾ ਬਾਜੀ। ਅੱਛਾ ਜੀ, ਉਹ ਕਹਿੰਦੇ ਯਾਰ ਸਾਡਾ ਤਾਂ ਰਿਹਾਸ਼ ਰੱਖ ਗਿਆ, ਹੁਣ ਸਾਨੂੰ ਪਤਾ ਨਹੀਂ ਜਵਾਕਾਂ ਨੂੰ, ਕਹਿੰਦੇ ਤੁਹਾਡਾ ਕਿੰਨਾ ਕੁੱਟੂਗਾ। ਮੈਂ ਸਾਡਾ ਦਿਨ ਸਪੋ, ਉਹ ਤਾਂ ਕਹਿੰਦੇ ਹੈ ਮਾੜਾ ਕਿ ਹੱਥ ਨਹੀਂ ਬੈਠੂਗਾ, ਸਾਡੇ ਵਾਲੀ ਛੱਡ ਲਿਆ ਉਹਨਾਂ ਨੇ, ਆਪਦਾ ਰੱਖ ਲਿਆ, ਸਾਡੇ ਵਾਲੇ ਨਾਲ ਜਿੱਤ ਗਏ। ਫਿਰ ਸਾਨੂੰ ਉਹਨਾਂ ਨੇ ਇਹਨੂੰ ਭਾਈ ਨੂੰ ਸੱਦਿਆ, ਉੱਥੇ ਉੱਥੋਂ ਕਬੂਤਰ ਦਿੱਤੇ, ਉਹ ਕਬੂਤਰਾਂ ਨਾਲ ਵੀ ਅਸੀਂ ਬਹੁਤ ਜਿੱਤੇ, ਉਹਨਾਂ ਵਾਲਿਆਂ ਨਾਲ ਮਿਸ ਪਾ ਕੇ ਆਪਦਾ। ਤੁਹਾਡੇ ਕੋਲ ਇੱਥੇ ਕਬੂਤਰ ਛੱਡ ਗਏ ਸੀ ਆਪਦਾ? ਉਹ ਆਪਦਾ ਨਾ, ਉਹ ਤਾਂ ਲੈ ਗਏ ਸੀ ਆਪਦਾ ਉੱਥੋਂ ਜਾ ਕੇ, ਲੈ ਕੇ ਦੁਬਾਰਾ ਜਾ ਕੇ ਉੱਥੋਂ ਲੈ ਕੇ, ਹਾਂ ਗੰਦਾਰਿਆਂ ਤੋਂ ਹੋਰ ਲਿਆਂਦੀ, ਉਹ ਤੁਸੀਂ ਉਹਨਾਂ ਦੀ ਬਰੀਡ ਘਰੇ ਤਿਆਰ ਕੀਤੀ? ਹਾਂ ਘਰੇ ਤਿਆਰ। ਅਤੇ ਉਸ ਤੋਂ ਇਲਾਵਾ ਫਿਰ ਤੁਸੀਂ ਉਹੀ ਆਪਦੇ ਕਬੂਤਰਾਂ ਦੀ ਬਰੀਡ ਰੱਖੀ ਜਾਂ ਕਿਸੇ ਹੋਰ ਤੋਂ ਵੀ ਲੈ ਕੇ? ਫਿਰ ਹੋਰ ਤੋਂ ਵੀ ਲਿਆਂਦੇ, ਫਿਰ ਅਸੀਂ ਉਸਤਾਦ ਧਾਰ ਲਿਆ। ਅੱਛਾ, ਤੁਸੀਂ ਉਸਤਾਦ ਕਿਹੜੇ ਬੰਦੇ ਨੂੰ ਧਾਰਿਆ? ਫਰੀਦਕੋਟ ਦੇ ਕੋਲ ਪਰਲੇ ਪਾਸੇ ਮਿੱਡੂਵਾਨ ਪਿੰਡ, ਮਿੱਡੂ ਕੇਹਰ ਸਿੰਘ, ਕਿਹੜਾ ਦੌੜਾ ਕਹਿੰਦੇ ਸੀ, ਕਿਹੜਾ ਦੌੜਾ ਤੁਹਾਡੇ ਗੁਰੂ ਤੁਸੀਂ ਧਾਰੇ? ਬਾਈ ਧਾਰ ਕੇ। ਉਦੋਂ ਤੁਸੀਂ ਕਿੰਨੀ ਕੁ ਉਮਰ ਸੀ ਜਦੋਂ ਗੁਰੂ ਧਾਰਿਆ? ਇਹ 30 ਸਾਲ ਦੀ ਗੱਲ ਹੋ ਗਈ ਜੀ, ਜਦੋਂ ਮੁਕਾਮ ਮੁੱਕ ਗਿਆ। 30 ਸਾਲ ਦੀ, 30 ਸਾ�ਲ ਦੀ ਗੱਲ, 86 ਸਾਲ ਦੀ, 50 ਤਾਂ ਮੰਨ ਲਓ ਵੱਧ, 86-87 ਸਾਲ। ਜੋ ਕੁਛ ਤੁਹਾਨੂੰ ਉਹਨਾਂ ਨੇ ਸਿਖਾਇਆ ਸੀ ਉਸ ਟਾਈਮ ਦੇ ਵਿੱਚ, ਅਤੇ ਉਦੋਂ ਪਹਿਲਾਂ ਨਾ ਤਾਂ ਕੋਈ ਮੋਟਰਸਾਈਕਲ ਦਿੰਦਾ ਸੀ, ਨਾ ਹੀ ਕੋਈ ਛਾਪ ਪਾਉਂਦਾ ਸੀ, ਪੱਗੀਆਂ ਪਰਨਾ ਜਾਂ ਡੋੜਾ ਜੁੱਤੀ ਤੋਂ ਦਿੰਦਾ ਸੀ। ਤੁਹਾਡੀ ਵਾਲੀ ਗੱਲ ਆਹੀ ਸੀ ਵੀ 30 ਰੁਪਈਆਂ ਤੋਂ 50 ਰੁਪਈਆਂ ਦੀ ਬਾਜੀ ਸੀ, 16 ਰੁਪਈਆਂ ਦੀ ਬਾਜੀ ਵੇਖੀ ਹੈ ਜੀ। ਅਸੀਂ ਬਾਜ਼ੀਆਂ ਇਹੋ ਜਿਹੀਆਂ ਤੀਆਂ, ਸਾਰੇ ਕਬੂਤਰ ਵੀ ਜਿੱਤਣ ਵਾਲੇ ਦੇ ਹੋ ਜਾਂਦੇ ਸੀ। ਜਦੋਂ ਤੁਸੀਂ ਉਹਨੂੰ ਗੁਰੂ ਧਾਰਿਆ, ਜੋ ਕੁਛ ਉਹਨਾਂ ਨੇ ਤੁਹਾਨੂੰ ਸਿਖਾਇਆ ਉਹੀ ਅੱਜ ਤੁਸੀਂ ਉਹ ਖੇਡ ਨੂੰ ਲੈ ਕੇ ਚੱਲ ਰਹੇ ਹੋ? ਹਾਂ ਜੀ, ਉਹੀ ਖੇਡ ਤਾਂ ਜਿਹੜੀ ਹੈਗਾ ਮਕਸਦ ਜਿਹੜਾ ਹੈਗਾ ਉਹੀ ਹੈ, ਬਾਕੀ ਅਕਲ ਜਿਹੜੀ ਆ ਕੋਲੋਂ ਵੀ ਵਰਤਣੀ ਪੈਂਦੀ ਹੈ। ਬਿਲਕੁਲ, ਕਿਉਂਕਿ ਉਦੋਂ ਦਾ ਸਮਾਂ ਅਤੇ ਅੱਜ ਦਾ, ਉਦੋਂ ਦੀ ਗਰਮੀ ਜਿਹੜੀ ਪੈਂਦੀ ਸੀ ਅੱਜ ਦੀ ਗਰਮੀ ਕੁਛ ਵੱਖਰੀ ਆ। ਹੁਣ ਤਾਂ ਗਰਮੀ ਨਹੀਂ ਹੈ ਉਸ ਨੂੰ ਵੇਖ ਕੇ, ਇਹ ਹੁਣ ਇਸ ਕਰਕੇ ਬਦਲ ਗਿਆ ਵੀ ਨਾਲ ਬੰਦਿਆਂ ਦੇ ਬੰਦੇ ਕਮਜ਼ੋਰ ਹੋ ਗਏ, ਨਾਲ ਜਨੌਰ ਵੀ ਕਮਜ਼ੋਰ ਹੋ ਗਿਆ, ਅੰਨ ਕਮਜ਼ੋਰ ਹੋ ਗਿਆ, ਅੰਨ ਕਮਜ਼ੋਰ ਹੋ ਗਿਆ, ਕੈਮੀਕਲ ਸਪਰੇਹਾਂ ਦਾਣਿਆਂ 'ਤੇ ਵੀ ਹੁੰਦੀਆਂ ਨੇ, ਉਹੀ ਬਿਮਾਰੀਆਂ ਸਾਨੂੰ ਨੇ, ਉਹੀ ਇਹਨਾਂ ਨੂੰ, ਹਾਰਟ ਅਟੈਕ ਕਬੂਤਰਾਂ ਨੂੰ ਹੈਗਾ। ਹੈਗਾ ਜੀ, ਬਿਲਕੁਲ ਹੈਗਾ, ਮੇਰੇ ਸਾਹਮਣੇ ਕਬੂਤਰ ਚੋਗ ਦਿੰਦਾ ਮਰ ਗਿਆ, ਫਿਰ ਦਿਮਾਗ ਕੰਮ ਕਰਨਾ ਚਾਹੀਦਾ। ਹਾਰਟ ਅਟੈਕ ਇਹ ਅਨਾਜ ਦਾ ਅਸਰ ਜਿਹੜਾ ਡੰਗਰਾਂ ਤੋਂ ਲੈ ਕੇ ਬੰਦਿਆਂ ਤੱਕ ਸਾਰਿਆਂ 'ਤੇ। ਜਿਹੜੀ ਤੁਸੀਂ ਗੁਰੂ ਧਾਰਨ ਤੋਂ ਬਾਅਦ ਪਹਿਲੀ ਬਾਜੀ ਫਿਰ ਕਿਹੜੀ ਜਗ੍ਹਾ ਕਿਹੜੇ ਪਿੰਡ ਛੱਡੀ ਸੀ ਜਾ ਕੇ? ਉਹਨਾਂ ਨੇ ਫਰੀਦਕੋਟ ਸਾਡੇ ਨਾਲ 5 ਬਾਜੀਆਂ ਬੰਨੀਆਂ ਜੀ। ਤੁਹਾਡੇ ਨਾਲ ਫਰੀਦਕੋਟ ਕਿੰਨਾ ਨੇ? 5 ਰੋਡਾ ਸੀ, ਗੁੱਗਰ ਸੀਗਾ ਭਾਗ ਸਿੰਘ ਦਾ ਚੇਲਾ ਜੀ, ਰੋਡਾ ਸੀ ਜੀ, ਅਸੀਂ ਨਵੇਂ ਨਵੇਂ ਰੱਖੇ ਤੇ ਅਸੀਂ ਇੱਧਰ ਮਸ਼ਹੂਰ ਹੋ ਗਏ। ਤੁਸੀਂ ਜਿਹੜੀਆਂ ਮਤਲਬ ਧੰਨਾ ਮਹਾਰਾਜ ਹੋ ਗਿਆ, ਗੁੱਗੜ, ਰੋਡਾ, ਭਾਗ, ਪੁੰਨੂ,
ਕਿਹੜੇ ਕਿਹੜੇ ਬੰਦਿਆਂ ਨਾਲ ਕਬੂਤਰ ਤੁਸੀਂ ਬਾੜੀਆਂ ਉਡਾਈਆਂ? ਪੁੰਨੂ ਨਾਲ ਵੀ ਉਡਾਇਆ, ਧੰਨੇ ਸਿੰਘ ਦਾ ਪੋਤਾ ਬੈਠਾ ਹੈ, ਸਾਰਿਆਂ ਨੇ ਉਡਾਈਆਂ, ਧੰਨਾ ਸੂ ਨਾਲ ਉਡਾਇਆ। ਇੱਕ ਸਾਲ ਮੈਂ ਜੇ ਧੰਨਾ ਸੂ ਦੋਨੇ ਰਹਿ ਜਾਂਦੇ, ਬਾਕੀ ਸਭ ਹਰ ਜਾਂਦੇ ਸੀ। ਕਿਉਂਕਿ ਬਾਬੇ ਧੰਨੇ ਦਾ ਨਾਂ ਇੰਨਾ ਕੁ ਜ਼ਿਆਦਾ ਮਸ਼ਹੂਰ ਹੈ, ਅਸੀਂ ਸੁਣਿਆ, ਕਿਉਂਕਿ ਅੱਜ ਵਟਸਐਪ ਤੋਂ ਫੇਸਬੁੱਕ ਦਾ ਜ਼ਮਾਨਾ, ਜੇ ਕੋਈ ਆਸਟ੍ਰੇਲੀਆ 'ਚ ਬੰਦਾ ਬੈਠਾ ਹੈ ਤਾਂ ਉਹ ਕਬੂਤਰ ਵਿਖਾਉਂਦਾ ਹੀ ਆ ਧੰਨੇ ਵਾਲਾ। ਜਿਹੜੇ ਵੀ ਬੰਦੇ ਦੀ ਅਸੀਂ ਇੰਟਰਵਿਊ ਅੱਜ ਤੱਕ ਕੀਤੀ ਹੈ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਕੀਤੀ ਹੈ, ਉਹ ਕਹਿੰਦਾ ਜੀ ਮੇਰੇ ਖੁੱਡੇ ਵਿੱਚ ਧੰਨੇ ਦੇ ਕਬੂਤਰ ਬੈਠੇ। ਇਹ ਗੱਲ ਅੱਜ ਪਿੱਛੇ ਅਸੀਂ ਹੁਣੇ ਇੰਟਰਵਿਊ ਕਰਕੇ ਆਏ ਹਾਂ ਬਾਈ ਜੀ ਮਿੱਕੀ ਦੀ, ਉਹਨਾਂ ਨੇ ਵੀ ਇਹ ਗੱਲ ਮੰਨੀ ਹੈ ਵੀ ਸਭ ਤੋਂ ਜਿਹੜੇ ਬੈਸਟ ਕਬੂਤਰ ਹੈ ਦੁਨੀਆਂ ਦੇ ਬੈਸਟ ਕਬੂਤਰ ਉਹ ਧੰਨੇ ਵਾਲੇ ਆ, ਉਸ ਤੋਂ ਉੱਤੇ ਕੋਈ ਕਬੂਤਰ ਨਹੀਂ ਹੈ। ਜਿੱਥੋਂ ਤੱਕ ਉਹ ਕਹਿੰਦੇ ਵੀ ਅਸੀਂ ਵਰਤਿਆ, ਉਹ ਤੋਂ ਵਧੀਆ ਕਿਸੇ ਕੋਲ ਕੋਈ ਕੁਆਲਿਟੀ ਨਹੀਂ ਹੈ। ਸਭ ਤੋਂ ਵਧੀਆ ਕਬੂਤਰ ਹਾਊਸ ਜੀ ਨੇ ਡਾਲੇ, ਉਹਨੂੰ ਜੱਚਦੇ ਆ ਜੀ। ਮੈਂ ਤੁਹਾਡੀ ਗੱਲ 'ਚੋਂ ਵਿਚਾਲੋ ਨਾ ਵੱਢਾਂ ਜੀ, ਮਿੱਕੀ ਮੇਰੇ ਕੋਲੋਂ ਕਬੂਤਰ ਲਿਜਾਂਦਾ ਥੱਕਦਿਆਂ, ਬਾਜੀਆਂ ਜਿੱਥੇ ਅਸੀਂ ਛੱਡਤੀਆਂ ਇਕੱਠੀਆਂ, ਨਾਲ ਪੱਪੂ ਡੀ ਐੱਸ ਪੀ ਸਿਕਿਉਰਿਟੀ, 25-26 ਬੰਦੇ ਸਿਕਿਉਰਿਟੀ 'ਤੇ ਹੋਣਗੇ ਡੀ ਐੱਸ ਪੀ ਦੇ ਨਾਲ। ਉੱਥੇ ਮੇਰਾ ਭਰਾ ਮੈਨੂੰ ਕੁੱਟਣ ਨੂੰ ਫਿਰੇ ਵੀ ਤੂੰ ਵੀ ਕੀ ਨਾ ਸਾਂਝੀ ਕਿਉਂ ਕਰਦਾ, ਸਾਂਝੀ ਜੀ ਤਾਂ ਅਸੀਂ ਕਰਦੇ ਹੀ ਨਹੀਂ। ਤੇ ਇਹ ਮੰਨਦਾ ਮੈਂ ਤੁਹਾਡੀ ਗੱਲ ਵੀ ਅਸੀਂ ਬਾਹਰ ਗੱਲ ਨਹੀਂ ਸੀ ਫੈਲਾਉਂਦੇ, ਅਸੀਂ ਤਾਂ ਪਿੱਛੇ ਹਾਂ ਜੀ। ਮੈਂ ਤਾਂ ਇਹ ਕਹਿੰਦਾ ਵੀ ਮੇਰੇ ਕਬੂਤਰ ਲੋਕ ਚੋਰੀ ਕਰਕੇ ਲੋਕ ਜਾਂ ਤਾਂ ਨਿੰਗਾਂ ਵਾਲਿਆਂ 'ਚ ਦੇ ਦੇ ਜਾਂ ਧੰਨੇ ਵਾਲਿਆਂ 'ਚ ਦੇ, ਫਿਰ ਇਹਨਾਂ ਕੋਲ ਕਿੱਥੋਂ ਆ ਗਏ? ਗਾਮੀ ਵਾਲੇ ਬਾਜੀ ਛਡਾ ਕੇ ਮੇਰੀ ਕਬੂਤਰੀ ਅੰਦਰ ਲਿਜਾ ਕੇ ਸਿੱਟਤੀ ਅੰਦਰਲੇ ਗੁੱਡੇ 'ਚ। ਆਪਣੀ ਗੱਲ ਵਿੱਚ ਰਹਿ ਗਈ ਸੀ, ਇਸ ਗੱਲ 'ਤੇ ਵੀ ਆਪਾਂ ਦੁਬਾਰਾ ਤੋਂ ਚਰਚਾ ਕਰਾਂਗੇ। ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉੱਥੇ 5 ਬਾਜੀਆਂ ਬੰਨ ਲਈਆਂ ਸੀ, ਪਹਿਲੀ ਬਾਜੀ ਉਸਤਾਦ ਜਦੋਂ ਤੁਸੀਂ ਉਹਨਾਂ ਨੂੰ ਧਾਰ ਲਿਆ ਸੀ ਉਹ ਕਿੱਥੇ ਛੱਡੀ ਸੀ ਪਹਿਲੀ ਬਾਜੀ? ਬਾਜੀ ਤਾਂ ਯਾਦ ਹੋਊ ਕਿ ਪਹਿਲੀਆਂ ਆਪਾਂ ਬਾਜੀਆਂ ਇੰਨੀਆਂ ਯਾਦ ਨਹੀਂ ਹੈਗੀਆਂ ਅਸੀਂ ਲਾਸਟ ਬਾਜੀ। ਚਲੋ ਜਿਹੜੀਆਂ 5 ਬਾਜੀਆਂ ਤੁਸੀਂ ਬੰਨੀਆਂ ਸੀ ਉਦੋਂ ਮੈਥਲੀਆਂ ਸੀ ਜਾਂ ਜੋ ਵੀ ਆ, ਉਹਨਾਂ 'ਚੋਂ ਆਪਾਂ ਕਿੰਨੀਆਂ ਜਿੱਤੀਆਂ ਅਤੇ ਕਿੰਨੀਆਂ ਜਿੱਤੀਆਂ? 5 ਉਹ ਕਿਹੜੀ ਨਸਲ ਦੇ ਕਬੂਤਰ ਸੀ ਆਪਣੇ ਕੋਲੇ ਉਸ ਟਾਈਮ? ਉਹ ਕਬੂਤਰ ਕਿਹੜੇ ਭਾਗ ਆ, ਕਬੂਤਰ ਗੁਆਚਿਆ ਸੀ ਰਾਤ ਨੂੰ ਕਿਤੇ ਰਿਹਾ ਸੀ ਜੀ। ਕਬੂਤਰ ਲਿਜਾਈ ਮੈਂ ਮਿਡੂ ਮਾਨ ਤੋਂ ਲਿਆਂਦੀ ਜੀ, ਮਿਡੂ ਮਾਨ ਨੇ ਮੈਨੂੰ ਮੋੜ ਦਿੱਤਾ ਕੇਰ ਸਿੰਘ ਨੇ ਜੀ। ਉਹ ਮੋੜਨਾ ਅਸੀਂ ਮੋੜਾਂ 'ਚ ਵੀ ਦੱਸਰ 'ਚ ਵੀ ਜਿੱਤਣ ਲੱਗ ਗਏ, 5 ਬਾਜੀਆਂ ਸੀ ਉਹ ਤਾਂ ਜਿੱਤੀਆਂ ਅਸੀਂ 2-2 ਘੰਟੇ 3-3 ਘੰਟੇ ਵਾਧੂ ਡੈਕਰ ਸਾਡੇ ਕੋਲ ਟਾਂਗੇ ਛਾਲ ਲਾ ਦੋ ਵੀ ਨਾ। ਅਖੀਰ ਨੂੰ ਜਦੋਂ ਅਸੀਂ ਬਾਜੀ ਜਿੱਤਲੀਆਂ ਭਾਗ ਆ 110 ਸਾਲ ਦਾ ਬੜਾ, ਉਹ ਕਹਿੰਦਾ ਵੀ ਨੰਗੇ ਜੇ ਕਿਸੇ ਨੇ ਜਵਾਕ ਜਾਂ ਜਿੱਤਣੇ ਸਾਡੇ ਖਿਡਾਰੀ ਹੋਏ ਬਾਦਲ ਦੀ ਬਾਜੀ ਬੰਨੋ, ਉਹਨਾਂ ਨੇ ਮਸ ਕੇ ਬਾਦਲ ਦੀ ਬਾਜੀ ਬੰਨਦੀ ਜੀ। ਬਾਦਲ ਪਿੰਡ ਪੀਰਕੋਟਿਆ ਸਾਡੇ ਨਾਲ ਸੀਗਾ ਯਾਦ, ਉਹ ਜਦੋਂ ਇੱਥੋਂ ਮੇਰੇ ਬਾਪੂ ਜੀ ਢਿੱਲਾ, ਉਹ ਕਹਿੰਦਾ ਬਾਈ ਲਾਸਟ ਜੇ ਆਪਾਂ ਨਾ ਗਏ ਤਾਂ ਫਿਰ ਐਂ ਆਖਣਗੇ ਵੀ ਨਿੰਗ ਡਰ ਗਏ। ਮੈਂ ਕਿਹਾ ਉਹਦਾ ਡਰ ਚਾਹੀਦਾ ਸਾਨੂੰ, ਅਸੀਂ ਕਿਸੇ ਤੋਂ ਡਰਦੇ ਨਹੀਂ ਹੈਗੇ, ਅਸੀਂ ਤਾਂ ਜਮ੍ਹਾਂ ਕੱਟੜਾ ਮਖਾਇਆ ਡਰਦੇ ਦਿੰਦੇ ਨਹੀਂ। ਕਹਿੰਦਾ ਬਾਈ ਕਬੂਤਰ ਦਾ ਤੂੰ ਤਿਆਰ ਕਰ ਦੀ ਅਤੇ ਬਾਈ ਜੀ ਮੈਂ ਗੱਡੀ 'ਤੇ ਆ ਕੇ ਲੈ ਜੂ। ਇੱਥੋਂ ਬਾਈ ਜੀ ਗੱਡੀ 'ਚੋਂ ਲੈ ਗਿਆ ਜੀ, 110 ਸਾਲ ਦਾ ਕੇਰ ਸਿੰਘ ਆਪ ਆਇਆ ਜੀ ਬਾਦਲ, ਵੀ ਮੈਂ ਨਿੰਗਾਂ ਨੂੰ ਇਹ ਜੀ ਬਾਜੀ ਨੂੰ ਜਿੱਤਣ ਦਿੰਦਾ 110 ਸਾਲ ਦਾ। 65 ਕਬੂਤਰ 70 ਹੋ ਗਏ ਜੀ, ਕਹਿੰਦੇ ਹੁਣ ਤਾਂ ਕਹੇ ਬਾਜੀ ਬਾਜੀ ਨਹੀਂ ਮਿਲੇਗਾ। ਕਹਿੰਦਾ ਜਿਹੜਾ ਤਾਂ 2.5 ਜਵਾ ਗਿਆ ਉਹਦਾ ਸਾਂਝਾ ਹੋ ਜੂ, ਜਿਹੜਾ 3 ਜਵਾ ਗਿਆ ਉਹ ਇਕੱਲਾ ਲੈ ਜੂਗਾ। ਅੱਛਾ ਅੱਗਿਆ ਜਦੋਂ ਇਹਨੇ ਕਬੂਤਰ ਛੱਡਿਆ ਜਿਹੜਾ ਪੀਰਕੋੜਿਆ ਸਾਡੇ ਨਾਲ ਸੀ ਉਸਦਾ, ਕਹਿੰਦਾ ਹੁਣ ਤੋਂ ਜੇ ਤੇਰਾ ਕਬੂਤਰ ਅੱਜ 5 ਦੇ ਨਾ ਗਿਆ ਤਾਂ ਮੈਂ ਤੈਨੂੰ ਗੁਰੂ ਮੰਨੂੰਗਾ। ਅਤੇ ਕਹਿੰਦਾ ਵੀ ਜੇ ਮੇਰਾ ਕਬੂਤਰ 5 ਦੇ ਵਗ ਗਿਆ ਪਿੰਜਰਾ ਇੱਥੇ ਸੁੱਟ ਜਾਂਦੇ ਸੀ, ਮੁੜ ਕੇ ਤੇਰੇ ਸਾਹਮਣੇ ਟਿਕਾ ਕੇ ਛੱਡਿਆ ਸੀ, ਭੁੱਖਾ ਨਹੀਂ ਛੱਡਦੇ ਟਿਕਾ ਕੇ ਛੱਡਦੇ ਤੇ ਹੋਰ ਭੁੱਖਾ ਛੱਡਦੇ ਕਬੂਤਰ ਲੋਕ ਆਪਦੇ। ਤਾਂ ਉਹਨੇ 5,000 ਵਾਧਾ ਲਾਇਆ, ਸਾਡੇ ਵਾਲੇ 1,000 ਹੀ ਲਾਇਆ। ਅਤੇ ਸੰਦੋਕਾਂ ਦਾ ਤੇਰੀ ਦਾ 2:30-2 ਵਜੇ ਬਹਿ ਜੂ ਅਤੇ ਮੇਰਾ ਕਹਿੰਦਾ ਦਿਨਸ਼ ਪਿਆਊਗਾ। ਮੋਹਣੀ ਬਹੁਤ ਸੋਹਣਾ ਬੰਦਾ ਸੀ ਬਾਦਲ ਦੇ ਭਾਈਚਾਰੇ 'ਚੋਂ, ਉਹ ਕਹਿੰਦਾ ਸੰਦੋਖ ਕਈ ਵਜੇ ਮੇਲਦਾ, ਕਹਿੰਦੇ ਜੀ 2:30 ਵਜੇ 'ਚ ਸਾਂਝੇ ਹੋ ਜਾਣਗੇ 3 ਵਜੇ ਕਲਾ ਜਾ। ਅਸੀਂ ਪਹਿਲਾਂ ਉਹਦੀ ਭੈਣ ਛੱਡਦੇ ਰਹੇ ਜੀ, 6 ਵਜੇ ਛੱਡੀ, 7 ਜਿੱਤੇ ਜੀ। ਉਹ ਅਸੀਂ ਨਵਾਂ ਛੱਡਿਆ ਨਾ ਪੱਠੇ ਦਾ ਜੀ, ਪਤਾ ਨਾ ਪੱਠੇ ਦਾ। ਜਦੋਂ ਉਹ ਛੱਡਤੇ ਜੀ ਭਾਗ ਲਿਆ ਆਪ ਛੱਡਿਆ ਆ ਕੇ ਵਿੱਚ, ਉਹ ਜਾਣ ਆਉਣ ਕਰ ਲਿਆ, 3 ਰਹਿ ਗਏ। ਚੱਲ ਗੱਲ ਮੁਕਾਓ, ਬਾਹਲਾ ਲੰਮਾ ਕੰਮ ਹੈ।
ਮੋਹਣੀ ਕਹਿੰਦੇ ਜੇ ਹੁਣ ਜੀ ਵੰਡ ਲਓ ਚੰਗੀ ਗੱਲ ਹੈ, ਨਵਾਂ ਛੱਡ ਕੇ ਵੰਡਣਗੇ ਉਹਨੂੰ ਜਾਣਾ ਉਹ ਘਰੇ ਵੀ ਦੁੱਲਾ ਵਗ ਜਾਓ। ਸੰਤੋਖ ਕਹਿੰਦਾ ਵੀ ਮੈਂ ਨਵੇਂ ਨੂੰ ਬੀਜ ਤਲੂੰਗਾ। ਕਹਿੰਦਾ ਹੁੰਦਾ ਸਾਡੇ ਬੈਠੀ ਜਾਂਦੇ ਤੂੰ ਨਵੇਂ ਨੂੰ ਬੀਜ ਤਲੇਗਾ। ਕਹਿੰਦਾ ਤੁਹਾਡੇ ਕੋਲੇ ਰਹਿਆ ਮੈਂ ਕੋ ਉਹਨੂੰ ਲੁਕੋ ਕੇ ਡਾਊਂਗਾ। ਗਾਲਾਂ ਮਕਾਂਦਾ ਜੀ ਬਾਜੀ ਬਟਾ ਦਿੱਤੀ ਤਿੰਨ ਕੇ ਹੋ ਗਈ ਬਾਜੀ। ਉਹ ਮੋਹਣੀ ਤਾਂ ਬੈਗੀ ਜੀ ਮੈਂ ਬਾਰਡਰ ਬਕਸ 'ਤੇ ਬਹਿ ਜਾ ਕੇ ਹੋ ਬੈਗੀ ਤੇਰੀ ਤਾਂ ਭਾਈ ਤੇਰੀ ਤਾਂ ਬਾਜੀ ਬੈਠੀ ਨਹੀਂ ਹੋਊਗੀ, ਇਹ ਆਉਂਦੀ ਬਹਿ ਜੂਗੀ ਜਦੋਂ ਉੱਧਰ ਵਾਲੀ ਆਉਂਦੀ ਹੋ ਬੈਗੀ। ਹੁਣ ਤੇ ਰਹਿ ਕੇ ਮੈਂ ਤੈਨੂੰ ਕਹਿੰਦਾ ਮੇਰਾ ਤਾਂ ਰੱਬ ਜੋੜੂਗਾ, ਮੈਨੂੰ ਨਹੀਂ ਪੁੱਛਦਾ ਵੀ ਤੂੰ ਕੌਣ ਹੈ। ਦਿਨ ਛਪਾਇਆ ਜੀ ਤਿੰਨ ਘੰਟੇ ਕਬੂਤਰ ਅਸੀਂ ਜੋਰ ਲਾ ਕੇ ਢਾਂਗਾ ਲਾ ਕੇ ਬਾਦਲ ਸਾਹਿਬ ਦੀ ਕੋਠੀ ਚੜ੍ਹ ਕੇ ਇਹਦੇ ਰਹਿੰਦੇ ਸਾਡਾ ਭਾਈ ਚਾਚੇ ਦਾ ਸਭ ਤੋਂ ਨਾਂ ਸੀ ਉੱਥੇ, ਇਸ ਕਰਕੇ ਸਾਡੇ ਆਉਣ ਜਾਣ ਸੀਗਾ ਬਾਦਲ ਨਾਮ 'ਤੇ। ਉੱਥੋਂ ਜੀ ਜਮਾਂ ਜਦੋਂ ਟਿੱਕੀ ਛਿਪਦੀ ਗਈ ਤੇ ਆ ਕੇ ਗੁਜ਼ਰ ਗਏ ਆ। ਉੱਥੋਂ ਕਹਿੰਦੇ ਲੈ ਵੀ ਭਾਗ ਆਪ ਕਹਿੰਦਾ ਲਿਆ ਕਰੀਬ ਦਾ ਪੱਤਾ ਨਿੰਗਾਂ ਦਾ ਲਿਖ ਦਿਓ, ਕਰੀਬ ਦੇ ਪੱਤੇ ਦੇ ਬੇਨਾਂ ਨਾਲ ਰੱਖ ਲਿਆ ਜੀ ਕੋਈ ਨਹੀਂ ਹੈਗਾ। ਲਾਸਟ ਬਾਜੀ ਚਲੇ ਤਾਂ ਭਾਈ ਸਾਹਿਬ ਦੇਖੋ ਇੰਟਰਵਿਊ ਹੋ ਰਹੀ ਹੈ। ਕਬੂਤਰਾਂ ਵਾਲਿਆਂ ਨੂੰ ਇੱਕ ਸੁਨੇਹਾ ਦੇ ਦਿੰਦਾ ਮੈਂ, ਜ਼ਰੂਰ ਨੈੱਟ 'ਤੇ ਸੁਣਨਗੇ ਜੀ 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 ਜ਼ਰੂਰ ਦਿਓ ਜੀ ਸੁਨੇਹਾ ਵੀ ਚੰਗੇ ਪੜ੍ਹੇ ਲਿਖੇ ਜਵਾਕ ਲੋਕ ਪੜ੍ਹਾਉਂਦੇ ਤਾਂ ਸੀਗੇ ਸਿਆਣੇ ਬਣਨ। ਇਹ ਅੱਜ ਕੱਲ੍ਹ ਜਿਹੜੇ ਨਾ ਇੱਕ ਦੂਜੇ ਦਾ ਝੁੱਗਾ ਪਾੜਦੇ ਲੜਾਈਆਂ ਤੋਂ ਬਚਣ, ਪੈਸੇ ਤਾਂ ਘੱਟ ਵੱਧ ਜਿੱਤ ਹੀ ਲੈਂਦੇ ਆ, ਝੂਠ ਸਫਾਨ ਵਾਲੀਆਂ ਨਾ ਕਰਨ, ਸ਼ੌਕ ਦੀਆਂ ਬਾਜ਼ੀਆਂ ਰੱਖਣ। ਬਿਲਕੁਲ ਜਿਹੜਾ ਸ਼ੌਕ ਆ ਅਸੀਂ ਸ਼ੌਕ ਮਗਰ ਰੱਖੇ। ਕਬੂਤਰ ਡਾਕਦਾ ਜਾਂ ਤਾਂ ਪਿੰਡ 'ਚ, ਹੁਣ ਮੈਂ ਇੰਟਰਵਿਊ ਦੇ ਰਿਹਾ ਜਾਂ ਤਾਂ ਪਿੰਡ ਕੋਈ ਹੋਰ ਜਿੱਤ ਕੇ ਦੇ ਨਹੀਂ, ਮੈਂ ਤਿੰਨ ਵਾਰੀਆਂ ਇੱਥੇ ਘਰੇ ਕਬੂਤਰ ਅਜੇ ਮੇਰੇ ਪਛੀ ਛੱਡਿਆ ਹਾਂ, ਨਾਲੇ ਇੱਕ ਨੂੰ ਪਾਣੀ ਨਹੀਂ ਅਜੇ ਨਵਾਂ ਛੱਡਿਆ। ਮੇਰਾ ਮਤਲਬ ਇਹ ਦਿਮਾਗ ਦੀ ਘੜੀ ਨਹੀਂ ਕੋਈ ਜਾਣਦਾ, ਮੈਨੂੰ ਕਬੂਤਰਬਾਜ਼ੀ ਛੱਡਦਾ ਕਰਕੇ ਭੇਤ ਲੱਗ ਗਿਆ ਵੀ ਇਹ ਆਜ਼ਾਦੀ ਮਿਲਦੀ। ਕੁਛ ਬੁੜੇ ਨੇ ਦੱਸੇ ਜਿਹੜੀਆਂ ਪਹਿਲਾਂ ਬਾਜ਼ੀਆਂ ਤੁਹਾਡੇ ਜ਼ਮਾਨੇ 'ਚ ਉੱਡੀਆਂ, ਇੱਕ ਪਹਿਲਾਂ ਤੁਹਾਨੂੰ ਮੈਂ ਸਵਾਲ ਪੁੱਛਿਆ ਸੀ ਵੀ ਤੁਸੀਂ ਕਿਹੜੇ ਕਿਹੜੇ ਖਿਡਾਰੀ ਆ, ਪੁੰਨੂ ਦੇ ਨਾਲ ਵੀ ਡਾਏ ਆ ਜੀ, ਭਾਗ ਨਾਲ ਤਾਂ ਤੁਸੀਂ ਡਾਏ, ਭਾਗ ਨਾਲ ਵੀ ਡਾਏ, ਹੋਰ ਕਿਹੜੇ ਕਿਹੜੇ ਉਦੋਂ ਦੇ ਖਿਡਾਰੀ ਸੀ ਉਹਨਾਂ ਬਾਰੇ ਚਾਨਣਾ ਪਾਓ ਵੀ ਕਿਹੜੇ ਉਦੋਂ ਖਿਡਾਰੀਆਂ ਨਾਲ ਤੁਸੀਂ ਕਬੂਤਰ ਕਿਹੜੇ ਖਿਡਾਰੀਆਂ ਨਾਲ ਡਾਏ। ਜੱਗਾ ਦਿਓ ਵਾਲਾ ਸੀ, ਧੰਨਾ ਸਿੰਘ ਮਹਾਰਾਜ ਵਾਲਾ ਸੀ, ਮਖਤਿਆਰਾ ਸੀ ਮਹਾਰਾਜ ਦਾ। ਦੂਜਾ ਜਿਹੜਾ ਨੰਬਰ ਆ ਜਾਂਦਾ ਸੀਗਾ ਜਸਵੀਰ ਮੋਹਣੀ, ਬੱਲੋ ਵਾਲੇ ਹਾਕਮ ਦੇ ਪਿਓ, ਦੋਵੇਂ ਮੁਖਤਿਆਰ ਜੋਰਾ ਸੂ। ਜਿਉਂਦਾ ਵਾਲਾ ਸੋਣੀ ਸੀ, ਜਿਹੜੇ ਮਸ਼ਹੂਰ ਸੀ ਇਹ ਜ਼ਿਆਦੇ ਜਮੰਦੇ ਵਾਲੇ ਦੇ ਚੋ ਵਾਲੇ ਮੋਦਨ ਸੀ, ਗੋਗੜ ਸੀ ਇੱਧਰ ਗੋਗੜ ਰੋਡੇ ਉਰੇ ਫਰੀਦਕੋਟ ਬਣੀ, ਜਿਉਂ ਜਿਉਂ ਵਾਕਬ ਹੋਇਆ ਜਿਉਂ ਜਿਉਂ ਵਧੇ ਆਤਮੇ ਉਰੇ ਮਿੱਡੂ ਮਾਨ ਵਾਲੇ, ਅਤੇ ਭੱਚਰ ਦੇ ਚੇਲੇ ਸੀ ਹੋਰ ਹਰੀ ਵਾਲੇ ਚੰਦ ਹੋਰੇ। ਮੈਂ ਤਾਂ ਸਾਰਿਆਂ ਨੂੰ ਜਾਣਦਾ, ਰੁੜਦੂ ਹੋਰਿਆਂ ਨੂੰ ਮੈਂ ਛੱਡੀਆਂ ਉੱਧਰ ਬਾਜੀਆਂ, ਆਪਾਂ ਹਰੇ ਨਹੀਂ ਮਹਾਰਾਜ ਨੇ ਆਪਾਂ ਨੂੰ ਵਧਾਈਆਂ ਹੀ ਦਵਾਈਆਂ। ਤੁਹਾਡੇ ਕੋਲ ਜਿਹੜੇ ਪੁਰਾਣੇ ਕਬੂਤਰ ਉਹ ਤੁਸੀਂ ਲੈ ਕੇ ਆਏ ਸੀ ਫਰੀਦਕੋਟ ਤੋਂ, ਅੱਜ ਮੌਜੂਦ ਆ ਉਹ ਜਾਂ ਹੋਰ ਕੋਈ ਨਾ? ਉਹਨਾਂ ਦੀ ਔਲਾਦ ਹੈ, ਉਹਨਾਂ ਦੀ ਔਲਾਦ। ਇੱਕ ਤੁਹਾਡੇ ਡੱਬੇ ਕਬੂਤਰ ਮਸ਼ਹੂਰ ਹੋਏ ਹੈਗੇ ਅੱਜ ਆਪਣੇ ਕੋਲ, ਹੈਗਾ ਜੀ ਡੱਬਾ, ਹੈਗਾ ਐਤਕੀ ਵੀ। ਉਹਨਾਂ ਦੀ ਕੋਈ ਹਿਸਟਰੀ ਦੱਸੋ ਆਪਣੇ ਖਿਡਾਰੀ ਵੀਰਾਂ ਨੂੰ, ਜਿਹੜੇ ਡੱਬੇ ਕਬੂਤਰ ਕਿੱਥੋਂ ਮਸ਼ਹੂਰ ਹੋਏ ਸੀ ਤੁਹਾਡੇ, ਕੋਈ ਬਾਜੀ ਹੈ ਇਹੋ ਜਿਹੀ? ਇਹ ਜਦੋਂ ਜੰਟਾ ਸੇ ਗੁਜ਼ਰ ਗਿਆ ਸੀ ਨਾ, ਉਹਦਾ ਕਬੂਤਰੀ ਤਾਂ ਮੈਨੂੰ ਡੱਬੀ ਦੇ ਦਿੱਤੀ ਉਹਨੇ ਪਹਿਲਾਂ ਹੀ, ਪਰ ਜਿੱਦੇ ਉਹ ਗੁਜ਼ਰਿਆ ਉਹਦੇ ਘਰ ਵਾਲੀ ਨੇ ਸਾਨੂੰ ਸੱਦ ਕੇ, ਅਸੀਂ ਗਏ ਤਾਂ ਅਫਸੋਸ ਕਰਨ, ਅਤੇ ਮੇਰੇ ਨਾਲ ਇੱਕ ਮੁੰਡਾ ਉਤਾਲੀ ਤੋਂ ਸੀ, ਉਹ ਸਾਨੂੰ ਇਹੋ ਜਿਹੇ ਵੇਲੇ ਕਹਿੰਦੇ ਵੀ ਦਿਨ ਹੋ ਗਿਆ ਕਬੇੜਾ, ਪਿੰਡ ਤਾਂ ਤੁਸੀਂ ਜਾ ਨਹੀਂ ਸਕਦੇ, ਬਠਿੰਡੇ ਰਹੋਗੇ, ਝੂਰੀ ਰਾਤ ਕੱਟ ਲਓ। ਅਸੀਂ ਆਖਿਆ ਵੀ ਚੱਲ ਇਹ ਵੀ ਗੱਲ ਠੀਕ ਹੈ। ਸਾਨੂੰ ਰਾਤ ਨੂੰ ਦੋਵੇਂ ਕੁੜੀਆਂ, ਦੋਵੇਂ ਇੱਕ ਮੁੰਡਾ ਅਤੇ ਇੱਕ ਸੁਖਦੇਵ ਕਰ, ਚਾਰਾਂ ਜੀਆਂ ਨੇ ਉਹਦੇ ਏਜੰਟ ਦੇ, ਤਿੰਨ ਬੱਚੇ ਇੱਕ ਘਰ ਵਾਲੀ, ਉਹ ਕਹਿਣ ਲੱਗੇ ਉਹਨਾਂ ਨੇ ਰਾਏ ਕਰ ਲਈ ਵੀ ਕੁਛ ਤਾਂ ਤੁਹਾਡੇ ਘਰੋਂ ਆਏ ਨੇ ਕਬੂਤਰ, ਅਤੇ ਕੁਛ ਇਹਨਾਂ 'ਚ ਜਿਹੜੇ ਜੰਗਲ ਲੱਗਦੇ ਤੁਸੀਂ ਬੋਲੇ ਜੀ। ਉਸ ਕਬੂਤਰ ਮੈਂ ਕਿਹਾ ਵੀ ਅਸੀਂ ਆਏ ਅਫਸੋਸ ਕਰਨ, ਲੋਕ ਸਾਨੂੰ ਗਾਲਾਂ ਕੱਢਦੇ, ਜੇ ਤਾਂ ਕਬੂਤਰ ਚੱਕੀ ਜਾਂਦੇ। ਉਹ ਮੁੰਡਾ ਕਹਿੰਦਾ ਰਾਜ, ਕਹਿੰਦਾ ਚਾਚਾ ਜੀ ਗੱਲ ਇਹ ਆ ਵੀ ਤੁਸੀਂ ਕਬੂਤਰ ਜਿੱਤੇ ਤੁਹਾਡੀ ਦੋਸਤੀ ਸੀ ਸੱਦਿਆ ਦਿੱਤਾ ਹੈ, ਕਬੂਤਰ ਤਾਂ ਅਸੀਂ ਰੱਖਾਂਗੇ, ਸਾਡੇ ਕੋਲ ਰਹਿ ਨਹੀਂ ਦੇਣੇ, ਲੋਕ ਲੈ ਜਾਣਗੇ, ਤੁਸੀਂ ਲੈ ਜਾਓ। ਅਸੀਂ 17 ਕਬੂਤਰ ਲੈ ਆਏ ਸੀ, ਇਹ ਮੇਰੇ ਨਾਲ ਵਾਲਾ 8 ਲੈ ਗਿਆ, ਮੈਨੂੰ 9 ਛੱਡ ਗਿਆ। ਉਹਨੇ ਤਾਂ ਸਾਰੇ ਗਮਾਗ ਮੂਲੇ, ਮੇਰੇ ਕੋਲ ਹੈਗੇ ਉਹ ਪਾਰਟੀ ਦੇ ਕਬੂਤਰ ਬਣੇ ਹੋਏ ਨੇ, ਉੱਡਦੇ ਨੇ ਉਹੀ ਕਬੂਤਰ ਤੋਂ। ਹਾਂ, ਉਹ ਇੱਕ ਕਬੂਤਰ ਕਹਾਂ ਅਸੀਂ ਮੁੱਲ ਲੈ ਲਿਆ ਸੀਗਾ ਡੱਬਾ,
बस उन्हें फिर मैं लीला भी जितया कप पिया निशानियां जड़ियां जीतिया हुई बहुत बाजिया जीत ऐत की भी तंडबाजी बहुत वड्डा ना है हूँ आ देखो मेरे नाल बैठा मेरे क्लब च बाजिया छड़न वाला ऐतकी भी असं तंडबाजियां बांडे क्लब च भी छड़े पंजाब दे कोई हेरा फेरी हो मन ले गल उन्होंने पिंड इतने तीन क्लब उन्होंने क्लब च भी जीते एक वट्सअप ग्रुप च अज तो साल पहला असि थोड़े तो बारे काफ़ी वट्सअप सुनिया कबूतर का इतने कोई रौला हो गया सी बारे भी कोई आपका स्पष्टीकरण देना चाहो अज अपने चैनल के जरिए उदा स्पष्टीकरण यह भी वो इतने मनता नहीं बैठे जी मेरा कबूतर उड़ रहा उन्होंने तीन ने साझी करती मैं कटता चार ही रेंदे मैं उन्होंने फिर साझी नहीं करता सी उन्होंने कबूतर बह गया बपियाले मोड़ का उदे बारे हजे तक भी जिथे मर्जी चढ़ा लेना मसीत गुरद्वारा मंदिर भी सानू प्यो पुता पता भी नहीं कबूतर कितने बैठा किने लिया लिया के इतने के बारे च रखता इतने गुरु ग्रंथ साहब की बाणी है असं भी जुड़े ला के पढ़ते ये नहीं सानू हजे तक पता भी कौन बहा के गया फिर वो सानू कहते कबूतर थोड़े अंदर है साडा मखा तुसी तां कहिंदे साडा टच नहीं करिया हुण कहिंदे कबूतर थोड़े अंदर असी लागड़ तां है नहीं वी जिहड़े नूं भज्जे जांदे फड़ लईए हाए किथे कहिंदे आ जाओ इहनूं मेरे पुत्त नूं लिया आ दिखाता कहिंदा फिर इह तां जिहड़ा बंदा उह दस्से मैं फड़ के लिया सानूं जो सबूत किहड़े ने फड़िया सी किहने रख्या सी असी किसे दा कबूतर नहीं चकना मेरा कबूतर तां बाजी जितदा उह पंज थले हटदा है आथने 52 सांझे हुए 124 च बाकी हर गए सारे पहला बह गया उथे छड़े मोर के फिर जंटे ने आलम वालिया ने होर बंद ने उन्होंने फिट लानत दी भी तुम निंग भले मानस क्यों सिर लाने हानि मनो क्योंकि थोड़ा परिवार एक सिखी न जुड़िया होया तुम थोड़े छोटे वे वे बेटे है थोड़े उधर भी पोता है सारे मतलब एक सिखी न जुड़े हुए है ये अमृत तुसी कदों छकिया सी तुहाडे मतलब दादा परदादा जी पहला अमृत छकिया सी सत पीढ़ियां तो गुरसिखां दा घर कितने थोड़ी कितने बहुती असी पंज जी हाँ पंजे जी अमृतधारियां इन्हां च दोने जी अमृतधारी ने किन्ने तुहाडे किन्ने बेटे मेरे एको बेटा एको बेटा छकिया होया पोते दा भी छकिया संत बाबा तर सिंह तो सिखी है ਮਤਲਬ ਤੁਹਾਡਾ ਸ਼ੁਰੂ ਤੋਂ ਜਿਹੜਾ ਪਰਿਵਾਰ ਹੈ ਸਿੱਖੀ ਨਾਲ ਜੁੜਿਆ ਬਾਬਾ ਅਤਰ ਸਿੰਘ ਜੀ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਜਿਹੜਾ ਆਪਣਾ ਸਿੱਖ ਪੰਥ ਹੈ ਬਹੁਤ ਪਿੱਛੇ ਜਾ ਰਿਹਾ ਹੈ ਤੇ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਿੱਖ ਧਰਮ ਨਾਲ ਜੁੜੇ ਹੋ ਅਸੀਂ ਤੁਹਾਡੇ ਵੀ ਧੰਨਵਾਦੀਆਂ ਬਾਹਰਲੇ ਬਰਡ ਵਾਲਿਆਂ ਨੂੰ ਵੀ ਸੁਨੇਹਾ ਦਿੰਨਾ ਵੀ ਕਬੂਤਰਾ ਪਿੱਛੇ ਨਾ ਝੂਠ ਮਾਰੋ ਜੇ ਪਹਿਲੀ ਗੱਲ ਮੰਨਦੇ ਤਾਂ ਜਮੇ ਨਾ ਝੂਠ ਮਾਰੋ ਇਹ ਜਿਹੜੀ ਸ਼ੌਕ ਰੱਖਦੇ ਹੋ ਸ਼ੌਕ ਦੀਆਂ ਬਾਜ਼ੀਆਂ ਕਰੋ ਮਤਲਬ ਜਿਹੜੇ ਨੂੰ ਬਹਿ ਗਿਆ ਕਹਿੰਦੇ ਉਹ ਬਹਿ ਗਿਆ ਕਿਉਂ ਨਹੀਂ ਮੰਨਦੇ ਮੈਂ ਹੁਣ ਵੀ ਮੇਰੇ ਕਲੱਬ 'ਚ ਐਂਟਰੀਆਂ ਨੇ ਮੋੜ 3 ਸਾਲਾਂ ਦੇ ਵਿੱਚੋਂ ਇੱਕ ਬਾਜ਼ੀ ਵੀ ਹਿੱਸਾ ਲਿਆ ਦੱਸੇ ਫਿਰ ਮੈਂ ਮੰਨ ਜੂੰਗਾ ਇਹ ਜਿਹੜੇ ਤੁਸੀਂ 1 ਨੰਬਰ ਦੇ 2 ਨੰਬਰ ਦੇ ਲਈ ਬੈਠੇ ਹੋ ਬੰਦਿਆਂ ਨੂੰ ਉਹ ਬੰਦੇ ਅਸੀਂ ਫੜੇ ਆ ਉਹਨਾਂ ਦੇ ਕਬੂਤਰ ਫੜੇ ਆ ਅਸੀਂ ਨਹੀਂ ਲੈ ਕੇ ਆਏ कबूतर तो ले जाओ जिन्ने मर्जी होर मंग के ले जाओ पर झूठ ना मारो कोई नहीं किसी का नाम उच्चा आ जाए मैनू कोई विरोध नहीं है मैं खुश हाँ इस गल ते मिट्टी का पैर थले भी चली हुंदी है इस तरह ना जिवें आपां हुण तुहाडी जिहड़ी ये इंटरव्यू आपां लै रहे हैं जिहड़े अपने चैनल ते आपां जो वीडियो नूं चढ़ावांगे हो सकदा तुहाडे प्रति तुसीं पहले नंबर ते आओ क्योंकि अपनी पहला ना तो कोई फेसबुक ते तुहानूं मैं पिछे जे जिक्र कीता सी स्टार्टिंग च शायद अपना वह वीडियो च नहीं आया जिहड़ी तुहाडी मैं पिक पाई सी मेरे पेज
ਪੇਜ ਹੈ ਮੇਰਾ ਆਫੀਸ਼ੀਅਲ ਆਪਦਾ, ਉਸ ਪੇਜ 'ਤੇ 700 ਲੋਕਾਂ ਨੇ ਪਿਆਰ ਦਿੱਤਾ ਤੁਹਾਨੂੰ, ਬਹੁਤ ਵਧੀਆ ਕਮੈਂਟ ਕੀਤੇ ਆ ਤੁਹਾਡੇ ਪ੍ਰਤੀ। ਇਸ ਕਰਕੇ ਉਤਰਾਅ ਚੜ੍ਹਾਅ ਆਉਂਦਾ ਹਰ ਇੱਕ ਵੀਡੀਓ ਨੂੰ ਹੈ। ਸਾਨੂੰ ਕਈ ਵੀਡੀਓ ਤੋਂ ਬੜੀ ਉਮੀਦ ਸੀ, ਬੜੀਆਂ ਥੱਲੇ ਰਹਿ ਗਈਆਂ ਉਹ, ਕਈ ਵੀਡੀਓ ਤੋਂ ਸਾਨੂੰ ਉਮੀਦ ਨਹੀਂ ਸੀ, ਉਹ ਬੜੀਆਂ ਉੱਚੀਆਂ ਚੱਲੀਆਂ ਗਈਆਂ। ਅਸੀਂ ਕਦੇ ਝੂਠ ਨਹੀਂ ਮਾਰਦੇ, ਸਾਡਾ ਪੁੱਤਰ ਲਾਉਣ ਦਾ ਪਹਿਲਾਂ ਕਹਿੰਦੇ ਟਾਈਮ ਲਾ ਦਿਓ ਬਈ ਸਾਡੇ ਪੁੱਤਰ ਦੇ, ਅਸੀਂ ਝੂਠ ਮਾਰਦੇ। ਇੱਕ ਮੈਂ ਹੁਣ ਤਾਂ ਇੰਟਰਵਿਊ ਹੋ ਰਹੀ ਹੈ ਆਪਣੀ, ਵੀਡੀਓ ਪੈ ਰਹੀ ਹੈ ਜੀ। ਵੀਡੀਓ ਬਣਨ ਦੇ ਵਿੱਚ ਮੈਂ ਇਹਨਾਂ ਨੂੰ ਸੁਨੇਹਾ ਦਿੰਦਾ, ਜਿੰਨੇ ਵੀ ਉਸਤਾਦ ਬਣਦੇ ਆ, ਜਿਹੜੇ ਚੇਲੇ ਬਣਾਉਂਦੇ ਆ, ਉਹ ਉਸਤਾਦ ਉਸਤਾਦਬਾਜ਼ੀ ਰੱਖ ਲਓ। ਇੱਕ ਇਹੋ ਜਿਹੇ ਬੰਦੇ ਨੂੰ ਕਾਪੀ ਫੜਾਓ ਜਿਹੜਾ ਕਿਸੇ ਦਾ ਸਾਥ ਨਾ ਦੇਵੇ। ਫਿਰ ਮੈਂ ਮੰਨੂ ਇਹਨਾਂ ਨੂੰ ਗੁਰੂ ਬਣਨ ਵਾਲਿਆਂ ਨੂੰ ਵੀ ਨਿੰਗ ਜਿੱਤ ਲਿਆ। ਤੁਹਾਨੂੰ ਇੱਕ ਗੱਲ ਹੋਰ ਦੱਸੀਏ ਵੀ ਜਿੰਨੀਆਂ ਵੀ ਅਸੀਂ ਇੰਟਰਵਿਊ ਕਰਦੇ ਹਾਂ ਜਾਂ ਇੱਕ ਮਿੰਟ ਦੀ ਜਾਂ ਦੋ ਮਿੰਟ ਦੀ ਹੁੰਦੀ, ਉਹ 'ਚ ਕੱਟ ਆਉਂਦਾ ਹੁੰਦਾ, ਆਪਾਂ ਨਵੀਂ ਗੱਲ ਛੇੜੀਏ। ਅੱਜ ਦਾ ਮਾਹੌਲ ਇੱਕ ਇਹੋ ਜਿਹਾ ਜਿਵੇਂ ਆਪਾਂ ਇੱਕ ਲਾਈਵ ਚਲਾਉਂਦੇ ਹੁੰਦੇ ਹਾਂ, ਕਿਉਂਕਿ ਮਾਹੌਲ ਹੀ ਇਹੋ ਜਿਹਾ ਬਣ ਗਿਆ, ਨਾ ਸਾਨੂੰ ਕੱਟ ਕਹਿਣ ਦਾ ਮੌਕਾ ਮਿਲ ਰਿਹਾ, ਗੱਲ ਰੈਗੂਲਰ ਚੱਲੀ ਆ ਰਹੀ ਹੈ, ਠੀਕ ਹੈ। ਜੋ ਨੈਚੁਰਲ ਚੱਲਦੀ ਅਸੀਂ ਉਹੀ ਅੱਗੇ ਦਿਖਾਵਾਂਗੇ, ਕੱਟ ਵੱਢ ਕੇ ਨਹੀਂ ਵਿਖਾਵਾਂਗੇ, ਕਿਉਂਕਿ ਕੋਈ ਵੀ ਸ਼ਾਰਟ ਹੁੰਦਾ ਸੀ ਗੱਲ ਪੁੱਛ ਕੇ ਪਹਿਲਾਂ ਓਕੇ ਕਰਕੇ ਇੱਕ ਰੀਲ ਪੁੱਛ ਲਈ, ਫਿਰ ਕੱਟ ਕਰ ਲਿਆ, ਅੱਗੇ ਦੁਬਾਰਾ ਫਿਰ ਅਸੀਂ ਆਪਦੀ ਰੋਲਿੰਗ ਸਟਾਰਟ ਕਰਦੇ ਹਾਂ। ਪਰ ਅੱਜ ਦਾ ਤੁਹਾਡੀਆਂ ਗੱਲਾਂ ਤੋਂ ਮਾਹੌਲ ਹੀ ਇਹੋ ਜਿਹਾ ਇੱਕ ਬਣ ਚੁੱਕਿਆ ਹੈ ਜਿਹੜਾ ਕਿ ਨਾ ਤੁਸੀਂ ਰੈਗੂਲਰ ਕੋਈ ਲੜੀ ਟੁੱਟਣੀ ਨਹੀਂ ਦਿੱਤੀ, ਜੋ ਤੁਸੀਂ ਸੱਚ ਬੋਲ ਰਹੇ ਹੋ, ਲੜੀ ਆਪਣੀ ਟੁੱਟੀ ਨਹੀਂ, ਜੋ ਇੰਟਰਵਿਊ ਮੈਨੂੰ ਲੱਗਦਾ ਪਿਛਲੇ 15-20 ਮਿੰਟਾਂ ਤੋਂ ਰੈਗੂਲਰ ਹੀ ਚੱਲ ਰਹੀ ਹੈ। ਠੀਕ ਹੈ, ਹੁਣ ਆਪਾਂ ਸਵਾਲ ਕਰਦੇ ਹਾਂ ਤੁਹਾਨੂੰ, ਜਿਹੜਾ ਤੁਸੀਂ ਪਹਿਲੀ ਬਾਜੀ ਜਿੱਥੋਂ ਤੁਹਾਡਾ ਨਾਂ ਨਿਹੰਗ ਕਰਾਂ ਲੋਕ ਜਾਣਨ ਲੱਗੇ ਤੁਹਾਨੂੰ, ਉਹ ਕਿਹੜੀ ਬਾਜੀ ਸੀ, ਕਿਹੜੇ ਪਿੰਡ 'ਚ ਤੁਸੀਂ ਕਬੂਤਰ ਛੱਡਿਆ ਸੀ, ਉਹ ਤੁਹਾਨੂੰ ਲੋਕ ਜਾਣਨ ਲੱਗੇ? ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਛੋਟੇ ਜਿਹੇ ਤੇ ਆਹ ਪਿੰਡ ਜਮਾਰ ਕੇ ਹੈਗੇ, ਉੱਥੇ 80 ਸਾਲ ਦਾ ਬੁੜਾ ਸੀ ਤੇਜਾ, ਸੀ ਬਹੁਤ ਮਸ਼ਹੂਰ ਸੀ, ਉਹ ਕਹਿੰਦਾ ਮੇਰੇ ਨਾਲ ਬਾਜੀ ਬੰਨੋ, ਸਾਡੇ ਨਾਲ ਜਵਾਕਾਂ ਨਾਲ ਬਾਜੀ ਬੰਨ ਲਈ ਜੀ, ਆਹ ਨੰਗਲ ਬਾਜੀ ਬੰਨ ਲਈ, ਆਪਦਾ ਕਬੂਤਰ ਤਾਂ ਉੱਥੇ ਗਜਾਉਣ ਲੱਗ ਗਿਆ, ਸਾਨੂੰ ਜਵਾਕਾਂ ਨੂੰ ਇੰਨਾ ਪਤਾ ਨਹੀਂ ਸੀ, ਪਹਿਲੀ ਬਾਜੀ ਨੰਗਲ ਛੱਡੀ ਹੈ, ਬੁੜੇ ਨੂੰ ਦਿਨੇ ਤਾਰੇ ਵਿਖਾਤੇ, ਫਿਰ ਇਹ ਜਿਹੀਆਂ ਲੋਕਲ ਜਿਹੀਆਂ ਬਾਜੀਆਂ ਇੱਥੇ ਹੋਈ ਗਈਆਂ। ਜੇ ਬਾਜੀਆਂ ਤੁਹਾਨੂੰ ਸਾਰੀਆਂ ਵਿਖਾਈਏ ਵੀ ਜਿਵੇਂ ਮੁਹੱਬਤ ਆਪਣਾ ਬੇਗਾ ਲਹਿਰਾ ਫੱਟਾ ਲੱਗਦਾ ਹੁੰਦਾ ਸੀ, 21 ਕਬੂਤਰ ਛੁੱਟੇ, ਧੰਨਾ ਸੁਨੇ ਵੀ ਛੱਡਿਆ ਹੋਇਆ, ਸਾਰਿਆਂ ਨੇ ਛੱਡੇ। ਸਾਡੇ ਕੋਲ ਸੀ ਇੱਕ ਬੱਗੀ ਕੰਨੀ ਵਾਲੀ ਲਾਲ ਭੂਰੀ ਕਬੂਤਰੀ, ਅਤੇ ਜਿਉਂਦਾ ਵਾਲਿਆਂ ਕੋਲ ਉਸੇ ਦੀ ਭੈਣ ਮਿੱਠੀ ਲਗੇ ਸੀ, ਉਹ ਉਹਨਾਂ ਨੇ ਉਹ ਛੱਡੀ, ਉੱਥੇ ਫੱਟਾ ਲਾਏ 'ਚ ਇੱਕ ਕਬੂਤਰ ਬੰਧਨ ਦੇ ਉੱਤੇ ਆ, ਉਸੇ 'ਤੇ ਇਕੱਠੇ ਹੋਈ ਜਾਂਦੇ, ਕਬੂਤਰ ਗੁਆਚਦੇ ਜਿਹਦੇ ਨਾਲ ਦਾ ਉੱਥੇ ਹੀ ਹਰੀ ਜਾਂਦੇ, ਉੱਥੇ 20 ਦੇ 20 ਬਹਿ ਕੇ ਮੇਰੀ ਇਕੱਲੀ ਰਹੀ। ਇਹੋ ਜਿਹੀਆਂ ਬਾਜੀਆਂ ਅਲੀ ਕੇ ਤਪੇ ਤੋਂ ਪਰੇ, ਅਲੀ ਕੇ ਨੇ ਕਾਲੀ ਕੇ ਨੇ ਅਲੀ ਕੇ ਦਰਾਜ ਦੇ ਨਾਲ, ਉੱਥੇ ਵੀ 4 ਵਜੇ ਇਕੱਲੀ ਰਹੀ। ਚਲੋ ਬਾਜੀਆਂ ਜਿੱਤੀਆਂ ਤਾਂ ਸਾਰੀਆਂ ਯਾਦ ਨਹੀਂ ਆਉਂਦੀਆਂ, ਮਾਖੇ ਛੱਡੀ ਪਰ ਉਹਨਾਂ ਸਾਲਾਂ 'ਚ ਜਦੋਂ ਇਹ ਕਬੂਤਰੀ ਸੀ, ਧੰਨਾ ਸੁੰਦਰਾ ਲਾਲਚੀਨਾ ਲੱਕੜ, ਦੋ ਕਬੂਤਰ ਮਸ਼ਹੂਰ ਹੋਏ ਆ ਸਾਡੇ ਨਾਲ ਰਹੇ ਨੇ, ਇਹ ਸਾਡੇ ਨਾਲ 7 ਪਿੰਡ ਹੀ ਅਸੀਂ ਸਾਂਝੇ ਅਸੀਂ ਰਹਿਆਂ, ਵੱਲੋਂ ਜਾ ਕੇ ਮੈਂ ਹਰਦਾ ਸੀ, ਧੰਨਾ ਸੁ ਜਿੱਤਦਾ ਸੀ। ਮੈਂ ਹੁਣ ਵੀ ਇੰਟਰਵਿਊ 'ਚ ਕਹਿ ਰਿਹਾ ਉੱਥੇ ਵੀ ਇਹੀ ਲੱਛਣ 'ਤੇ, ਕਿਉਂ ਮੈਂ ਕਿਹਾ ਹੁਣ ਮਾੜਾ ਪੈ ਗਿਆ ਜੇ ਦੱਸਦੀ ਇੰਨੀ ਗੱਲ, ਉੱਥੇ ਧੰਨਾ ਸੁ ਤਾਂ ਜਿੱਤਦਾ ਸੀ, ਤੜਕੇ ਆ ਗਿਆ ਮੀਂਹ, ਅਸੀਂ ਨਾੜੀਆਂ 'ਚ ਰਲ ਗਏ, ਧੰਨਾ ਸੁ ਕਹਿੰਦਾ ਵੀ ਮੈਨੂੰ ਤਾਂ ਕਬੂਤਰੀ ਪਿਆਰੀ ਹੈ, ਮੈਂ ਤਾਂ ਨਹੀਂ ਛੱਡਦਾ ਬੱਦਲ 'ਚ ਗੁਆ ਜੂ, ਉਹ ਬੱਦਲ ਤਾਂ ਮਿੰਟਾਂ 'ਚ ਹੀ ਪਰੇ ਹੋ ਗਿਆ, ਐਂ ਸੂਰਜ ਹੋ ਗਿਆ ਨੰਗਾ, ਧੰਨਾ ਸੁ ਕਹਿੰਦਾ ਮੁੰਡਾ ਮੇਰਾ ਜੀ ਕਰਦਾ, ਅਸੀਂ ਕਿਹਾ ਯਾਰ ਰੋਜ਼ ਇਕੱਠੇ ਹੋਣ ਵਾਲੇ ਆ ਛੱਡ ਦੇ, ਅੱਧਾ ਘੰਟਾ ਪੌਣਾ ਘੰਟਾ ਕਿਹੜਾ ਕਿਸੇ ਨੇ ਘੜੀ ਵੇਖੀ ਹੈ, ਉਹ ਮਗਰੋਂ ਛੱਡੀ ਸੀ ਕਬੂਤਰੀ, ਅੱਗੇ ਹੀ ਤਕੜੀ ਸੀ, ਲਾਸਟ ਅਸੀਂ ਤਿੰਨ ਰਹਿ ਗਏ, ਉਹ ਮੋਗੜ ਕਰਨਾ ਲਾ ਕੇ ਨਿੰਗ ਨਾ ਸਾਂਝੀ ਨਾ ਕਰੇ ਹਰਜੂ, ਧੰਨਾ ਸੁ ਕਹਿੰਦਾ ਅੱਜ ਹਰਜੂ ਨਿੰਗ ਸਵੇਰੇ ਤੁਹਾਡਾ ਕੀ ਜਾਂਦਾ ਕਿਸੇ ਦਾ, ਮੈਂ ਤਾਂ ਕਰੂੰਗਾ ਇਹਦੇ ਨਾਲ, ਉਹਦੇ ਮੈਂ ਹਰ ਜਾਂਦਾ ਉਹਦੇ ਥੱਲੇ ਵੀ ਉਹ ਲੇਟ ਛੁੱਟੀ ਕਰਕੇ। ਇਹ ਕਬੂਤਰਬਾਜ਼ੀ 'ਚ ਤੁਹਾਨੂੰ ਵੀ ਦੱਸ ਦਿੰਦਾ, ਗਾਹਾਂ ਵਾਸਤੇ ਮਾਰ ਨਹੀਂ ਖਾਓਗੇ, ਮੇਰੀ ਕਬੂਤਰੀ ਨੂੰ ਫੜ ਕੇ ਹਾਕਮ ਅਤੇ ਬੰਸਾ ਜਿਉਂਦਾ ਵਾਲਾ ਅੰਦਰ ਲੈ ਗਏ, ਲਾ ਕੇ ਸਰੋਂ ਦਾ ਤੇਲ ਤੇਲ ਲਿਪ ਕੇ ਕਬੂਤਰੀ ਉੱਤੋਂ ਤੇ ਉੱਲਾ ਲਾ ਤਾ, ਜੇ ਮੀਂਹ ਆਇਆ ਤਾਂ ਇਹਦੇ 'ਤੇ ਪਾਣੀ ਨਹੀਂ ਪੈਣਾ, ਆਪਦੀ ਅਕਲ ਦੜਾ ਦੀ ਕਬੂਤਰੀ ਦੇ ਤੇ ਲੜੇ
ਛੀ ਪਿੰਡਾਂ ਦਾ ਇੱਕ ਪਿੰਡ ਬਣਾ ਰੱਖਿਆ, ਬੱਲੋ ਬਦਿਆਲੇ ਰੂੜੇ ਕੇ ਚੋ ਕਢੈਲਾ ਕਢੈਲੀ, ਸਾਰੇ ਦਿਨ ਕਬੂਤਰੀ ਬੱਲੋ ਦੇ ਉੱਤੋਂ ਦੀ ਜਾਏ, ਘੜੀ ਲਾ ਲੈਣ, ਘੜੀ ਅਜੇ ਲਾ ਕੇ ਹੱਟਣ ਉਹ ਨੂੰ ਆ ਜੇ, ਪਿੰਡ ਛੱਡਿਆ ਨਹੀਂ। ਜਦੋਂ ਐਨ ਅਖੀਰ ਜਾ ਕੇ 4 ਵਜੇ ਪੋਲਾ ਪੈ ਜਾਂਦਾ ਜਲੋਰ, ਉਦੋਂ ਇਹ 3-4 ਕਬੂਤਰ ਰਹੇ, ਤਿੰਨਾਂ ਚਾਰਾਂ 'ਚ ਖੜ ਗਈ। ਮੇਰੀ ਕਬੂਤਰੀ ਤਾਂ ਹਰਦੀ ਸੀ, ਉਹਨਾਂ ਨੇ ਨਾ ਅੰਦਰੋਂ ਤੇਲ ਲਾ ਦਿੰਦਾ ਸਰੋਂ ਦਾ, ਨਵੀਂ ਖੇਡ ਕਰੀ ਦੇਖੋ ਲੋਕਾਂ ਨੇ, ਅਤੇ ਤੁਹਾਨੂੰ ਵੀ ਚਾਨਣਾ ਹੋ ਜੂ ਇਸ ਗੱਲ 'ਚ। ਹੋਰ ਕਿਹੜੇ ਖਿਡਾਰੀ ਸੀ ਉਦੋਂ, ਉਹਨਾਂ ਦੀਆਂ ਕੋਈ ਪੁਰਾਣੀਆਂ ਯਾਦਾਂ ਤੁਹਾਡੀਆਂ ਉਸ ਟਾਈਮ ਦੀਆਂ ਬਾਜ਼ੀਆਂ ਦੀਆਂ ਸਾਨੂੰ ਸੁਣਾਓ, ਜਿਵੇਂ ਅੱਜ ਤੁਸੀਂ ਤੇਲ ਵਾਲੀ ਗੱਲ ਸੁਣਾਈ, ਕੋਈ ਹੋਰ ਵੀ ਸਾਂਝੀਆਂ ਕਰੋ ਉਸ ਟਾਈਮ ਦੀਆਂ ਗੱਲਾਂ ਸਾਡੀਆਂ, ਕੋਈ ਯਾਦਗਾਰ ਗੱਲਾਂ ਹੁੰਦੀਆਂ ਬਹੁਤ ਖਿਡਾਰੀਆਂ ਦੀਆਂ। ਫਿਰ ਇਹ ਤਾਂ ਜੀ ਉਹ ਰੁਦੂ ਵਾਲੇ ਉੱਧਰੋਂ ਖੇਡ ਆਈ ਥਾੜ ਚੋਂ ਹੈ ਜੀ, ਇੱਧਰ ਫਿਰ ਮਸ਼ਹੂਰ ਸਾਡੇ ਨਾਲ ਬੰਨੀ ਕਰਕੇ ਬਾਜ਼ੀਆਂ ਪੈਣ ਲੱਗ ਗਈਆਂ। ਖਿਆਲੀ ਵਾਲਾ ਉੱਧਰ ਸੀਗਾ ਦੇਖ ਲਓ ਗੋਨਿਆਣਾ ਮੰਡੀ ਕੋਲ, ਅਸੀਂ ਉੱਧਰ ਜਾਣ ਲੱਗ ਗਏ, ਉੱਧਰ ਜਾਣ ਲੱਗੇ ਫਿਰ ਹੋਰ ਪੰਗਾ ਪੈਂਦਾ ਰਿਹਾ। ਦਿਉਣ ਬਾਗਿਆ ਮੈਂ ਉੱਥੇ ਵੀ ਜਿੱਤ ਲਈ, ਬਾਦਲ ਬਾਗਿਆ ਉੱਥੇ ਵੀ ਜਿੱਤ ਲਈ, ਜਣੇ ਉਹ ਆਇਆ ਫਿਰ ਸਾਡੇ ਨਾਲ ਕਣੱਕਾ ਜਾਟ ਲੱਗ ਗਿਆ, ਫਿਰ ਅਸੀਂ ਇੱਧਰ ਲੁਧਿਆਣੇ ਬਣੀ ਨੂੰ ਲੰਘਣ ਲੱਗ ਗਏ। ਚੰਡੀਗੜ੍ਹ ਦਾ ਏਰੀਆ ਖੁੱਡਾ ਲਹਾਰਾ, ਮਤਲਬ ਪੀ ਜੀ ਆਈ ਦੇ ਇੱਧਰ ਕਦੇ ਪੰਚਕੂਲੇ ਆ, ਕਦੇ ਭਾਗੂ ਵੱਜ ਰਹੇ ਆ, ਕਦੇ ਤਖਾਣ ਵੱਜ ਰਹੇ ਆ, ਕਦੇ ਧਨੌਰੀ ਆ, ਮੁੰਡਾ ਉੱਥੋਂ ਵੀ ਬੈਠਾ ਮੜੋਲੀ ਤੋਂ ਮਰਿੰਡਿਓ। ਵਧਾਈਆਂ ਹੀ ਦੇਈ ਗਿਆ ਸਤਿਗੁਰੂ, ਐਂ ਤਾਂ ਪਤਾ ਹੀ ਨਹੀਂ ਵੀ ਕਿੰਨੀਆਂ। ਤੁਹਾਡੇ ਕਿੰਨੇ ਹੁਣ ਇਸ ਟਾਈਮ ਜਿਹੜੇ ਤੁਸੀਂ ਇੱਕ ਜ਼ਿਕਰ ਕੀਤਾ ਸੀ ਵੀ ਜਿਹੜੇ ਗੁਰੂ ਅਤੇ ਚੇਲਿਆਂ ਦਾ ਫਿੱਕਾ, ਚੇਲੇ ਤੁਹਾਨੂੰ ਧੋਖਾ ਦੇ ਗਏ? ਜਮਾਂ ਧੋਖਾ ਤਾਂ ਜਿਹੜਾ ਦਿੱਤਾ 2 ਚੇਲੇ ਆ ਜੀ, ਬਾਕੀਆਂ ਨੂੰ ਜਦੋਂ ਮੈਨੂੰ ਪਤਾ ਲੱਗਿਆ ਉਹਨਾਂ ਨੂੰ ਮੈਂ ਵੀ ਫਿਰ ਘੱਟ ਬੁਲਾਉਣਾ, ਅੱਜ ਬੁਲਾਏ ਵੀ ਨਹੀਂ ਜਾਣਾ ਜੀ। ਜਿਹੜੇ ਚੇਲੇ ਸਿੱਖ ਕੇ ਗੁਰੂ ਕੋਲੋਂ ਨਾ ਗਲਤ ਕਰਦੇ ਆ, ਉਹ ਗੁਰੂ ਪਿਓ ਨਾਲੋਂ ਵੀ ਚੰਗਾ। ਬਿਲਕੁਲ ਜੀ, ਜਦੋਂ ਆਪਾਂ ਕਿਸੇ ਨੂੰ ਗੁਰੂ ਮੰਨਦੇ ਹਾਂ, ਗੁਰੂ ਕਿਹਨੂੰ ਕਿਹਾ ਜਾਂਦਾ? ਆਪਾਂ ਵੀ ਗੁਰਸਿੱਖ ਬੰਦੇ, ਆਪਾਂ ਵੀ ਗੁਰੂ ਨੂੰ ਮੰਨਦੇ ਹਾਂ, ਕਿਸੇ ਵੀ ਧਰਮ ਦਾ ਨਾ ਧਾਰੋ ਗੁਰੂ ਜੀ, ਨਾ ਧਾਰੋ ਗੁਰੂ। ਜਦੋਂ ਆਪਾਂ ਬਣਾਉਂਦੇ ਹਾਂ ਉਹਨੂੰ ਬਹੁਤ ਇੱਜ਼ਤ ਸਤਿਕਾਰ, ਇੱਕ ਪਿਓ ਵਾਲਾ ਦਰਜਾ ਦੇਣਾ ਪੈਂਦਾ, ਦੇ ਕੇ ਜਾਂਦੇ। ਮੈਂ ਇਸ ਚੈਨਲ ਦੇ ਵਿੱਚ ਇੰਟਰਵਿਊ 'ਚ ਤਾਂ ਦੱਸਦਾ ਵੀ ਜਿਹੜੇ ਕਬੂਤਰਬਾਜ਼ ਚੇਲੇ ਤਾਂ ਬਣਾਉਂਦੇ ਆ, ਫਿਰ ਉਹਨਾਂ ਨੂੰ ਖੇਡ ਨਹੀਂ ਦੱਸਦੇ, ਫਿਰ ਨਾ ਬਣਾਉਣ ਚੇਲੇ ਜੀ। ਅੰਨੀਆਂ ਪੀਸਣ ਕੁੱਤੇ ਚੱਟਣ ਚੇਲੇ ਵੀ ਇਹੋ ਜਿਹੇ ਨੇ, ਉਹਨਾਂ ਕੋਲ ਗਿਰਦੇ ਨੇ, ਉਹਨਾਂ ਨੂੰ ਇੱਕ ਨੰਬਰ 'ਤੇ ਲਿਆਉਣ ਲੱਗੇ, ਫਿਰ ਵੋਟਾਂ ਵੀ ਉੱਧਰ ਵੱਧ ਪਾਉਂਦੇ ਨੇ ਜੀ। ਇਹ ਖਾਣ ਕੁੱਤੇ ਵੀ ਹੈਗੇ, ਮੈਂ ਮੂੰਹ 'ਤੇ ਕਹਿੰਦਾ, ਉੱਥੇ ਕੁੱਕੜ ਬਣਿਆ ਹੋਇਆ ਉੱਧਰ ਨੂੰ 100 ਵਗ ਜੂ, ਜੇ ਉਹਦੇ ਪ੍ਰਸ਼ਾਦ ਬਣਿਆ ਤਾਂ 3 ਹੀ ਰਹਿ ਜਾਣਗੇ। ਇਹ ਝੂਠ ਨਹੀਂ ਹੈਗਾ, ਸੱਚ ਹੈ। ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸੰਗਤ ਬੈਰਡ 'ਚ ਜਾਊਗੀ ਇਹ ਗੱਲ ਵੀ, ਜਿਹੜੇ ਝੂਠ ਸਪਾ ਨੂੰ ਨਿਰਣਾ ਕੱਢ ਲਓ। ਜੇ ਮੈਨੂੰ ਤੁਸੀਂ ਹਜੇ ਮੇਰਾ ਹੈਗਾ ਸਰੀਰ ਕੰਮ ਕਰਦਾ ਵੀ, ਜੇ ਦੇਖਣਾ ਝੱਟ ਇੱਕ ਬਾਜੀ ਇਹੋ ਜਿਹੀ ਰੱਖ ਲਓ, ਉਸਤਾਦ ਉਸਤਾਦ ਉੱਥੇ ਕੋਈ ਨਾ ਛੱਡਿਓ, ਹੋਰ ਭਰਿਓ ਨਾ ਕੇ, ਪੈਸੇ ਚਾਹੇ 5,000 ਕਰ ਲਓ, ਜੇ 3,000 ਕਰ ਲਓ, ਜੇ 5,000 ਰੁਪਈਏ ਕਰ ਲਓ, ਰੁਪਈਆਂ ਨਾਲ ਨਹੀਂ ਜਿਤਨੀ ਗੱਲ ਹੈ, ਜਿੱਤ ਜਿੱਤ ਹੁੰਦੀ ਹੈ ਜੀ, ਉਡਾ ਕੇ ਆਪਾਂ ਸ਼ੌਕ ਨੂੰ ਸ਼ੌਕ ਨੂੰ। ਹਾਂ, ਰੁਪਈਆ ਹੋਣ ਲੱਗ ਗਿਆ ਬਾਹਲਾ, ਅਤੇ ਕਾਪੀ ਵਾਲੇ ਵਿਕਦੇ ਆ ਭਾਈ ਸਾਹਿਬ, ਕਾਪੀ ਵਾਲੇ ਕਬੂਤਰ ਦੇਖਣ ਲੱਗੇ ਨੇ, 2 ਵਜੇ ਛੱਡਣ ਲੱਗੇ, ਨਹੀਂ ਪਤਾ ਲੱਗਣ ਦਿੰਦੇ। ਇਹ ਗੱਲ ਮਾੜੀ ਆ, ਮੈਂ ਮਾੜੀ ਕਹਿੰਦਾ, ਪੜ੍ਹੇ ਲਿਖੇ ਜਵਾਕ ਹੋ ਤੁਸੀਂ, ਵਧੀਆ ਕੰਮ ਕਰੋ, ਮੈਂ ਸਿੱਖਿਆ ਦਿੰਦਾ। ਮੇਰਾ ਤਾਂ ਸਮਾਪਤੀ ਹੈ, ਸਾਲ 6 ਮਹੀਨੇ, ਪਤਾ ਨਹੀਂ ਗੱਡੀ ਕਿੱਥੇ ਖੜੂਗੀ। ਕਿੰਨੇ ਚੇਲੇ ਹੋਣ ਤੁਹਾਡੇ? ਚੇਲੇ 25 ਤਾਂ ਹੋਣਗੇ ਜੀ ਸਾਰੇ, ਜਿਹੜੇ ਗੁਰਧਾਰਨ ਕਰੀ ਹੋਈ ਹੈ। ਕਿਉਂਕਿ ਦੱਸੀਏ ਜੀ, ਪੱਚੀ ਚੇਲੇ ਬਾਬਾ ਜੀ ਦੇ ਹੈਗੇ ਆ ਨਿੰਗ ਜੀ ਦੇ। ਇਸ ਤੋਂ ਪਹਿਲਾਂ ਅਸੀਂ ਜਿੰਨੀਆਂ ਵੀ ਇੰਟਰਵਿਊ ਕੀਤੀਆਂ, ਇੱਕ ਸਾਡੇ ਕੋਲ ਜੋ 25 ਚੇਲਿਆਂ ਵਾਲਾ ਉਹ ਆਇਆ ਸੀਗਾ ਜੀ, ਸ਼ਾਇਦ ਕੀਪਾ ਮਲੋਟ, ਉਹਨੇ ਜ਼ਿਕਰ ਕੀਤਾ ਸੀ ਮੇਰੇ ਵੀ 25 ਚੇਲੇ ਆ। ਤੋ ਬਾਬਾ ਜੀ ਦੱਸ ਰਹੇ ਆ ਕਿ ਕੁਛ ਚੇਲੇ ਇਹਨਾਂ ਨਾਲ ਕੁਛ ਚੀਟਿੰਗ ਕਰਕੇ ਉਹਨਾਂ ਨੂੰ ਸ਼ਾਇਦ ਅੱਜ ਇੱਥੇ ਨਹੀਂ ਬੁਲਾਇਆ ਤੁਸੀਂ ਜੀ। ਇੱਥੇ ਅੱਜ ਆਪਣੇ ਚੇਲੇ ਜਿਹੜੇ ਹੈਗੇ ਆ ਹੁਣ ਕਿੰਨੇ ਮੌਜੂਦ ਆ ਜੀ? 2, 3, 4, 5, 6, 7, 10, 11 ਮੌਜੂਦ ਹੋਣਗੇ, 11 ਇੱਕ ਪੂਰੀ ਦਰਜਨ ਇੱਥੇ ਮੌਜੂਦ ਹੈ।
ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤੁਹਾਡੇ ਇਸ ਜ਼ਿਲ੍ਹੇ ਬਾਰੇ। ਇੱਕ ਮਿੰਟ ਅਸੀਂ ਗੱਲ ਕਰ ਰਹੇ ਹਾਂ ਜੀ, ਵੀਡੀਓ ਰਿਕਾਰਡ ਹੋ ਰਹੀ ਹੈ। ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਚੇਲੇ ਕੀ ਨਾਂ ਹੈ ਜੀ ਇਹਨਾਂ ਦਾ? ਪਰਬ ਕਿੱਥੋਂ ਬਾਈ ਜੀ? ਆਪਾਂ ਮੰਡੌਲੀ ਤੋਂ। ਮੰਡੌਲੀ ਚੰਡੀਗੜ੍ਹ ਦੇ ਨੇ? ਹਾਂਜੀ, ਮਰਿੰਡੇ। ਮਰਿੰਡਾ ਬਾਬਾ ਜੀ ਨੇ ਜੋ ਤੁਹਾਨੂੰ ਗੁਰ ਸਿਖਾਇਆ ਕਿ ਤੁਹਾਨੂੰ ਉਹ ਅੱਗੇ ਜਾ ਕੇ ਪੂਰਾ ਬਾਬਾ ਜੀ ਦਾ ਵੀ ਨਾਂ ਰੋਸ਼ਨ ਹੁੰਦਾ ਹੋਵੇ ਤੁਹਾਡਾ ਪੂਰਾ ਉਸ ਇਲਾਕੇ 'ਚ? ਹਾਂਜੀ ਹਾਂ, ਵਧੀਆ ਉੱਡਦੇ, ਵਧੀਆ ਕਬੂਤਰ ਉੱਡਦੇ ਆ ਜਦੋਂ ਮੈਂ ਇਹਨਾਂ ਨੂੰ ਗੁਰ ਧਾਰਨਾ ਕੀਤੀ ਆਪਾਂ ਜੀ। ਇਹਨਾਂ ਦੇ ਕਬੂਤਰ ਹੀ ਉਡਾ ਰਹੇ ਹੋ ਜਾਂ ਕੋਈ ਆਪਦੀ ਤੁਸੀਂ? ਨਹੀਂ ਜੀ ਨਹੀਂ, ਸਾਰੇ ਕਬੂਤਰ ਹੀ ਇਹਨਾਂ ਵਾਲੇ ਹੀ ਆਪਣੇ ਸਾਰੇ ਇਹਨਾਂ ਦੇ, ਕਿਉਂਕਿ ਮੈਂ ਪਿੱਛੇ ਜੇ ਇੰਟਰਵਿਊ ਇਹਨਾਂ ਦੀ ਕਰਨੀ ਸੀ ਅਤੇ ਮੈਨੂੰ ਬਾਈ ਜੀ ਪ੍ਰੀਤ ਸਿੱਧੂ ਨੇ ਕਿਹਾ ਸੀ ਵੀ ਜਿਹੜਾ ਉਹਨਾਂ ਦੇ ਚੇਲੇ ਆ ਜ਼ਿਆਦਾ ਤਰ ਚੰਡੀਗੜ੍ਹ ਸਾਈਡ ਦੇ ਕਾਫੀ ਚੇਲੇ ਆ ਜੀ ਬਾਬਾ ਜੀ ਦੇ। ਅਤੇ ਇਸ ਤੋਂ ਇਲਾਵਾ ਆਪਣਾ ਦੂਜਾ ਹੋਰ ਕੌਣ ਵੀਰ ਆ ਇੱਥੇ ਨੇੜੇ? ਆਓ ਜੀ ਇੱਧਰ ਆਓ ਸੇਵਕ। ਆਪਾਂ ਕਿੱਥੋਂ ਵੀਰ ਜੀ? ਸੰਗਰੂਰ। ਸੰਗਰੂਰ ਤੋਂ ਤੁਸੀਂ ਵੀ ਇਹਨਾਂ ਦੇ ਚੇਲੇ ਹੋ? ਕਿਹੜੇ ਸਾਲ 'ਚ ਧਾਰਿਆ ਸੀ ਇਹਨਾਂ ਨੂੰ? 2017 2017 ਪਿਛਲੇ ਸਾਲ ਹੀ ਜੀ। ਅਤੇ ਉਸ ਤੋਂ ਬਾਅਦ 2017 'ਚ ਬਾਜ਼ੀਆਂ ਛੱਡੀਆਂ ਤੁਸੀਂ? ਬਾਜ਼ੀਆਂ ਛੱਡੀਆਂ ਜੀ, ਦੋ ਛੱਡੀਆਂ ਬਾਕੀ ਚੇਲਾ ਦੋਵੇਂ ਜਿੱਤ ਗਏ। ਸੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ। ਅੱਗੇ ਵੀਰ ਜੀ ਤੁਸੀਂ ਆਈ ਚੱਲੋ ਆਪਣੇ ਕੋਲ, ਟਾਈਮ ਘੱਟ ਹੈ, ਜਿਵੇਂ ਜਿਵੇਂ ਇੱਕ ਇੱਕ ਬੰਦਾ ਆਈ ਚੱਲੋ, ਇੱਕ ਇੱਕ ਬੰਦਾ ਅਤੇ ਦੂਜੇ ਨਾਲ ਆਪਾਂ ਗੱਲਬਾਤ ਜਾਰੀ ਰੱਖਾਂਗੇ। ਹਾਂਜੀ ਤੁਸੀਂ ਵੀ ਖੜ੍ਹੇ ਰਹੋ ਜੀ, ਆਪਾਂ ਗੱਲਬਾਤ ਇਹਨਾਂ ਦੇ ਨਾਲ। ਆਪਣਾ ਕੀ ਨਾਮ ਵੀਰ ਜੀ? ਵਿੱਕੀ ਜੀ। ਵਿੱਕੀ ਕਿੱਥੋਂ ਆਪਾਂ? ਵੀਰੇ ਆਪਾਂ ਧਾਂਦਰਾ ਪਿੰਡ ਲੁਧਿਆਣਾ। ਲੁਧਿਆਣੇ? ਹਾਂ ਬਸ ਲੁਧਿਆਣਾ। ਠੀਕ ਹੈ ਜੀ, ਜਸਵੰਤ ਸੰਧੀਲੇ ਦਾ ਪਿੰਡ? ਹਾਂਜੀ ਹਾਂਜੀ। ਅਤੇ ਤੁਸੀਂ ਵੀ ਇਹਨਾਂ ਦੇ ਚੇਲੇ? ਹਾਂਜੀ। ਕਦੋਂ ਚੇਲੇ ਬਣੇ ਇਹਨਾਂ ਦੇ? 2015 ਦੇ। 15, ਉਸ ਤੋਂ ਬਾਅਦ ਬਾਜ਼ੀਆਂ ਛੱਡੀਆਂ? ਹਾਂਜੀ ਬਾਜ਼ੀਆਂ ਛੱਡੀਆਂ, ਜੋ ਇਹਨਾਂ ਨੇ ਦੱਸਤਾ ਅਤੇ ਉਹ ਮਤਲਬ ਅਸੈਸ ਹੀ ਹੋਇਆ ਕੰਮ, ਅਤੇ ਦੋ ਵਾਰੀਆਂ ਦਿੱਤੀਆਂ ਵੀ ਨੇ ਜੀ। ਅਤੇ ਬਾਕੀ ਹੁਣ ਨੈਕਸਟ ਈਅਰ ਬੰਦੇ 'ਚ ਫਰਕ ਆਉਂਦਾ ਜਾਂਦਾ ਹਰ ਇੱਕ ਸਾਲ ਜੀ, ਅਤੇ ਜ਼ੋਰ ਤਾਂ ਲਾਈਦਾ ਹਰ ਇੱਕ ਵੀਰ ਜੀ ਜੀ। ਅਤੇ ਦੇਖੋ ਹੁਣ ਇਹਨਾਂ ਨੇ ਕਬੂਤਰ ਦਿੱਤੇ ਤੁਹਾਨੂੰ? ਹਾਂਜੀ ਇਹਨਾਂ ਦੀ ਕੁਛ, ਮੇਰਾ ਵੀਰ ਮੀਨੂ ਬਦੋਵਾਲਾ ਉਹ ਵੀ ਇਹਨਾਂ ਦਾ ਚੇਲਾ, ਉਹੀ ਇਹਨਾਂ ਕੋਲ ਲੈ ਕੇ ਆਇਆ ਸੀ ਲਿਆਉਣ ਵਾਲਾ, ਵੀ ਉਹ ਬਾਹਰ ਗਿਆ ਪਿਆ, ਗਰਮੀਆਂ 'ਚ ਆ ਜੂਗਾ। ਹਾਂਜੀ ਮਤਲਬ ਵਧੀਆ ਤੁਹਾਡਾ, ਉਹ ਸਾਡਾ ਆਸ ਵਿੱਚ ਗਰੁੱਪ ਬਣਿਆ ਬਦੋਵਾਲ ਗਰੁੱਪ ਜੀ ਜੀ, ਅਤੇ ਅਸੀਂ ਮਤਲਬ ਜੋ ਵੀ ਆ ਇਹਨਾਂ ਦੇ ਮਤਲਬ ਪੁੱਛੇ ਤੋਂ ਬਗੈਰ ਕਰੀਦਾ ਨਹੀਂ ਕੁਛ ਵੀ, ਇਹਨਾਂ ਦੇ ਅਕੋਰਡਿੰਗ ਹੀ ਚੱਲੀ, ਇਹਨਾਂ ਦੀ ਸਾਰੀ ਨਸਲਾਂ ਸਾਡੇ ਕੋਲ ਬੈਠੀਆਂ। ਧੰਨਵਾਦ ਜੀ ਤੁਹਾਡਾ। ਅਗਲਾ ਵੀਰ ਕਿਹੜਾ ਇਹਨਾਂ ਦਾ ਜਿਹੜਾ ਚੇਲਾ ਹੈ? ਜਸਵੀਰ ਬਾਬਾ ਜੀ ਦਾ। ਕੀ ਨਾਂ ਜੀ ਆਪਣਾ? ਜਸਵੀਰ ਸਿੰਘ ਹੈ। ਜਸਵੀਰ ਸਿੰਘ ਕਿੱਥੋਂ ਬਾਈ ਜੀ ਆਪਾਂ? ਸੰਧੂ ਖੁਰਦ। ਸੰਧੂ ਖੁਰਦ ਕਿਹੜੇ ਏਰੀਆ 'ਚ ਰਹਿ ਗਿਆ? ਅੰਡਾਵਲੇ ਦੇ ਨਾਲ। ਨਹੀਂ ਭਾਈ ਰੂਪਾ। ਭਾਈ ਰੂਪਾ, ਭਾਈ ਰੂਪਾ, ਠੀਕ ਹੈ ਜੀ। ਤੁਸੀਂ ਕਦੋਂ ਇਹਨਾਂ ਦੇ ਚੇਲੇ ਬਣੇ? ਤਾਂ ਤਕਰੀਬਨ 10-12 ਸਾਲ ਹੋ ਗਏ ਜੀ ਆਉਂਦਿਆਂ ਨੂੰ, ਪਰ ਚੇਲੇ ਬਣੇ ਨੂੰ 5 ਸਾਲ। ਇਹਨਾਂ ਵਾਲੇ ਕਬੂਤਰ ਤੁਸੀਂ ਅੱਗੇ ਰੱਖੇ ਹੋਏ? ਹਾਂਜੀ ਹਾਂਜੀ ਜੀ। ਅਤੇ ਉੱਧਰ ਜਿਹੜੀਆਂ ਤੁਸੀਂ ਬਾਜ਼ੀਆਂ ਛੱਡ ਰਹੇ ਹੋ, ਚੰਗੀ, ਅਤੇ ਪੂਰਾ ਇਹਨਾਂ ਦਾ ਨਾਂ ਰੋਸ਼ਨ ਕਰ ਰਹੇ ਹੋ? ਹਾਂਜੀ ਹਾਂਜੀ ਜੀ। ਮਤਲਬ ਜੋ ਕੁਛ ਇਹਨਾਂ ਨੇ ਸਿਖਾਇਆ ਸੀ ਤੁਹਾਨੂੰ ਸੱਚੇ ਮਨ ਨਾਲ, ਉਵੇਂ ਤੁਸੀਂ ਕਬੂਤਰ ਛੱਡ ਰਹੇ ਹੋ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਅੱਗੇ ਹੋਰ ਕਿਹੜਾ ਜੀ? ਹਾਂਜੀ, ਕੀ ਨਾਂ ਜੀ ਆਪਣਾ? ਜੱਸਾ ਸਿੰਘ। ਕਿੱਥੋਂ ਆਏ ਹੋ ਜੀ? ਰਾਏਪੁਰ। ਅਤੇ ਬਾਬਾ ਜੀ ਦੇ ਤੁਸੀਂ ਚੇਲੇ ਕਦੋਂ ਬਣੇ? 2017 'ਚ। ਅਤੇ ਬਾਬਾ ਜੀ ਦਾ ਜਦੋਂ ਚੇਲੇ ਤੁਸੀਂ ਬਣੇ ਸੀ, ਬਾਜ਼ੀਆਂ ਵੀ ਛੱਡੀਆਂ ਹੋਣਗੀਆਂ? ਨਾਲ ਹੀ ਛੱਡ ਦਿਓ, ਸਹਿਯੋਗ ਵੀ ਕਰ ਦਿਓ ਉਹਨਾਂ ਨੂੰ ਆ ਕੇ। ਠੀਕ ਹੈ ਜੀ, ਬਹੁਤ ਬਹੁਤ ਥੈਂਕ ਯੂ। ਹੋਰ ਹਾਂਜੀ ਹਾਂਜੀ, ਆ ਜਾਓ ਇੱਕ ਵਾਰੀ ਆਪਾਂ ਜਿਹੜਾ ਚੇਲਿਆਂ ਵਾਲੀ ਵੀਡੀਓ ਕਰਨੀ ਹੈ ਜੀ। ਕੀ ਨਾਂ ਜੀ ਆਪਣਾ? ਗੁਰਸੇਵ ਸਿੰਘ। ਗੁਰਸੇਵ ਸਿੰਘ ਕਿੱਥੋਂ ਬਾਈ ਜੀ ਆਪਾਂ? ਨਾਗਲਾ ਪਿੰਡ ਹੈ ਜੀ। ਸੰਗਰੂਰ ਜ਼ਿਲ੍ਹੇ ਤੋਂ ਨਾਗਲਾ ਪਿੰਡ। ਤੁਸੀਂ ਕਦੋਂ ਧਾਰਿਆ ਜੀ ਇਹਨਾਂ ਨੂੰ ਗੁਰੂ? 2 ਮਹੀਨੇ ਹੋ ਗਏ ਜੀ ਹੁਣੇ ਧਾਰੇ। 2 ਮਹੀਨੇ ਜੀ। ਮਤਲਬ ਜਿੰਨੀ ਵੀ ਯੰਗ ਬਲੱਡ ਆਪਾਂ ਕਹਿ ਸਕਦੇ ਹਾਂ, ਜਵਾਨ ਮੁੰਡੇ ਸਾਰੇ ਹੁਣ ਦੇ ਦੇਖਿਆ, ਕੋਈ 2015 ਤੋਂ ਬਾਅਦ ਦਾ ਚੇਲਾ ਨਹੀਂ ਹੈ, ਨਵੇਂ ਚੇਲੇ ਆ ਤੁਹਾਡੇ, ਜਿੰਨੇ ਵੀ ਨਵੇਂ ਸਿੱਖਣ ਵਾਲੇ ਮੁੰਡੇ ਆ, ਸਿੱਖਣ ਖਾਤਰ ਜਿੰਨੇ ਵੀ 2015, ਕਿਸੇ ਨੂੰ 2 ਸਾਲ ਹੋਏ ਜਾਂ ਸਾਲ ਜਾਂ 6 ਮਹੀਨੇ ਹੋਏ ਆ, 11 ਚੇਲੇ ਮੇਰੇ ਇਸ ਵੇਲੇ ਇੱਥੇ ਨਹੀਂ ਹਨ ਜੀ। 3 ਮੋੜ ਤੋਂ ਜੀ, ਲੇਵੇ ਵਾਲਾ, ਮੁਕਤਸਰ ਕੋਲੋਂ ਛੱਤਿਆਣਾ ਜੀ, ਮੋਹਾਲੀ ਵਾਲੇ 3 ਨਹੀਂ ਹਨ ਜੀ, ਜਿਹੜੇ ਮੈਨੂੰ ਖਰਾਬ ਕਰਦੇ ਮੈਂ ਬੁਲਾਏ, 2 ਕਾਏ ਨੇ, ਕੋਈ ਕੰਮ ਹੋ ਗਿਆ ਦਿੱਕਤ ਹੋ ਗਈ। ਇਹ ਤੁਹਾਡੇ ਇਹ ਲੜਕਾ ਹੈ
ਸ਼ੌਕ ਪੂਰਾ ਕਰਨ ਵਾਸਤੇ ਮੈਂ ਪੂਰਾ ਸਾਥ ਦੇ ਰਿਹਾ ਕੋਈ ਨੈਟ ਤੇ ਕੁਛ ਵੀ ਪਾਉਂਦਾ ਕੋਈ ਗਲਤ ਸੱਚਾਈ ਨਹੀਂ ਇੱਥੇ ਜਦੋਂ ਮਰਜ਼ੀ ਕੋਈ ਸੱਚਾਈ ਕੱਢ ਸਕਦਾ ਕਿਉਂਕਿ ਪਹਿਲਾਂ ਤਾਂ ਦੇਖੋ ਜੀ ਕਿੰਨੀ ਖੂਬਸੂਰਤੀ ਹੈ ਇਸ ਲਿਬਾਸ ਦੇ ਵਿੱਚ ਅਸਲੀ ਨਿੰਗ ਇਹ ਹੈ ਵੀ ਸਿੰਘ ਮੈਂ ਵੀ ਹਾਂ ਭੁਪਿੰਦਰ ਸਿੰਘ ਹੇਅਰ ਲਾਈ ਫਿਰਦਾ ਲੇਕਿਨ ਜੋ ਲਿਬਾਸ ਹੈ ਇਹਨਾਂ ਦੇ ਪਰਿਵਾਰ ਦਾ ਸੋ ਪ੍ਰਣਾਮ ਕਰਾਂਗੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਅਸੀਂ ਮਤਲਬ ਜਿਹੜਾ ਸਿੱਖੀ ਨੂੰ ਤੁਸੀਂ ਕਾਇਮ ਰੱਖਿਆ ਸਿੱਖੀ ਬਹੁਤ ਭਲਾ ਹੋਵੇ ਵਰਲਡ ਦੇ ਮਤਲਬ ਹੱਥ ਜੋੜ ਕੇ ਤੁਹਾਨੂੰ ਪ੍ਰਣਾਮ ਕਰਦੇ ਇਹ ਦਰਦ ਸਿੱਖੀ ਵਾਸਤੇ ਜੀ ਮਹਾਰਾਜ ਕਿਰਪਾ ਕਰ ਸਿੱਖੀ ਫੈਲੇ ਪਰ ਸ਼ੌਂਕ ਵੀ ਚੱਲਦੇ ਰਹਿਣ ਪਰ ਨਾਲ ਸਿੱਖੀ ਜੁੜ ਰਹੀ ਕਿਉਂਕਿ ਬਾਪੂ ਆਪਣਾ ਕਲੰਗੀ ਵਾਲਾ ਹੈ ਜੀ ਉਸ ਦੇ ਆਪਾਂ ਪਹਿਰੇ ਦਈਏ ਸ਼ੌਂਕ ਵੀ ਚੱਲਦੇ ਰਹਿਣੇ ਚਾਹੀਦੇ ਆ ਪਰ ਸਿੱਖੀ 'ਚ ਪਰਪੱਕ ਰਹੀਏ ਬਿਲਕੁਲ ਇਹ ਉਮੀਦ ਹੈ ਗੁਰੂ ਕਿਰਪਾ ਕਰੇ ਸਿੱਖੀ ਦੇ ਬੋਲਬਾਲਾ ਹੋਵੇ ਸਾਰੇ ਸਿੰਘਾਂ ਗ੍ਰੰਥ ਸਾਹਿਬ ਤੁਸੀਂ ਘਰੇ ਨਹੀਂ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਜਿਵੇਂ ਦੱਸ ਰਹੇ 25 ਚੇਲੇ ਆ ਅਕਸਰ ਕੋਈ ਕਾਰਨ ਹੁੰਦਾ ਕਿਸੇ ਦਾ ਚੇਲਾ ਬਣਨਾ ਜੇ ਕੋਈ ਕਿਸੇ 'ਚ ਗੁਣ ਹੈ ਤਾਂ ਉਹਦੇ ਕੋਲ ਆਉਂਦਾ ਬਹੁਤ ਖਿਡਾਰੀ ਵੀਰਾਂ ਉਮਰ ਕੱਢ ਲਈ ਇੱਕ ਵੀ ਚੇਲਾ ਹੈ ਨਹੀਂ ਉਹਨਾਂ ਦਾ ਅਕਸਰ ਜੇ ਇਹਨਾਂ 'ਚ ਕੋਈ ਕਲਾਕਾਰੀ ਹੈ ਕੋਈ ਗੁਣ ਹੈ ਸ਼ੌਂਕ 'ਚ ਨਾ ਕਮਾਇਆ ਇਸ ਕਰਕੇ ਅੱਜ ਇਹਨਾਂ ਦੇ 25 ਚੇਲੇ ਆ ਜੀ ਬਹੁਤ ਵੱਡੀ ਗਿਣਤੀ ਹੁੰਦੀ ਹੈ 25 ਲੋਕ ਬਾਜੀਆਂ ਕਈ ਵਾਰੀ ਆਪਦੀ ਜ਼ਿੰਦਗੀ 'ਚ ਨਹੀਂ ਜਿੱਤ ਸਕਦੇ ਲੇਕਿਨ 25 ਚੇਲੇ ਦਾ ਦਿਲ ਜਿੱਤਣਾ ਬਹੁਤ ਵੱਡੀ ਗੱਲ ਹੈ ਜੀ ਤੁਹਾਡੇ ਕਨੇਡਾ ਅਮਰੀਕਾ ਜੀ ਆਸਟ੍ਰੇਲੀਆ 'ਚ ਜੀ ਆਪਣੇ ਚੇਲੇ ਮਹਾਰਾਜ ਦੀ ਕਿਰਪਾ ਬਹੁਤ ਬਹੁਤ ਵਧੀਆ ਜੀ ਵਧਾਈ ਦਿੰਦੇ ਹਾਂ ਤੁਹਾਨੂੰ ਅਸੀਂ 25 ਚੇਲਿਆਂ ਵਾਲੀ ਅਤੇ ਹੁਣ ਗੱਲ ਕਰਦੇ ਜੀ ਆਪਾਂ ਜੋ ਕਿ ਬਹੁਤ ਹੀ ਸਟਾਰ ਪਲੇਅਰ ਬਾਬਾ ਜੀ ਧੰਨਾ ਮਹਿਰਾਜ ਉਹਨਾਂ ਦੇ ਅੱਜ ਪੋਤਰਿਆਂ ਜੀ ਉਹਨਾਂ ਦੇ ਪੋਤਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਬੜਾ ਵਧੀਆ ਲੱਗਿਆ ਨਾਂ ਉਹਨਾਂ ਦਾ ਅਸੀਂ ਬਹੁਤ ਸੁਣਿਆ ਸੀਗਾ ਹਰ ਇੱਕ ਖਿਡਾਰੀ ਅਸੀਂ ਨਹੀਂ ਹਰ ਇੱਕ ਖਿਡਾਰੀ ਕਹਿੰਦਾ ਮੇਰੇ ਕੋਲੇ ਧੰਨੇ ਮਹਾਰਾਜ ਦੇ ਪੋਤਰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਉਹਨਾਂ ਬਾਰੇ ਤੁਸੀਂ ਵੀ ਕੁਝ ਚਾਨਣਾ ਪਾਓ ਤੁਸੀਂ ਹੁਣ ਸ਼ੌਕ ਕਰਦੇ ਹੋ ਕੋਈ ਹਾਂਜੀ ਹਾਂਜੀ ਕਰ ਵਾਹ ਜੀ ਵਾਹ ਕੀ ਬਾਤ ਹੈ ਮੈਨੂੰ ਮਤਲਬ 10 ਸਾਲ ਦਾ ਸੀ ਜੀ 10 ਸਾਲ ਦੇ ਸੀ 10 ਸਾਲ ਤੋਂ ਤੇ ਜਦੋਂ ਤੁਸੀਂ 10 ਸਾਲ ਦੇ ਸੀ ਬਾਬਾ ਜੀ ਉਦੋਂ ਜਿਉਂਦੇ ਸੀ ਧੰਨਾ ਹਾਂਜੀ ਹਾਂਜੀ ਉਹ ਬੱਚੇ ਤਾਂ ਮੈਂ ਕਢਾਉਂਦਾ ਰਿਹਾ ਜਿਹੜੀਆਂ ਲੱਕੜਾਂ ਲੋਹੇ ਸਾਰੇ ਬਣੇ ਨੇ ਸਿੰਘਣਾ ਹੀ ਹੈ ਠੀਕ ਹੈ ਜੀ ਕਿਉਂ ਮੈਨੂੰ ਦੀ ਜ਼ਿਆਦਾ ਹਿਸਟਰੀ ਨਹੀਂ ਜਾਣਦਾ ਹਾਂਜੀ ਹਾਂਜੀ ਨਵਾਂ ਉਹਨਾਂ ਦੀ ਨਾ ਉਹਨਾਂ ਦਾ ਬਹੁਤ ਸੁਣਿਆ ਹਾਂਜੀ ਉਹ ਸਾਰੇ ਹੱਥੀਂ ਕਢਾਏ ਨੇ ਹੱਥੀਂ ਕਢਾਏ ਮੇਰੀ ਮਤਲਬ ਹੁਣ 50 ਸਾਲ ਦੀ ਉਮਰ ਹੋ ਗਈ 1989 ਦਾ ਜਨਮ ਹੈ ਜੀ ਮਤਲਬ ਅੱਜ ਤੁਹਾਡੇ ਕੋਲ ਜਿਹੜੀਆਂ ਲੱਕੜਾਂ ਤੇ ਲਾਲ ਚੀਨੇ ਹਾਂਜੀ ਹਾਂਜੀ ਵਾਲੇ ਰੱਤੇ ਹਾਂਜੀ ਜੋ ਮਸ਼ਹੂਰ ਸੀ ਹਾਂਜੀ ਸਾਰੇ ਆਪਣੇ ਕੋਲ ਹੈਗੇ ਹਾਂਜੀ ਛੱਡਦਾ ਮੈਂ ਥੋੜੀਆਂ ਹੁੰਦਾ ਬਾਜੀਆਂ ਇਹਨਾਂ ਵਾਲੇ ਕਲੱਬ 'ਚ ਮੈਂ ਜ਼ਿਆਦਾ ਆ ਕੇ ਰਾਜੀ ਹੋਈ ਇੱਧਰ ਤੋ ਅੱਜ ਦੇ ਲਈ ਆਪਾਂ ਇਹਨਾਂ ਨਾਲ ਇੰਨੀ ਗੱਲਬਾਤ ਕਰਾਂਗੇ ਕਿਉਂਕਿ ਪਤਾ ਲੱਗਿਆ ਉਹਨਾਂ ਦੇ ਪਰਿਵਾਰ ਨੂੰ ਸ਼ੌਕ ਹੈ ਤਾਂ ਤੁਹਾਡੇ ਅਸੀਂ ਇੰਟਰਵਿਊ ਸਪੈਸ਼ਲ ਕਰਾਂਗੇ ਇਹਨਾਂ ਦੇ ਘਰ ਜਾ ਕੇ ਅਸੀਂ ਇਹਨਾਂ ਦੀ ਸਪੈਸ਼ਲ ਜਿਹੜੀ ਇੰਟਰਵਿਊ ਹੈ ਧੰਨਾ ਮਹਿਰਾਜ ਜੀ ਬਹੁਤ ਵੱਡਾ ਨਾਂ ਹੈ ਉਹਨਾਂ ਦੇ ਅਸੀਂ ਘਰ ਪਹੁੰਚ ਕੇ ਇੰਟਰਵਿਊ ਕਰਾਂਗੇ 400 ਜਾਨਵਰ ਬੈਠੇ ਜੀ ਆਪਣੇ ਕੋਈ ਗੱਲ ਨਹੀਂ ਅੱਜ ਤੁਹਾਡਾ ਨੰਬਰ ਅਸੀਂ ਲੈ ਕੇ ਜਾਵਾਂਗੇ ਤੁਹਾਡੀ ਅਸੀਂ ਸਪੈਸ਼ਲ ਇੰਟਰਵਿਊ ਕਰਾਂਗੇ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਬਹੁਤ ਕਾਫੀ ਤੁਹਾਨੂੰ ਮਿਲ ਗਿਆ ਥੈਂਕ ਯੂ ਹਾਂਜੀ ਸਵਾਲ ਜਵਾਬ ਅੱਜ ਤੁਹਾਨੂੂੰ ਨਹੀਂ ਪੁੱਛਾਂਗੇ ਠੀਕ ਜੀ ਥੈਂਕ ਯੂ ਤੁਹਾਡਾ ਹਾਂਜੀ ਇੱਕ ਵੀਰ ਜੀ ਇੱਧਰ ਬੈਠੇ ਖੜੇ ਹੋ ਜਾਓ ਥੋੜਾ ਜਿਹਾ ਕੀ ਨਾਂ ਜੀ ਆਪਣਾ ਮਨਦੀਪ ਸਿੰਘ ਮਨਦੀਪ ਸਿੰਘ ਤੁਸੀਂ ਬਾਬਾ ਜੀ ਨਾਲ ਕਿਵੇਂ ਅੱਜ ਇੱਥੇ ਮੈਂ ਤਾਂ ਜੀ ਪੈਸੇ ਮਿਲ ਗਏ ਵੈਸੇ ਤੁਸੀਂ ਮਿਲਣ ਆਏ ਹੋ ਮੈਂ ਪਟਵਾਲੀਆਂ ਸੇ ਆ ਕੇ ਬੜੇ ਜੀ ਜੀ ਬਹੁਤ ਖੁਸ਼ੀ ਹੋ ਜੀ ਤੁਹਾਨੂੰ ਵੀ ਮਿਲ ਕੇ
ਤੇ ਆਪਾਂ ਮਿਲਦੇ ਸੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਚੰਡੀਗੜ੍ਹ ਤੋਂ ਆਈ ਸੋਨਾ ਸਿੰਘ ਜੀ ਮੇਰਾ ਪ੍ਰੇਮ ਪਿਆਰ ਹੀ ਆ ਗੁਰਸਿੱਖਾਂ ਵਾਲਾ ਜੀ ਬਜ਼ੁਰਗ ਸੰਤੋਖ ਸਿੰਘ ਘਰਾਂਗੜਾ ਨਾਲ ਜੀ 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 ਮੈਂ ਪਹਿਲਾਂ ਕੈਨੇਡਾ 'ਚ ਵੀ ਰਹਿ ਗਿਆ ਸਰੀ BC ਜੀ ਅਮੈਰੀਕਾ ਰਹਿ ਗਿਆ ਕੈਲੀਫੋਰਨੀਆ 'ਚ ਜੀ ਅਤੇ ਕਾਕਾ ਕੈਨੇਡਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਚੈਨਲ ਚਲਾਇਆ ਵਰਲਡ ਵਾਈਡ 'ਚ ਮੈਨੂੰ ਵੀ ਬਹੁਤ ਸਿੰਘ ਜਾਣਦੇ ਆ ਕਬੂਤਰਾਂ ਵਾਲੇ ਅਸੀਂ ਬਾਹਰ ਵੀ ਬਾਜ਼ੀਆਂ ਕਰਾਉਂਦੇ ਰਹਿੰਦੇ ਹਾਂ ਕੈਨੇਡਾ ਸਰੀ BC ਜੀ 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 ਹਾਂਜੀ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡਾ ਵੀ ਇਹ ਲਫ਼ਜ਼ ਕਹਿਣ ਲਈ ਜੀ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਕਿਉਂਕਿ ਬਾਈ ਜੀ ਪ੍ਰੀਤ ਸਿੱਧੂ ਨੇ ਇੱਕ ਵੱਡਾ ਉਪਰਾਲਾ ਕਰਕੇ ਸ਼ੌਕ ਕਬੂਤਰਬਾਜ਼ੀ ਦਾ ਹਾਂਜੀ ਹਾਂਜੀ ਪ੍ਰੋਗਰਾਮ ਆਪਣਾ ਚੱਲਦਾ ਹੈ ਉਹ ਵਰਲਡ ਦੇ ਵਿੱਚ ਵਿਖਾ ਰਹੇ ਹੈ ਜਿਨ੍ਹਾਂ ਦਾ ਮੌਕਾ ਸਾਨੂੰ ਵੀ ਮਿਲਿਆ ਇੰਟਰਵਿਊ ਕਰਨ ਦਾ ਬਹੁਤ ਹੋਰ ਵੀਰ ਆਪਣੇ NRI ਇਸ ਚੈਨਲ ਦੇ ਨਾਲ ਜੁੜੀ ਜਾਂਦੇ ਆ ਜੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਹਾਂਜੀ ਕੀ ਨਾਮ ਜੀ ਆਪਣਾ ਸ਼ਿੰਦਰ ਸਿੰਘ ਸ਼ਿੰਦਰ ਸਿੰਘ ਤੁਸੀਂ ਆਪਣੇ ਸੁਣ 'ਚ ਆਇਆ ਕਿ ਬਾਬਾ ਜੀ ਦੇ ਚੇਲੇ ਬਣਨਾ ਚੇਲੇ ਬਣਨਾ ਹੈ ਜੀ ਕਿੱਥੋਂ ਆਏ ਹੋ ਤੁਸੀਂ ਪਿੰਡ ਘੜਾਂਗਣਾ ਜੀ ਕਾਫੀ ਤੁਹਾਡੀ ਉਮਰ ਲੱਗ ਰਹੀ ਆ ਹਾਂ ਜੀ ਮੈਂ 50 ਰੁਪਏ ਮੁੱਢ ਆਇਆ ਜੀ 50 ਰੁਪਏ ਮੁੱਢ 50 ਰੁਪਏ ਡਾਉਂਦਾ ਜੀ 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 ਕੀ ਕਾਰਨ ਰਿਹਾ ਇੰਨੇ ਚਿਰ ਦਾ ਤੁਸੀਂ ਜਿਹੜਾ ਉਸਤਾਦ ਨਹੀਂ ਧਾਰਿਆ ਹੁਣ ਧਾਰਨ ਲੱਗੀ ਮੈਂ ਗਾਇਕੀ ਲੈਣ ਸੀ ਮੈਂ ਗਾਉਂਦਾ ਰਿਹਾ ਜੀ 20 ਸਾਲ ਗਾਇਕੀ ਮਾਨਕਣਾ ਤੁਸੀਂ 20 ਸਾਲ ਮਾਨਕ ਸਾਹਿਬ ਗਾਉਂਦਾ ਰਿਹਾ ਕੋਈ ਮੈਂ ਗੁਰੂ ਧਾਰਿਆ ਨਹੀਂ ਸੀ ਹਾਲਾਤ ਖਰਾਬ ਹੋ ਕੇ ਛੱਡ ਗਏ ਸੀ ਜੀ ਜੀ ਇੱਕ ਮਾਹੌਲ ਮਾੜੇ ਸੂਰ ਸੇ ਮਾਮਾ ਕਰਾਣੀ ਜੀ 25 ਰੁਪਏ ਮੁੱਢ ਵੀ ਡਾਇਆ ਨਾ 50 ਵੀ ਡਾਇਆ ਬਹੁਤ ਖੁਸ਼ੀ ਹੋਈ ਇਹਨਾਂ ਸਿੱਖ ਨਾ ਬਣੇ ਜੀ ਆਪਣੇ ਸਿੱਖ ਨੇ ਜਿੱਤੀਆਂ 7-8 ਵਾਰੀਆਂ ਕੱਲਾ ਕੱਲਾ ਜਿੱਦਾਂ ਨੇ ਇੱਥੇ ਵੀ ਜਿੱਤ ਕੇ ਗਏ ਤੁਸੀਂ ਕੁਛ ਕਹਿਣਾ ਚਾਹੁੰਦੇ ਸੀ ਮੈਂ ਕਹਿਣਾ ਚਾਹੁੰਦਾ ਵੀ ਜਿੱਦਾਂ ਹੁਣ ਪੈਸਾ ਹੋ ਗਿਆ ਜ਼ਿਆਦਾ ਜੀ ਬਾਜ਼ੀਆਂ ਸ਼ੌਂਕ ਆਪਾਂ ਚੱਲੀ ਜਾਂਦਾ ਜਿਹਦੇ ਇਹ ਪੈਸਾ ਜ਼ਿਆਦਾ ਹੋਣ ਲੱਗ ਗਿਆ ਨਾ ਤਾਂ ਇਹਦੇ ਬੈਨ ਹੋ ਜਾਊਗਾ ਠੀਕ ਹੈ ਵੀ ਸ਼ੌਂਕ ਨੂੰ ਸ਼ੌਂਕ ਰੱਖੋ ਮੈਂ ਬਜ਼ੁਰਗਾਂ ਦਾ ਸ਼ੌਂਕ ਨਿਭਾ ਰਿਹਾ ਮੈਂ ਪਰ ਹੈਡ ਗ੍ਰੰਥੀ ਅੱਜ ਵਿੱਚ ਰਜਨ ਕੀਤਾ ਹੁਣ ਵੀ ਹੈਡ ਗ੍ਰੰਥ ਮੈਂ ਬਤੌਰ ਹੈਡ ਗ੍ਰੰਥੀ ਹੈਗਾ ਪਰ ਜੇ ਇਸ ਤਰ੍ਹਾਂ ਹੀ ਆਪਾਂ ਪੈਸੇ ਵਿੱਚ ਚੱਲਦੇ ਰਹੇ ਤਾਂ ਇੱਕ ਦਿਨ ਸ਼ੌਂਕ ਜਿਵੇਂ ਬਲਦਾਂ ਸ਼ੌਂਕ ਬੈਨ ਹੋ ਗਿਆ ਅਤੇ ਇਹ ਵੀ ਇੱਕ ਦਿਨ ਫਿਰ ਨਹੀਂ ਬੈਨ ਹੋ ਜਾਓ ਜੇ 25-25 ਲੱਖ ਰੁਪਇਆ ਹੋਣ ਲੱਗ ਗਿਆ ਆਪਾਂ ਪੈਸੇ ਪਿੱਛੇ ਕਾਪੀਆਂ ਵਾਲੇ ਵਿਕਣ ਲੱਗ ਗਏ ਤਾਂ ਇੱਕ ਦਿਨ ਬੈਨ ਹੋ ਜਾਓ ਮੇਰੇ ਵੀਰੋ ਇਹਨੂੰ ਸ਼ੌਂਕ ਨੂੰ ਬਜ਼ੁਰਗਾਂ ਦੇ ਸ਼ੌਂਕ ਨੂੰ ਸ਼ੌਂਕ ਰੱਖੀਏ ਅਤੇ ਇਹਨੂੰ ਆਪਾਂ ਅੱਗੇ ਲੈ ਕੇ ਜਾਈਏ ਆਪਣੇ ਵਿਰਾਸਤ ਨੂੰ ਜਿਵੇਂ ਆਪਾਂ ਸਿੱਖੀ ਵੀ ਅੱਗੇ ਜਾ ਰਹੇ ਹਾਂ ਆਪਣੇ ਬਜ਼ੁਰਗਾਂ ਦੇ ਸ਼ੌਂਕ ਵੀ ਅੱਗੇ ਜਾਈਏ ਪੈਸੇ ਪੈਸੇ ਦੌੜ ਵਿੱਚ ਅਣੇ ਦੌੜ 'ਚ ਨਾ ਜਾਈਏ ਮੇਰਾ ਇਹੀ ਸੁਨੇਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਗੁੱਡ ਕਲੈਪਿੰਗ ਹੋ ਜੇ ਆਓ ਜੀ ਹੁਣ ਆਪਾਂ ਤੁਹਾਡੇ ਕਬੂਤਰ ਦੇਖਦੇ ਹਾਂ ਆਪਣੀ ਇੱਕ ਘੰਟੇ ਦੀ ਵੀਡੀਓ ਹੈ ਘੱਟੋ ਘੱਟ ਵੀ ਸਾਨੂੰ ਉਹਦੇ ਲਈ ਮਤਲਬ ਹਾਂਜੀ ਪਹਿਲਾਂ ਜਿਹੜਾ ਤੁਹਾਡੇ ਹੱਥ 'ਚ ਕਬੂਤਰ ਫੜਿਆ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਕਿਹੜਾ ਕਬੂਤਰ ਹੈ ਇਹ ਉਹ ਡੱਬਿਆਂ ਦੀ ਔਲਾਦ 'ਚੋਂ ਆਹ ਜਿਹੜਾ ਹੈ ਉਹਦੇ ਭਰਾ ਦਾ ਹੈ ਇਹ ਦੋਨੇ ਭਾਈਆਂ ਦੀ ਔਲਾਦ ਹੈ ਜੀ ਬਰਾਬਰ ਤੋਂ ਆਹ ਜਮਾ ਹੀ ਨਹੀਂ ਛੱਡਿਆ ਸੀ ਬਾਜੀ ਸਾਨੂੰ ਬਹੁਤਾ ਚੰਗਾ ਮਤਲਬ ਜ਼ਿਆਦਾ ਉੱਡਦਾ ਸੀ ਆਹ ਢਿੱਲੜ ਜੋੜਾ ਦੇ ਮੈਂ ਕਿੰਨੇ ਛੋਟੇ ਪਿੰਡ 'ਤੇ ਛੱਡ ਲਓ ਉੱਥੇ ਜਾਂਦਾ ਨਹੀਂ ਇਹਨੂੰ ਦੁਨੀਆ ਹੀ ਬਣ ਗਈ ਫਿਰ ਹਾਂ ਇਹ ਨਹੀਂ ਜਾਂਦਾ ਜਿਹੜੇ ਤੁਹਾਡੇ ਲਾਲ ਡੱਬੇ ਮਸ਼ਹੂਰ ਹੋਏ ਸੀ ਉਹਨਾਂ 'ਚੋਂ ਕਬੂਤਰ ਇਹ ਚਿੱਟੀ ਅੱਖ ਦੇ ਹੀ ਨਿਕਲਦੇ ਜ਼ਿਆਦਾ ਨਾ ਆਹ ਕਾਲੀਆਂ ਦੇ ਵੀ ਨੇ ਇੱਕ ਮਿੰਟ ਆਪਾਂ ਪਹਿਲਾਂ ਇਹ ਕਬੂਤਰ ਨੂੰ ਦੇਖ ਲਈਏ ਜੀ ਆਹ ਦੇਖੋ ਜੀ ਇਹਦੀਆਂ ਚਿੱਟੀਆਂ ਅੱਖਾਂ ਇਹਦੇ ਬਾਪ ਦੀ ਚਿੱਟੀ ਇਹ ਜਿਹੜੇ ਸਾਈਡ ਵਾਲੇ ਖੰਭ ਹੈ ਜੀ ਇਹ ਬਿਲਕੁਲ ਸਫੈਦ ਨਿਕਲੇ ਹੋਏ ਹੈ ਪੂਛ ਵੀ ਬਿਲਕੁਲ ਸਫੈਦ ਹੈ ਇੱਕ ਅੱਧਾ ਖੰਭ ਇਹਦਾ ਜਿਹੜਾ ਹੈਗਾ ਜੀ ਤੇ ਮੂਹਰੇ ਇਹਨਾਂ ਦੇ ਆ ਦੇਖੋ ਜੀ ਇੱਕ ਦਾੜੀ ਬਣੀ ਹੋਈ ਹੈ ਜੀ ਹਰ ਇੱਕ ਦੇ ਬਣਦੀ ਹੈ ਜੀ ਦਾੜੀ ਜੇ ਇਹਦੇ ਬਣੀ ਨਹੀਂ ਨਹੀਂ ਇਹਦੇ ਬਣੀ ਦਾੜੀ ਵਾਲਾ ਹੈ ਜੀ ਇਹ ਦਿਲ ਮੰਗਾਉਂਦਾ ਇਹਨਾਂ ਦਾ ਦਿਲ ਮੰਗੂ ਤੇ ਇਹਦੇ ਮਾਪਿਓ ਆਪਣੇ ਕੋਲੇ ਹੈਗੇ ਜੀ ਜਿਹੜੇ ਤੁਹਾਡੇ ਪੁਰਾਣੇ ਮਾਂ ਨਹੀਂ ਹੈਗੀ ਮਾਂ ਨਹੀਂ ਹੈਗੀ ਪਿਓ ਹੈਗਾ ਜੀ ਇਹਦਾ ਇੱਕ ਆ ਤੁਸੀਂ ਦੂਜਾ ਕਬੂਤਰ ਆ ਜਿਹੜਾ ਪਾਨ ਪੱਤਾ ਨਾ ਇਹਨਾਂ ਦਾ ਇਹਨਾਂ 'ਚ ਪਿਓ ਰਸਲੇ ਆ ਇਹ ਪਾਨ ਪੱਤਾ ਬਣਿਆ ਤਿੱਖਾ ਜਿਹਾ ਹੁੰਦਾ ਮੂਹਰੇ ਥੱਲੇ ਉਹਦੀਆਂ ਅੱਖਾਂ ਜਿਹੜੀਆਂ ਚਿੱਟੀਆਂ ਇਹਦੀਆਂ ਅੱਖਾਂ ਕਾਲੀਆਂ ਇਹਦੇ ਮਾਂ ਪਿਓ ਕਾਲੀਆਂ ਵਾਲੇ ਤੇ ਇਹਦਾ ਪਿਓ ਇੱਕ ਚਿੱਟੀ ਚਿੱਟੀਆਂ ਵੀ ਕੱਢਦੇ ਆ ਪੀਲੀਆਂ ਵੀ ਕੱਢਦੇ ਕਾਲੀਆਂ ਵੀ ਕੱਢਦੇ ਖੱਟੀਆਂ ਦਾ ਬਿਰਲੇ ਹੀ ਹੁੰਦਾ ਖੱਟੀ ਅੱਖ ਦਾ ਕੋਈ ਕਬੂਤਰੀਆਂ ਜ਼ਿਆਦਾ ਹੁੰਦੀਆਂ ਕਬੂਤਰ ਨਹੀਂ ਹੁੰਦਾ ਜੀ ਸ਼ਾਖ ਚਿੱਟੀਆਂ ਦੇ ਜੀ ਕੋਨੀਆਂ ਨਾਲ ਜਿਹੜੇ ਖੰਭ ਸਾਈਡ ਵਾਲੇ ਆ ਇਹਨਾਂ ਦੇ ਇਹ ਚਿੱਟੇ ਹੀ ਨਿਕਲਦੇ ਆ ਬੱਗੇ ਜਿਹੜੇ ਸ਼ੁਰੂ ਤੋਂ ਬੱਚੇ ਨਿਕਲਦੇ ਆਪਣੇ ਇਹਨਾਂ ਰੱਤਿਆਂ ਦੇ ਲਾਲ ਹੀ ਨਿਕਲਦੇ ਆ ਇਹਦਾ ਬੱਚਾ ਕੱਢਿਆ ਡੱਬੇ ਕਹਿੰਦੇ
ਬੱਚਾ ਲਿਆਓ ਜਾਨ ਕਿੱਥੇ ਕਿੱਥੇ ਬਾਜੀਆਂ ਛੱਡਿਆ ਤੁਸੀਂ ਇੱਕ ਮਿੰਟ ਰੁਕ ਜਾਓ ਆਪਾਂ ਦੁਬਾਰਾ ਹੋਰ ਦਿਖਾਉਂਗੇ ਲੀਲਾ ਜਿੱਤਿਆ ਜੀ ਲੀਲਾ ਕਿਹੜਾ ਕਬੂਤਰ ਜਿੱਤਿਆ ਇਹਦਾ ਬਾਪ ਲੀਲਾ ਜਿੱਤਿਆ ਲੀਲਾ ਕੱਪ ਜਿੱਤਿਆ ਲੀਲਾ ਕੱਪ ਜਿੱਤਿਆ ਜੀ ਠੀਕ ਹੈ ਸਭ ਤੋਂ ਵੱਡੀ ਬਾਜੀ ਲੀਲਾ ਸਭ ਤੋਂ ਵੱਡੀ ਠੀਕ ਹੈ ਜੀ ਤੇ ਇਹ ਵਾਲਾ ਕਬੂਤਰ ਤੁਸੀਂ ਉਡਾਇਆ ਜੀ ਇਹਦਾ ਬਾਪ ਛੱਡਿਆ ਜੀ ਬਾਪ ਖੱਟਰਾ ਸਮਰਾਲੇ ਕੋਲੇ ਜੀ ਸਾਂਝੀ ਨਹੀਂ ਕਰੀ ਮੈਂ ਜ਼ੋਰ ਲਾ ਲਿਆ ਲੋਕਾਂ ਨੇ ਜੀ ਇਹ ਇਹਦੇ ਨਾਲ ਦੇ ਉੱਡ ਕੇ ਘਰੇ ਮਰ ਗਏ ਦੋਏ ਮੈਨੂੰ ਮੇਰਾ ਪੁੱਤ ਕਹਿੰਦਾ ਨਾ ਦਾ ਪਿਲੇ ਸਾਹਿਬ ਲਓ ਜੀ ਆ ਘਟ ਜਾਂਦੇ ਆ ਮੰਗ ਜਿਆਦਾ ਹੈ ਆਪਣੇ ਨਿੰਗ ਘਰਾਂਗਣੇ ਤੋਂ ਆ ਉਹਨਾਂ ਦੇ ਮਸ਼ਹੂਰ ਕਬੂਤਰ ਹੈ ਜੀ ਡੱਬੇ ਲਾਲ ਪਿੱਛੋਂ ਨਾ ਪਿਛੋਕੜਾ ਜੇ ਸ਼ਰੀਫ ਵਾਲੇ ਨੇ ਜੀ ਸ਼ਰੀਫ ਪਾਕਿਸਤਾਨ ਬਾਗ ਜੋ ਹਲੇ ਵੀ ਹੋਏ ਨੇ ਜਨਤਾ ਬਰਗਾੜੀ ਗੱਲ ਕਰਦੇ ਸੀ ਬਾਪੂ ਜੀ ਜਨਤਾ ਬਰਗਾੜੀ ਕੋਲ ਰਹਿ ਗਈ ਸੀ ਸ਼ਰੀਫ ਵਾਲੇ ਪਿੱਛੋਂ ਸ਼ਰੀਫ ਵਾਲੇ ਛੋਕੜੇ ਨਾਲ ਛੋਕੜ ਉਹ ਪਾਕਿਸਤਾਨ ਚਲੇ ਗਏ ਸਾਰੇ ਮੁਸਲਮਾਨ ਉਦੋਂ ਦੇ ਗਏ ਇੱਧਰ ਦੇ ਗਏ ਉਹੀ ਪਿਛੋਕੜ ਚਲਿਆ ਹੁੰਦਾ ਜੀ 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 ਹਰ ਇੱਕ ਡੱਬਾ ਫੜ ਕੇ ਕਹਿੰਦਾ ਨਿੰਗ ਵਾਲਾ ਪਰ ਆਹ ਮਸ਼ਹੂਰ ਨੇ ਇਹ ਮਸ਼ਹੂਰ ਹੈ ਤੁਹਾਡੇ ਪਿਓਰ ਆ ਜਮਾਂ ਤੋਂ ਨਕਲ ਨਕਲ ਬਣਾਉਂਦੇ ਆ ਲੋਕ ਨਹੀਂ ਨਾ ਤਾਂ ਹਰੇਕ ਹੁੰਦਾ ਪਰ ਇਹ ਮਸ਼ਹੂਰ ਨੇ ਜਿਹਨੇ ਕਿਸੇ ਨੇ ਚੱਕਿਆ ਕੋਈ ਕੱਦਾ ਹਾਂਜੀ ਅਗਲੇ ਹੋਰ ਕਬੂਤਰ ਦਿਖਾਓ ਜੀ ਸਾਨੂੰ ਇੱਕ ਕਬੂਤਰ ਲੈ ਕੇ ਆਏ ਆ ਜੀ ਆਪਣੇ ਕੋਲੇ ਹੁਣ ਇਹ ਮੌਜ ਪੈਰਾ ਜੀ ਦੇ ਦੇਖੋ ਆਹ ਮੌਜ ਹੈ ਇਹ ਤੁਹਾਡੇ ਕਾਲ ਅੱਖੇ ਮਸ਼ਹੂਰ ਹੋਏ ਆ ਕਾਲ ਅੱਖੇ ਮੌਜੇ ਕਾਲ ਅੱਖੇ ਮੌਜੇ ਜਿਹੜੇ ਕਬੂਤਰ ਹੈ ਇਹਨਾਂ ਦੇ ਮਸ਼ਹੂਰ ਹੋਏ ਆ ਜੀ ਦੇਖੋ ਇਹ ਸਾਰਿਆਂ ਦੀਆਂ ਕਾਲੀਆਂ ਅੱਖਾਂ ਜੀ ਹਾਂਜੀ ਇਹ ਤਾਂ ਕਾਲੀਆਂ ਫਿਕੜਦੇ ਇਹ ਕਿਹੜੀ ਨਸਲ ਚੋਂ ਹੈ ਇਹ ਵੀ ਜੰਟੇ ਦੇ ਘਰੋਂ ਹੈ ਬਰਗਾੜੀ ਬਰਗਾੜੀ ਇਹ ਜੰਟੇ ਦੇ ਪਿੱਛੇ ਨੇ ਵੀ ਸ਼ਰੀਫ ਵਾਲੇ ਇਹ ਵੀ ਪਿੱਛਾ ਸ਼ਰੀਫ ਵਾਲਾ ਹੈ ਜੰਟੇ ਘਰੋਂ ਆਏ ਨੇ ਜੀ ਪਿਓਰ ਇਹ ਉੱਡ ਕੇ ਮਰ ਜਾਂਦੇ ਜਿਹਨੇ ਰਾਜਗੜ੍ਹ ਦੁਰਾਹਾ ਕਦੋਂ ਇਹ ਸਾਈਡ ਧਮੋਟ ਸਾਰੇ ਕੱਪ ਜਿੱਤੇ ਨੇ ਇਹਨਾਂ ਨੇ ਲੁਧਿਆਣੇ ਏਰੀਏ ਦੇ ਵਿੱਚ ਧਮੋਟ ਕੱਪ ਜਿੱਤੇ ਜਾਂਦੇ ਜੀ ਤੇ ਕਦੋਂ ਜੀ ਘਲੋਟੀ ਜੀ ਰਾਜਗੜ੍ਹ ਜੀ ਇਹ ਅਸੀਂ ਏਰੀਆ ਮਸ਼ਹੂਰ ਕੀਤਾ ਧਮੋਟ ਵਾਲੇ ਫੌਜੀ ਨਾਲ ਜ਼ਿਆਦਾ ਉਡਾਏ ਅਸੀਂ ਜੀ ਉੱਚੇ ਉੱਡਦੇ ਜਾਂ ਨੀਵੇਂ ਉੱਡਦੇ ਉੱਚੇ ਉੱਡਦੇ ਜੋ ਬਦਲ ਆਉਂਦੇ ਬਸ ਘਰੇ ਵੀ ਉਹਨਾਂ ਜ਼ੋਰ ਲਾਉਂਦੇ ਬਾਹਰ ਵੀ ਬਸ ਜਦੋਂ ਜ਼ੋਰ ਮੁੱਕ ਗਿਆ ਉਹਦੇ ਆਉਂਦੇ ਸਾਹਮਣੇ ਬੰਦੇ ਆਉਂਦੇ ਚਲੋ ਹੋਰ ਵੀ ਦਿਖਾਉਂਦੇ ਹਾਂ ਜੀ ਹਲੇ ਕਬੂਤਰ ਤੁਹਾਨੂੰ ਇਹਨਾਂ ਦੇ ਇਸ ਤੋਂ ਅਗਲਾ ਜਿਹੜਾ ਲੈ ਕੇ ਆਏ ਆ ਜੀ ਇਹਦੇ ਵੀ ਥੋੜ੍ਹੀ ਥੋੜ੍ਹੀ ਮੌਜ ਹੈ ਗਿੱਟਿਆਂ ਤਿੱਕਰ ਗਿੱਟਿਆਂ ਤਿੱਕਰ ਜਿਹੜੀ ਆ ਮੌਜ ਹੈ ਜੀ ਇਹਦੇ ਕਾਲਾ ਰੋਜਾ ਇਹ ਕਿਹੜੀ ਨਸਲ ਚੋਂ ਹੈ ਜੀ ਜਿਹੜਾ ਕਾਲਾ ਰੋਜਾ ਇਹ ਜਿਹੜੇ ਆਪਣੇ ਬਘਿਆੜ ਵੱਜਦੇ ਨੇ ਲਾਲ ਚੀਨੇ ਮਿੱਡੂ ਮਾਨ ਵਾਲੇ ਮਿੱਡੂ ਕਾਲਾ ਵੀ ਕੱਢ ਲੈਂਦੇ ਨੇ ਜੀ ਇਹਦੀ ਪੱਠੀ ਜਿੱਤੀ ਸੀ ਤਾਰੇ ਵਾਲੇ ਦੁਸਰ ਇਕੱਲੀ ਤਾਰੇ ਵਾਲੀ ਤਾਰੇ ਵਾਲੇ ਸਾਰਿਆਂ ਨੂੰ ਪਤਾ ਤਾਰੇ ਵਾਲੇ ਇਕੱਲੀ ਜਿੱਤੀ ਸੀਗੀ ਛੀਨੀ ਵਾਲੀ ਵੀ ਜਿੱਤੀ ਹੈ ਜੀ ਤੇ ਕਾਲਖ ਵੀ ਜਿੱਤੀ ਸੀਗੀ ਜੀ ਤੇ ਗੁਜਰਾਲ ਵੀ ਜਿੱਤੀ ਸੀਗੀ ਜੀ ਇਹ ਭੂਰੇ ਕਦੇ ਕਦੇ ਕਾਲਾ ਵੀ ਕੱਢ ਲੈਂਦੇ ਨੇ ਜੀ ਇਸ ਕਰਕੇ ਤਾਰੇ ਵਾਲੀ ਨੰਡੀ ਦਾ ਬਾਪ ਹੈ ਜੀ ਬੜਾ ਇਹ ਮੋਜੇ ਦਾ ਮਿਸ ਹੈ ਬੜਾ ਪਿਆਰਾ ਰੰਗ ਹੈ ਜੀ ਥੋੜੇ ਵੀ ਉੱਚੇ ਉੱਡਦੇ ਆ ਜਾਂ ਨੀਵੇਂ ਉੱਡਦੇ ਉੱਚੇ ਉੱਡਦੇ ਆ ਵੀ ਖੂਬ ਉੱਡਦੇ ਘਰੇ ਵੀ ਜਿੱਤ ਲੈਂਦੇ ਨੇ ਘਰੇ ਵੀ ਬਹੁਤ ਘਰੇ ਵੀ ਜਿੱਤਦੇ ਘਰੇ ਵੀ ਬਹੁਤ ਉੱਡਦੇ ਹਾਂਜੀ ਜੀ ਸੋ ਚੰਗੀ ਤਰ੍ਹਾਂ ਇਹਦੀਆਂ ਜੋ ਅੱਖਾਂ ਇਹਨਾਂ ਦਾ ਰੰਗ ਜੋ ਤਾਰਾ ਲੰਡੀ ਛੜੀ ਸੀ ਇਹਨਾਂ ਦਾ ਜਿਹੜਾ ਪੱਲਾ ਇਹ ਇਹੋ ਜੀ ਸੀ ਤਾਰਾ ਵਾਲੀ ਛੜੀ ਸੀ ਜੀ ਤਾਰਾ ਮਸ਼ਹੂਰ ਆ ਜ਼ਿਆਦਾ ਸਭ ਨੂੰ ਪਤਾ ਜੀ 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 ਇੱਕ ਆ ਤੁਸੀਂ ਹੋਰ ਸ਼ਾਹ ਅੱਖਾਂ ਕੀ ਆਪਾਂ ਪਹਿਲਾਂ ਦੇਖ ਲਿਆ ਸੀ ਇਹ ਦੇਖ ਲਿਆ ਹਾਂਜੀ ਕਾ ਤੁਸੀਂ ਚਿੱਟੀਆਂ ਅੱਖਾਂ ਦਾ ਕਬੂਤਰ ਲਿਆਏ ਹੋ ਕੱਢ ਕੇ ਹਾਂਜੀ ਇਹ ਕਿਹੜੀ ਨਸਲ ਚੋਂ ਹੈ ਇਹ ਹਜ਼ਾਰ ਹੈ ਜੋ ਮਿਸ ਹੈ ਪੁਰਾਣੇ ਹੈ ਪੁਰਾਣੇ ਸਾਡੇ ਬਘਿਆੜਾਂ ਪਾਏ ਹੋਏ ਆ ਜੀ ਵੀ ਆਪਾਂ ਹਜ਼ਾਰਾਂ ਕਹਿੰਦੇ ਹਜ਼ਾਰਾਂ ਤਾਂ ਬਈ ਥੋੜ੍ਹੀ ਮਿਸ ਹੈ ਜੀ 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 ਥੋੜ੍ਹੀ ਚੀਜ਼ ਹੋ ਰਿਹਾ 50% ਜੀ ਪਰ ਇਹ ਉੱਡਦੇ ਬਹੁਤ ਪੁਰਾਣੇ ਚਿੱਟੀਆਂ ਅੱਖਾਂ ਦਾ ਪੁਰਾਣੇ ਕਬੂਤਰ ਆਪਣੇ ਹਾਂਜੀ ਜੀ ਇੱਕ ਉਸ ਤੋਂ ਬਾਅਦ ਤੁਸੀਂ ਇਹ ਲੈ ਕੇ ਜੋ ਬਾਲ ਜਿੱਤਿਆ ਸੀ ਉਹਦਾ ਰੱਤਾ ਇਹ ਪੁਰਾਣਾ ਹੈ ਇਹ ਪੁਰਾਣਾ ਜੀ ਆਪਣਾ ਮਿੱਡੂ ਮਾਨ ਵਾਲਾ ਭਾਗ ਸੋਹਣਾ ਜੋ ਨੂੰ ਆ ਰੰਗ ਮਿਲੇ ਭਾਗ ਸੋਹਣਾ ਜੋ ਇਹ ਭਾਗ ਬਾਬਾ ਜੀ ਕਿਲੇ ਵਾਲੇ ਉਹਨਾਂ ਦੇ ਕਬੂਤਰਾਂ ਚੋਂ ਆ ਜੀ ਹਾਂ ਆ ਦੇਖੋ ਜੀ ਆ ਰੰਗ ਆ ਸੀਗਾ ਜੀ ਆ ਨਹੀਂ ਵੱਡਾ ਇਹ ਆ ਬਾਬਾ ਜੀ ਆ ਦਿਖਾਓ ਇਹ ਜਿਹੜੀ ਮੇਰੇ ਹੱਥ ਦੇ ਵਿੱਚ ਦੋਨੇ ਕਬੂਤਰ ਫੜੇ ਹੋਏ ਇੱਕੋ ਨਸਲ ਹੈ ਜੀ ਹਾਂਜੀ ਬਾਪ ਬੇਟਾ ਬਾਪ ਬੇਟਾ ਦੇਖੋ ਜੀ ਇਹਦੇ ਕੀ ਖਾਸੀਅਤ ਹੈ ਜੀ ਇਹਨਾਂ ਚੋਂ ਬਘਿਆੜ ਕਹਿੰਦੇ ਨੰਗਲੇ ਬਘਿਆੜ ਇਹਨੂੰ ਬਘਿਆੜ ਕਿਹਾ ਜਾਂਦਾ ਮਿੱਡੂ ਮਾਨ ਵਾਲੇ ਜਿਹੜਾ ਜਿੱਤੇ ਬਾਦਲ ਜਿੱਤੇ ਇਹਦਾ ਬਾਪ ਜੀ ਬਾਦਲ ਖਿਆਲੀ ਵਾਲਾ ਜਿਹਨੇ ਪੁਰਾਣੀ ਬਾਜੀ ਜਿੱਤੀਆਂ ਬਾਜੀਆਂ ਰੋਡੇ ਨਾਲ ਇਹ ਸਾਰੇ ਇਹੀ ਜਿੱਤੇ ਇਹ ਲਾਣਾ ਇਹ ਇਹੋ ਜਿਹੇ ਵੀ ਕੱਟ ਲੈਂਦੇ ਨਾਲ ਇਹਨਾਂ ਚੋਂ ਨਿਕਲਦੇ ਇਹ ਵੀ ਇਹਨਾਂ ਚੋਂ ਹੈ ਜਿਹਨੇ ਗੁਮਟੀ ਜਿੱਤੀ ਮਤਲਬ ਇਹ ਲਾਲ ਸਰੇ ਬਣ ਜਾਂਦੇ ਆ ਸਭ ਤੋਂ ਵੱਡੀ ਬਾਜੀ ਵੀ ਨਿਕਲਦੇ ਆ ਨਾਲ ਗੁਮਟੀ ਜਿੱਤੀ ਦਾੜੀ ਵਾਲੇ ਨੇ ਇੱਥੇ ਦਾੜੀ ਰਹਿੰਦੀ ਹੈ ਆਪਾਂ ਦੁਬਾਰਾ ਦਿਖਾਵਾਂਗੇ ਜੀ ਪਹਿਲਾਂ ਦਿਖਾਓ ਜੀ ਬਘਿਆੜ ਜੋ ਕਿ ਇਹਨਾਂ ਦੇ ਕਬੂਤਰ ਮਸ਼ਹੂਰ ਹੋਏ ਆ ਨਿੰਗ ਦੇ ਬਘਿਆੜ ਬਘਿਆੜ ਨਾਂ ਇਹਨਾਂ ਦਾ ਕਿਵੇਂ ਪਿਆ ਜੀ ਜਿਹੜਾ ਬਘਿਆੜ ਨਾਮ ਹੈ ਜਿਆਦਾ ਗਰਮੀ ਜਿਆਦਾ ਗਰਮੀ ਚ ਜਿਆਦਾ ਜਿੱਤਣ ਕਰਕੇ ਜਦੋਂ ਘੰਟੇ ਵਿੱਚ ਪਾਈ ਜਦੋਂ ਜੀ ਰਿਕਾਰਡ ਬਣਾਇਆ ਬਾਜੀ 2:30 ਵਜੇ ਮੁੱਕਿਆ ਨਹੀਂ ਤੇ 5 ਵਜੇ ਬੈਠਣਾ ਤਾਂ ਲੋਕ ਕਹਿੰਦੇ ਗਰਮੀ ਚ ਵੀ ਡਰਦੇ ਤਾਂ ਬਘਿਆੜ ਨੇ ਲੋਕਾਂ ਨੇ ਨਾਂ ਬਘਿਆੜ ਰੱਖਿਆ ਲੋਕਾਂ ਨੇ ਬਘਿਆੜ ਦਾ ਨਾਮ ਬਘਿਆੜ ਰੱਖਿਆ ਜੀ ਇਹਨਾਂ ਦਾ ਠੀਕ ਆ ਜੀ ਬਹੁਤ ਹੀ ਖੂਬਸੂਰਤ ਕਲਰ ਹੈ ਤੇ ਇਸ ਤੋਂ ਅੱਗੇ ਤੁਸੀਂ ਹੋਰ ਇੱਕ ਆ ਮੋਜੇ ਨੇ ਮੇਰੇ ਜੀ
ਆ ਸ਼ਰੀਫ ਪਾਕਿਸਤਾਨ ਚ ਵਗ ਗਿਆ ਜਿਹੜੇ ਉਹ ਉਹਨਾਂ ਚ ਚਿੱਟੀਆਂ ਵੀ ਕੱਢ ਲੈਂਦੇ ਨੇ ਕਾਲਖੇ ਮੋਜ ਕਾਲਖੇ ਵੀ ਹੁੰਦੇ ਨੇ ਇਹ ਮੌਜ ਵੀ ਇਹਨਾਂ ਦੇ ਪੈਰ ਬੜੀ ਜੀ ਮਤਲਬ ਇਹ ਟੀਰੇ ਵੀ ਨਿਕਲਦੇ ਆ ਦੋਨੇ ਹਾਂ ਹੋ ਜਾਂਦੇ ਇਹ ਸ਼ਰੀਫ ਵਾਲੇ ਕਬੂਤਰ ਹੈ ਜੀ ਜੋ ਵੰਡ ਵੇਲੇ ਦੱਸ ਰਹੇ ਆ ਕਿ ਪਾਕਿਸਤਾਨ ਚਲੇ ਗਏ ਸੀ ਜਨਤੇ ਕੋਲ ਤੇ ਜੰਟਾ ਬਰਗਾੜੀ ਵਾਲੇ ਕੋਲ ਕਬੂਤਰ ਜ਼ਿਆਦਾ ਸੀ ਆ ਥੋੜ੍ਹੇ ਜਿਹੇ ਇਹਦੇ ਛਿੰਬ ਵੀ ਆਇਆ ਜੀ ਉੱਤੇ ਲਾਲ ਲਾਲ ਚੀਨੇ ਵੀ ਨਿਕਲਦੇ ਜੀ ਇਹ ਜੀ ਜੀ ਲਓ ਜੀ ਇਹ ਬਘਿਆੜ ਆ ਜਿਹੜੇ ਕਾਲਾ ਚੀਨਾ ਵੀ ਕੱਢਦੇ ਆ ਜੀ ਕਾਲ ਕੰਤੇ ਇਹ ਸ਼ੁਰੂ ਚ ਜ਼ਿਆਦਾ ਬਲੈਕ ਹੁੰਦੇ ਆ ਜ਼ਿਆਦਾ ਕਾਲੇ ਹੁੰਦੇ ਬਾਅਦ ਚ ਝਾੜ ਕੇ ਕਾਲੇ ਚੀਨੇ ਹੁੰਦੇ ਕਾਲੇ ਚੀਨੇ ਬਣ ਜਾਂਦੇ ਲਾਲ ਪੂਰੇ ਜੀ 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 ਇਹਨਾਂ ਜ਼ਿਆਦਾ ਨਾ ਨਾਮ ਤੇ ਇਹ ਗਾਈ ਦਾ ਰਹਿੰਦੇ ਇਹ ਵੀ ਉਹਨਾਂ ਇਹ ਵੀ ਉਹਨਾਂ ਇਹ ਬਗੜਾ ਚੋ ਇਹਨੇ ਦਾੜੀ ਰਹਿੰਦੀ ਬਸ ਦਾੜੀ ਵਾਲਾ ਕਹਿੰਦੇ ਜਦੋਂ ਅਸੀਂ ਦਾੜੀ ਵਾਲਾ ਕੰਪਟੀ ਦਾ ਦੋ ਵਾਰ ਜਿੱਤਿਆ ਸੀਗਾ ਜੀ 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 ਵੱਡੀ ਬਾਜੀ ਰਿਕਾਰਡ ਜੀ ਕੱਲਾ ਤੋਂ ਕਨਵੇਂ ਜਿੱਤੇ ਸੀ 90-91 ਚ ਇਹ ਗੁਮਟੀ ਬਾਜੀ ਗੁਮਟੀ ਕਰਾ ਗੁਮਟੀ ਕਰਾ ਵੱਡੀ ਸਭ ਤੋਂ ਵੱਡੀ ਮਸ਼ਹੂਰ ਬਾਜੀ ਸੀ ਉਹ ਜੀ 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 ਤੋ ਕੱਲਾ ਜਿੱਤਿਆ ਸੀ ਬਿੱਥ ਵਾਗੇ ਗਿੰਨੇ ਗਿੰਨੇ ਕਹਿ ਦਿੱਤਾ ਸੀ ਵੀ ਸਾਰੇ ਗੱਡੀਆਂ ਵਾਲੇ ਵਗ ਜਾਓ ਜੀ 11 ਵਜੇ ਕਹਿ ਦੇ ਰੋਟੀ ਖਾ ਕੇ ਵੀ ਮੀਕੀ ਰੋਟੀ ਖਾ ਲਈ ਤੇ ਜਾਓ ਜੇ ਮੈਂ ਦਾੜੀ ਵਾਲਾ ਛੱਡਿਆ ਦਾੜੀ ਵਾਲੇ ਵਗ ਜੇ ਮੇਰਾ ਅੱਜ ਹਰ ਗਿਆ ਤਾਂ ਮੈਂ ਮੁੜ ਕੇ ਬਾਜੀ ਨਹੀਂ ਛੱਡੂੰਗਾ ਉਦੋਂ ਕਿਹੜੇ ਕਿਹੜੇ ਖਿਡਾਰੀ ਸੀ ਜਦੋਂ ਤੁਸੀਂ ਇਹ ਗੱਲ ਕਹੀ ਸੀ ਮੀਕੀ ਵੀ ਸੀ ਬੰਸਾ ਮੀਕੀ ਨੂੰ ਕਹਿ ਰਿਹਾ ਨੂੰ ਕਾਕਾ ਰੋਟੀ ਖਾਇਆ ਹਾਂਜੀ 11 ਜਗਵਿੰਦਰ ਵੀਰ ਕੋਟ ਕਹਿੰਦਾ ਹਾਂ ਜੀ ਫਿਰ ਮੈਂ ਕਿਹਾ ਜਾਓ ਅੱਜ ਇੱਥੇ ਕੀ ਭਾਲਦੇ ਅੱਛਾ ਜੀ ਮੈਂ ਦਾੜੀ ਵਾਲਾ ਛੱਡਿਆ ਜੀ ਉਹਦਾ ਪੁੱਤ ਹੈ ਬਲਮ ਗੜੀਆਂ ਨਾਲ ਸਾਂਝੀ ਹੋਈ ਸੀ ਜੀ ਆਂਦਾਨੀ ਦਾ ਜੀ ਉਹ ਇਸ ਤਰ੍ਹਾਂ ਦੇ ਮੋਚ ਵਾਲਾ ਸੀ ਜੀ ਇਹ ਕਿਸੇ ਦੇ ਮੋਚ ਹੁੰਦੀ ਹੈ ਕਿਸੇ ਦੇ ਨਹੀਂ ਵੀ ਇੱਕ ਦੱਸ ਰਹੇ ਸੀ ਜਦੋਂ ਗੁਮਟੀ ਕਹਿੰਦੇ ਵੀ ਰੋਟੀ ਖਾ ਲਈ ਕਿ ਨਹੀਂ ਉਹ ਕੀ ਗੱਲ ਸੀ ਉਹ ਮੈਂ ਕਿਹਾ ਸੀ ਕਾਕਾ ਮਿੱਕੀ ਨੂੰ ਜੀ ਵੀ ਕਾਕਾ ਜੇ ਤੁਸੀਂ ਰੋਟੀ ਖਾ ਲਈ ਤਾਂ ਠੀਕ ਹੈ ਨਹੀਂ ਚੱਕੋ ਪਿੰਜਰੇ ਤੇ ਜਾਓ ਜੀ ਅੱਜ ਮੇਰਾ ਜੇ ਨਾ ਜਿੱਤਿਆ ਮੈਂ ਦਾੜੀ ਵਾਲਾ ਛੱਡਿਆ ਨਾ ਤੁਸੀਂ 20 ਮੁੰਡੇ ਹੋ 100 ਛਿੱਤਰ ਮਾਰਿਓ ਵੀਰੇ 5-5 ਛਿੱਤਰ ਸਾਰਿਆਂ ਦੇ ਜੀ ਮੈਨੂੰ ਮਨਜ਼ੂਰ ਹੈ ਹੋਰ ਕਿਹੜੇ ਕਿਹੜੇ ਖਿਡਾਰੀ ਸੀ ਉਹ ਉੱਥੇ ਬੰਸੇ ਉਹਦੇ ਸਾਰੇ ਹੀ ਸੀਗੇ ਉਹ ਲੁਧਿਆਣੇ ਤੋਂ ਲੈ ਕੇ ਲੱਲਾ ਗੁਮਟੀ ਬਾਜੀ ਮਸ਼ਹੂਰ ਸੀ ਪੁਰਾਣੀ ਗੁਮਟੀ ਦੀ ਬਹੁਤ ਮਸ਼ਹੂਰ ਬਾਜੀ ਕਬੂਤਰ ਸੀ ਜੀ ਉਹਦੇ ਫਿਰ ਤੁਹਾਡਾ ਜਿਹੜਾ ਇਹਨਾਂ ਦੇ ਦਾਦਾ ਸੀ ਜਾਂ ਪਿਓ ਸੀ ਕੱਲਾ ਜਿੱਤ ਗਿਆ ਭਾਈ ਸੀਗਾ ਭਾਈ ਸੀ ਕਬੂਤਰ ਦਾ ਭਾਈ ਕੱਲਾ ਜਿੱਤਿਆ ਜੀ ਤੇ ਨਾ ਸਾਂਝੀ ਕਰੀ ਸਾਂਝੀ ਕਰੀ ਸੀ ਬਲਮ ਗੜੀਆਂ ਨਾਲ ਪੁੰਨੂ ਦੇ ਭਾਣਜੇ ਜੀ ਉਹ ਕਬੂਤਰ ਮੇਰਾ ਆ ਮਗਰੋਂ ਕਾਰ ਵਾਲੇ ਚੱਕ ਕੇ ਭੱਜ ਗਏ ਆ ਮੈਂ ਤਾਂ ਵਿੱਚੋਂ ਰੁੱਖਾ ਬੋਲਦਾ ਬੇਈਮਾਨ ਮੇਰੇ ਬੰਦੇ ਹੁੰਦੇ ਆ ਜੀ ਕਬੂਤਰ ਚਕਾਤਾ ਇਹ ਛੱਡੀ ਤਾਰੇ ਵਾਲੇ ਜੀ ਤਾਰੇ ਦੱਸੋ ਆ ਤਾਰੇ ਵਾਲੇ ਛੱਡੀ ਦੀ ਜਿਹੜੀ ਦੁਸਰ ਚ ਵੀ ਇੱਕ ਕੱਲੀ ਰਹੀ ਸਾਰੇ ਪੰਜਾਬ ਨੂੰ ਹਰਾਇਆ ਪਿੰਦਾਲ ਦੀਆ ਉਹ ਇਹ ਆਪਦੇ ਚੇਲਾ ਤੋਂ ਵੀ ਆਸਾ ਪਾਸਾ ਕਰਕੇ ਰੱਖਦਾ ਮੈਂ ਵੀ ਮੰਗ ਲੈ ਦੀਆਂ ਵਾਲੇ ਪਿੰਦੇ ਦੇ ਪਿੰਡ ਜੀ ਓਕੇ ਆ ਜੀ ਹਾਂਜੀ ਇਹ ਤੁਸੀਂ ਕਿੱਥੇ ਛੱਡੀ ਸੀ ਤਾਰੇ ਵਾਲਾ ਚੜਿਕ ਮੋਗਾ ਇਹ ਕਿਹੜੇ ਚੁਰੇ ਗਈ ਜੀ ਇਹ ਬਘਿਆੜਾ ਚ ਬਘਿਆੜਾ ਚ ਜੋ ਕਾਲੇ ਕੱਢਦੇ ਨੇ ਜੀ 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 ਕੋਈ ਚੋ ਲਓ ਜੀ ਇਹ ਛੱਡੀ ਪੂਰੀ ਇਹ ਥੋੜੇ ਜੇ ਸਾਈਜ਼ ਚ ਬੜੇ ਘੱਟ ਹੈ ਛੋਟੇ ਇਹ ਗੁੱਟਕੂ ਹੁੰਦੇ ਨੇ ਇਹ ਸਾਰੇ ਗੁੱਟਰੂ ਹਾਂ ਛੋਟੇ ਹੁੰਦੇ ਨੇ ਕੱਦ ਛੋਟੇ ਥੋੜਾ ਇੱਕ ਗਿੱਠ ਹਾਂਜੀ ਵੈਸੇ ਮੇਰੀ ਗਿੱਠ ਬਹੁਤ ਛੋਟੀ ਆ ਇਹਨਾਂ ਨੇ ਚੱਕਰੀ ਮਾਰਨੀ ਉਸ ਤੋਂ ਵੀ ਛੋਟੀ ਹੈ ਲੰਬਾ ਨਹੀਂ ਉੱਡਣਾ ਇੱਕ ਖਾਸ ਕਰ ਦੱਸਦੇ ਤੁਸੀਂ ਜਦੋਂ ਵੀ ਆਪਾਂ ਛੱਤਰੀ ਮਾਰਾਂਗੇ ਛੱਤਰੀ ਹਲਾਉਨੇ ਆ ਆ ਕੇ ਬੈਠ ਜਾਂਦੇ ਆ ਬਹੁਤ ਵਧੀਆ ਜੀ ਇਸ ਚੀਜ਼ ਦਾ ਆ ਸਾਈਜ਼ ਦੇਖ ਲਓ ਇੱਕ ਬੜਾ ਹੀ ਲੰਮਾ ਕਬੂਤਰ ਲੈ ਕੇ ਆਇਆ ਜੀ ਕਾਫੀ ਲੰਮਾ ਦੇਖੋ ਇੱਕ ਗਿੱਠ ਦਾ ਸੀ ਇਹ ਉਦੋਂ ਘੱਟੋ ਘੱਟ ਵੀ ਚਾਰ ਉਂਗਲਾਂ ਵੱਧ ਆ ਜੀ ਇਹ ਕਿਹੜਿਆਂ ਚੋਂ ਜੀ ਇਹ ਸ਼ਾਖੇ ਵੀ ਕਿਹੜੇ ਪਏ ਇਹ ਜਿਹੜੇ ਬਗਰਾੜੀ ਵਾਲੇ ਜੰਟਾ ਲਿਆ ਇਹ ਨੰਗੇ ਪੈਰ ਵੀ ਕੱਢ ਲੈਂਦੇ ਜੀ ਇਹ ਨੰਗੇ ਪੈਰ ਵੀ ਕੱਢ ਲੈਂਦੇ ਡੱਕੇ ਵੀ ਕੱਢ ਲੈਂਦੇ ਜੀ ਡੱਕੇ ਵਾਲੇ ਸ਼ਾਖੇ ਇਹ ਉਹ ਕਬੂਤਰ ਨੇ ਜੰਟੇ ਦੇ ਘਰੋਂ ਆਏ ਜੰਟੇ ਦੇ ਘਰੋਂ ਆਏ ਬਗਰਾੜੀ ਵਾਲੇ ਤੁਹਾਡਾ ਉਹਨਾਂ ਨਾਲ ਕੋਈ ਪਿਆਰ ਸੀ ਜਾਂ ਵੈਸੇ ਤੁਹਾਡਾ ਬਾਜੀ ਕਰਕੇ ਪਿਆਰ ਸੀ ਬਾਜੀਆਂ ਕਰਕੇ ਪਿਆਰ ਦੋਸਤ ਸੀ ਦੋਸਤ ਸੀ ਤੁਹਾਡਾ ਝੂਠ ਨੀ ਮਾਰਿਆ ਜਿੱਥੋਂ ਆਇਆ ਉੱਥੇ ਦੱਸੋ ਨਹੀਂ ਬਹੁਤ ਵਧੀਆ ਗੱਲ ਹੈ ਝੂਠ ਮਾਰਨਾ ਵੀ ਨਹੀਂ ਚਾਹੀਦਾ ਜ਼ਿੰਦਗੀ ਚ ਕਹੀ ਜਾਵੇ ਪਰ ਨਿਹੰਗ ਝੂਠ ਨੀ ਮਾਰਦਾ ਵਾਰੀ ਵਾਰੀ ਹੀ ਕਹਿੰਦੇ ਆ ਫਿਰ ਨਿਹੰਗ ਬਣਨ ਦਾ ਕੀ ਫਾਇਦਾ ਇਹ ਮੈਂ ਤਾਂ ਕੀ ਕਰਦੇ ਪੁੱਤਰ ਵੀ ਜਿਹੜੀ ਗੱਲੋਂ ਮਾੜਾ ਜਿਹਾ ਝੂਠਤਾ ਮਾਰਦਾ ਨੀ ਪਤਾ ਲੋਕ ਪੁੱਛੀ ਜਾਣਗੇ ਪੁੱਛੀ ਜਾਣਗੇ ਫਿਰ ਆਹੀ ਮੰਗ ਲੈਂਦੇ ਨੇ ਫਿਰ ਦੱਸ ਕੀ ਕਰੇਗਾ ਇੱਕ ਪਿੱਛੇ ਜੇ ਗੱਲ ਤੁਹਾਡੇ ਖੁੱਡਿਆਂ ਤੇ ਵੀ ਕਿਸੇ ਬੰਦੇ ਨੇ ਮਜ਼ਾਕ ਕੀਤਾ ਖੁੱਡੇ ਵੀਡੀਓ ਪਾਈ ਸੀ ਕਿਸੇ ਨੇ ਦੇਖਿਆ ਅੱਜ ਅਸੀਂ ਹੈ ਕਿ ਇੱਕ ਮੂਰੀ ਜਾਲਾ ਜਿਹਾ ਜ਼ਰੂਰ ਲਾਇਆ ਅੰਦਰ ਖੁੱਡੇ ਬਹੁਤ ਹੀ ਖੂਬਸੂਰਤ ਆ ਜੀ ਇਹਨਾਂ ਦੇ ਇਹ ਵੀ ਕਾਰਨ ਦੱਸੋ ਨਾ ਜੀ ਖੁੱਡੇ ਵਧੀਆ ਕਿਉਂ ਨਹੀਂ ਬਣਾਏ ਇਹਦਾ ਕਾਰਨਾਮਾ ਮੈਂ ਸਾਡੇ ਕੋਲ 2.5 ਏਕੜ ਜ਼ਮੀਨ ਹੈ ਜੀ ਸ਼ੌਂਕ ਪੂਰਾ ਕੀਤਾ ਹੈ ਅਸੀਂ ਕੋਠੀ ਪਕੜਾ ਲੋਨ ਥੋੜੀ ਜੀ ਕੋਠੀ ਦੀ ਝਲਕ ਵਿਖਾਓ ਜੀ ਬਾਬਾ ਜੀ ਦੀ ਨਾਲ ਨਿੰਗ ਦੀ ਬਹੁਤ ਵਧੀਆ ਇੱਧਰ ਆ ਜਾਓ ਥੋੜਾ ਜਿਹਾ ਖੂਬਸੂਰਤ ਜਿਹੜੀ
ਇਹਨਾਂ ਨੇ ਬੜੇ ਵਧੀਆ ਅੰਦਰ ਬਾਥਰੂਮ ਅਤੇ ਕਿਚਨ ਬੈਡਰੂਮ ਬਹੁਤ ਵਧੀਆ ਬਣਾਏ ਹੋਏ ਆ ਘਰ ਦੇ ਵਿੱਚ ਪੂਰਾ ਵਧੀਆ ਪੱਥਰ ਵੀ ਲਾਇਆ ਹੋਇਆ ਜੀ ਆਹ ਕੋਠੀ ਇਹਨਾਂ ਦੀ ਹੈ ਅਤੇ ਜਿਹੜੀਆਂ ਆਮ ਅਸੀਂ ਦੇਖਿਆ ਗਰਿੱਲਾਂ ਪੌੜੀਆਂ ਨੂੰ ਗਰਿੱਲਾਂ ਵੀ ਸਟੀਲ ਦੀਆਂ ਦੇਖੋ ਜੀ ਅੱਗੇ ਉੱਪਰ ਪੂਰੀਆਂ ਗਰਿੱਲਾਂ ਵੀ ਸਟੀਲ ਦੀਆਂ ਲੱਗੀਆਂ ਹੋਈਆਂ ਜੀ ਬਹੁਤ ਵਧੀਆ ਜੀ ਗੱਦੇ ਲਾਏ ਅਤੇ ਇੱਧਰ ਤੁਸੀਂ ਪਸ਼ੂ ਇੰਨਾ ਪਿਆਰ ਦੇਖੋ ਜੀ ਜੋ ਘਰ ਦੇ ਵਿੱਚ ਮੱਝਾਂ ਰੱਖੀਆਂ ਗਈਆਂ ਉਹਨਾਂ ਲਈ ਵੀ ਇੱਕ ਗੱਦੇ ਪਹਿਲੀ ਵਾਰ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਕਿਸੇ ਦੇ ਪਸ਼ੂਆਂ ਦੇ ਥੱਲੇ ਗੱਦੇ ਦੇਖਿਆ ਬਹੁਤ ਪਿਆਰ ਕਰਦੇ ਜੀ ਜਾਨਵਰਾਂ ਨੂੰ ਅਤੇ ਅੱਜ ਪਹਿਲੀ ਵਾਰੀ ਅਸੀਂ ਜੋ ਦੇਖ ਰਹੇ ਹਾਂ ਪਸ਼ੂਆਂ ਨੂੰ ਗੱਦੇ ਲੱਗੇ ਹੋਏ ਆ ਜੀ ਸ਼ਾਮ ਦੇ 6 ਵੱਜ ਚੁੱਕੇ ਆ ਸਵੇਰ ਦੇ 10 ਰਹੇ ਆ ਕਬੂਤਰ ਉੱਡੀ ਜਾਂਦੇ ਆ ਤੇ ਛਤਰੀ ਤੇ ਲਾਈ ਜਾਂਦੇ ਆ ਕਬੂਤਰ ਹਲੇ ਵਿੱਚੋਂ 2 ਉੱਡੀ ਜਾਂਦੇ ਆ ਅਸੀਂ ਵੀ ਜਾਣਾ ਤੇ ਆਹ ਦੇਖ ਸਕਦੇ ਹੋ ਤੁਸੀਂ ਕਬੂਤਰ ਉੱਪਰ ਹਲੇ ਬਾਬਾ ਜੀ ਦੇ ਉੱਡੀ ਜਾਂਦੇ ਆ ਘਰੇ 12 ਘੰਟੇ ਆਪਣਾ ਬਾਈ ਜੀ ਪੇਜ ਫੇਸਬੁੱਕ ਤੇ ਭੁਪਿੰਦਰ ਹੇਰ ਦੇ ਨਾਲ ਵੀਡੀਓ ਆਊਗੀ ਆਪਣੀ ਉਹ ਆਊਗੀ ਯੂਟਿਊਬ ਤੇ ਗੂਗਲ ਤੇ ਸਰਚ ਮਾਰ ਆਓ ਜੀ ਬਣਾਓ ਕੈਮਰਾ ਮੈਨ ਜੀ ਆਹ ਕਬੂਤਰ ਪਿਛਲੇ ਸਾਲ 5 ਬਾਜੀਆਂ ਛੱਡਿਆ 3 ਜਿੱਤਿਆ 2 ਹਰਿਆ ਦੱਸੇ ਬਾਬਾ ਜੀ ਕਿਹੜੀ ਕਿਹੜੀ ਨਸਲ ਹੈ ਇਹ ਨਸਲ ਹੁਣ ਇੱਕ ਜਮਾਂ ਕੋਈ ਨਹੀਂ ਹੈਗੀ ਇਹ ਮੇਰੇ ਸਾਥ ਝੂਠ ਬੋਲਦਾ ਇਹ ਆਪ 'ਚ ਮਿੱਸੇ ਕਢਾਤੇ ਇਹ ਅਸਲ ਮੇਰੇ ਤੋਤੇ ਵੱਜਦੇ ਜਿਹੜੇ ਜਾਂ ਬਗਰਾੜੀ ਵਾਲੇ ਕਾਲ ਕੇ ਆਪ 'ਚ ਮਿਲਾਤੇ ਮੈਂ ਛੋਟੇ ਬੱਚੇ ਇੱਕ ਵੀਡੀਓ ਬਣਾ ਦੀ ਵੀ ਬਸ ਇਹ ਆਪਾਂ ਪੇਜ ਤੇ ਪਾਵਾਂਗੇ ਕਿਉਂਕਿ ਅੱਜ ਤਾਂ ਆਪਾਂ ਲਾਈਵ ਹੋ ਗਏ ਸੀਗੇ ਇਹਨੂੰ 2-4 ਦਿਨ ਬਾਅਦ ਪਾਵਾਂਗੇ ਇਹਦੀ ਜਾਣਕਾਰੀ ਮੈਨੂੰ ਤਾਂ ਆਉਣੀ ਪਈ ਇਹ ਮੈਂ ਆਪ ਬਣਾਇਆ ਚੱਕ ਕੇ ਬਣਾ ਪੈਸੇ ਜ਼ਰੂਰੀ ਨਹੀਂ ਖਰਾਬ ਕਰਦੇ ਮੇਰੀ ਉਮਰ ਛੋਟੀ ਰਹਿ ਗਈ ਇਹ ਤਾਂ ਬੜੇ ਪੈਸੇ ਲਾ ਕੇ ਜਿਹੜੇ ਇੰਟਰਵਿਊ ਦਿੰਦੇ ਸੀ ਉਹਨਾਂ ਨੂੰ ਮੈਂ ਕਿਹਾ ਮੇਰੇ ਨਾਲ ਮਾੜੀ ਜੀ ਬਾਜੀ ਬੰਨੋ ਉਦਾਂ ਤਾਂ ਮੇਰਾ ਭੇਡਾ ਆ ਗਿਆ ਕਬੂਤਰ ਬਹਿ ਗਿਆ ਕਬੂਤਰ ਹੁਣ ਬੈਠ ਰਿਹਾ ਮੇਰੇ ਗੁੱਡੇ ਦਾ ਕੰਸਰਨ ਹੈ ਇਹ ਤਾਂ ਮੇਰਾ ਇੱਧਰ ਹੋ ਗਿਆ ਭੇਡਾ ਵਾਲਾ ਪਤਾ ਦਾਣੇ ਚੋਂ ਗੁੱਲ ਤੋਂ ਰੱਖਿਆ ਉਹ ਤਾਂ ਬੁੜੇ ਤੋਂ ਕਬੂਤਰ ਉੱਡ ਜਾਂਦੇ ਆ ਆਹ ਦਾਣੇ ਚੋਂ ਗੁੱਲ ਨੂੰ ਵੀਡੀਓ ਬਣਾਓ ਚਾਲੂ ਕਰਨੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਜਿਹਨਾਂ ਨੂੰ ਕਾਲਾ ਕੈਨੇਡਾ ਚੰਗਾ ਗਰੁੱਪ ਵੱਲੋਂ ਅੱਜ ਧਰਾਵੇ ਪਾਠੀ ਦੇ ਨਾਂ ਨਾਲ ਜਿੰਨੇ ਵੀ ਆਪਣੇ ਕਬੂਤਰਾਂ ਜੀ ਆ ਇਹਨਾਂ ਨੂੰ ਜਾਣਦੇ ਹਾਂ ਉਹ ਇਹਨਾਂ ਦੀ ਅੱਜ ਆਪਾਂ ਇੰਟਰਵਿਊ ਕਰਨਾ ਸੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਵੀਰ ਹੈ ਪਲੀਜ਼ ਵੀਡੀਓ ਨੂੰ ਕਰੋ
ਉਸ ਤੋਂ ਬਾਅਦ ਜਿਹੜਾ ਆਪਣਾ ਇਹਨਾਂ ਦੀ ਇੰਟਰਵਿਊ ਆ ਆਪਣੇ ਯੂਟਿਊਬ ਚੈਨਲ ਹੇਅਰ ਰਿਕਾਰਡ 'ਤੇ ਤੁਹਾਨੂੰ ਇੰਨਾ ਹੀ ਕਹਿਣਾ ਚਾਹਵਾਂਗੇ ਅਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਬਾ ਜੀ ਦੀ ਜਿਹੜੀ ਵੀਡੀਓ ਹੈ ਉਸ ਨੂੰ ਦੇਖ ਕੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਦਾ ਆਨੰਦ ਮਾਣੋ ਕਹਿਣਾ ਚਾਹੋਗੇ ਜੀ ਸਾਡਾ ਤਾਂ ਇਹੀ ਹੈ ਜੀ ਵੀ ਜਿਹੜਾ ਗੜਬੜ ਪੈਸੇ ਪਿੱਛੇ ਨਾ ਜਾਓ ਇਹ ਸਰੀਰ ਨੇ ਤਾਂ ਪਤਾ ਨਹੀਂ ਕਿੱਥੇ ਡਰ ਜਾਣਾ ਸ਼ੌਂਕ ਜਿਹੜਾ ਹੈ ਦੁਨੀਆਂ 'ਤੇ ਨਾ ਰਹੇ ਮੈਂ ਵਾਰੀ ਵਾਰੀ ਫੇਰ ਜਮਲਾ ਰਾਮੂ ਵਾਲੀਆਂ ਮਰੇ ਨਹੀਂ ਚੰਗੇ ਜਿਹੜੇ ਢਿੱਡ 'ਚ ਲਈ ਫਿਰਦੇ ਆ ਨਾ ਆਹ ਵੜ ਜੇ ਜਾਂ ਤਾਂ ਬਾਜੀ ਬਣ ਲਓ ਮੇਰੇ ਨਾਲ ਆਪਣੀ ਉਹ ਕਰੋ ਜੀ ਵੀਡੀਓ ਕੈਮਰਾ ਦੂਜਾ ਚਾਲੂ ਕਰੋ ਕਾਕਾ ਕੈਨੇਡਾ ਚੱਕੜਾ ਗਰੁੱਪ ਦੀ ਟੀਮ ਨੂੰ ਦਿਓ ਜੀ ਇਜਾਜ਼ਤ ਅੱਜ ਦੇ ਲਈ ਇੰਨਾ ਹੀ ਅਗਲੇ ਹੋਰ ਪ੍ਰੋਗਰਾਮ ਨੂੰ ਲੈ ਕੇ ਕਿਸੇ ਘਰ ਆਪਾਂ ਦਿਖਾਵਾਂਗੇ ਜੀ ਨਵੇਂ ਖਿਡਾਰੀ ਨਾਲ ਤੁਹਾਨੂੰ ਇੰਟਰਵਿਊ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਜਿਹੜਾ ਆ ਖੁੱਡਾ ਬਾਬਾ ਜੀ ਦਾ ਅਤੇ ਆ ਮੰਜਾ ਇੱਥੇ ਹੀ ਸੌਂਦੇ ਹੋ ਜੀ ਤੁਸੀਂ ਖੁੱਡੇ ਦੇ ਕੋਲ ਖੁੱਡੇ ਦੇ ਕੋਲ ਹੀ ਸੌਂਦੇ ਆ ਜੀ ਅਤੇ ਕਿਤੇ ਕੋਈ ਮੂੰਹ 'ਤੇ ਕੱਪੜਾ ਲੈ ਕੇ ਕਬੂਤਰ ਕੱਢਣ ਨਾ ਆ ਜਾਓ ਕਾਫੀ ਸੰਦ ਵੀ ਰੱਖੇ ਹੋਏ ਆ ਇਹਨਾਂ ਨੇ ਆਸੇ ਪਾਸੇ ਅਰਥ ਵੀ ਕਰੀ ਹੋਈ ਹੈ ਮੇਰਾ ਛੋਟਾ ਭਾਈ ਹੈ ਜੀ ਛੋਟਾ ਭਾਈ ਵੀ ਆ ਗਿਆ ਜੀ ਇਹਨਾਂ ਦਾ ਨਾਲ ਹਾਂਜੀ ਹਾਂਜੀ ਇੱਥੇ ਸਰਦੀ ਹੋਵੇ ਜਾਂ ਇੱਥੇ ਸੌਂਦੇ ਆ ਸਰਦੀ ਵਾਸਤੇ ਸਰਦੀ ਵਾਸਤੇ ਇੱਥੇ ਬਣਾਇਆ ਜੀ ਹਾਂਜੀ ਪੱਲੀਆਂ ਇਸੇ ਕਰਕੇ ਬਾਹਰ ਪਾ ਦੇ ਜੀ 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 ਚਲੋ ਬਹੁਤ ਵਧੀਆ ਜੀ ਹਾਂ ਚੋਰ ਫਿਰ ਐਵੇਂ ਹਟਦੇ ਨੀ ਜੀ 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 ਕਿਸੇ ਨੂੰ ਚੋਰ ਇੱਥੋਂ ਡਿੱਗ ਪਿਆ ਸੀ ਜੀ ਕਬੂਤਰ ਸੱਤ ਪਾਣੀ 'ਚ ਰਹਿ ਗਏ ਕੰਬਲ ਮੈਂ ਹੰਡਾਉਣਾ ਉਹਦਾ ਕੜਾ ਹੈ ਕਈ ਫੋਟੋਆਂ ਨੇ ਜੀ ਪਰਸ ਹੈ ਜੀ ਕੀ ਕਰੀਏ ਹੁਣ ਮਾੜੇ ਗਰੀਬਾਂ ਨੂੰ ਤਾਂ ਤਕੜੇ ਜੀ 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 ਇਹ ਮੰਤਰੀ ਸ਼ੰਤਰੀ ਕਢਾਉਂਦੇ ਆ ਕਬੂਤਰ ਸਮੇਂ ਕੀ ਕੱਢਦੇ ਜੀ ਕਬੂਤਰ ਆ ਵਿਕਦੇ ਵਿਕਦੇ ਆ ਜੀ ਉਹ ਕਬੂਤਰਾਂ ਪਿੱਛੇ ਨਾ ਸਮੈਕੀਆਂ ਨੂੰ ਕਹਿੰਦੇ ਉਹ ਜਾਨ ਗਵਾਓ ਕੰਜਰੋ ਕਬੂਤਰ ਤਾਂ ਮੰਗ ਮੈਂ ਜਿੰਨੇ ਮਰਜ਼ੀ ਲੈ ਜਾਓ ਮੈਂ ਦੇ ਦਿੰਦਾ ਪਰ ਇਹਨਾਂ ਨੂੰ ਬਦਾਮ ਪਾਓ ਦਾਣਿਆਂ ਨਾਲ ਨਹੀਂ ਉੱਡਦੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਮਾੜੀ ਕਰਨਾ ਵੀ ਕਿ ਮਾੜੀ ਤੋਂ ਕਰਾਉਣੇ ਸਾਰੀ ਜ਼ਿੰਦਗੀ ਨਸ਼ਾ ਨਹੀਂ ਕੀਤਾ ਮੈਂ ਨਸ਼ਿਆਂ ਬਾਰੇ ਵੀ ਕਹਿਣਾ ਮੇਰਾ ਵੀਰੋ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਨਸ਼ਾ ਸਰੀਰ ਘੁਣਾ ਜਿਹੜਾ ਲੱਕੜੀ ਨੂੰ ਖਾ ਜਾਂਦਾ ਜਰ ਗਾਡਰ ਨੂੰ ਖਾ ਜਾਂਦੀ ਹੈ ਤੇ ਮੈਂ 82 ਸਾਲ ਦਾ ਆਪ ਢਾਂਗਾ ਫੜ ਕੇ ਜੇ ਕਬੂਤਰ ਡਾਉਣਾ ਜਸਵੀਰ ਵੀ ਮੈਨੂੰ ਇੱਥੇ ਸ਼ਾਬਾਸ਼ ਦੇਈ ਹੁਣ ਤਾਂ ਮਰ ਗਿਆ ਕਹਿੰਦਾ ਯਾਰ ਮੈਂ ਹੈਰਾਨ ਆ ਵੀ ਤੂੰ ਢਾਂਗੇ ਫੜ ਕੇ ਜੇ ਆਪ ਡਾਈ ਜੇ ਬਹੁਤ ਵੱਡੀ ਉਮਰ ਹੁੰਦੀ ਹੈ 82 ਸਾਲ ਨਸ਼ਾ ਨਹੀਂ ਨਾ ਮੇਰੇ ਪੋਤੇ ਨੂੰ ਕੋਈ ਹੱਥ ਲਵਾ ਕੇ ਦਿਖਾਓ ਤਾਂ ਪੁੱਤਰੇ ਤਾਂ ਲਾਉਣੇ ਕੀ ਸੀ ਇਹਦਾ ਸੌਂਗਾ ਰੰਗਿਆ ਗਿਆ ਤਾਂ ਕਬੀਰ ਬਣ ਗਿਆ ਹੁਣ ਅੰਦਰ ਵੜ ਗਿਆ ਮੈਂ ਇਹਨੂੰ ਜਿਹੜੀ ਗੱਲ ਸਮਝਾਈ ਸੀ ਬਾਣੇ 'ਚ ਤਾਂ ਰਹਿ ਮੈਂ ਬਾਣਾ ਤਾਂ ਖੁਸ਼ ਹੈ ਗੁਰੂ ਦਸਵੇਂ ਪਾਤਸ਼ਾਹ ਨੇ ਦਿੱਤਾ ਨਾ ਮੁੜ ਕੇ ਧਰਤੀ ਦੀ ਕੰਢ 'ਤੇ ਦਸ਼ਮੇਸ਼ ਪਿਤਾ ਜੀ ਕੋਈ ਆਉਣਾ ਨਾ ਕੋਈ ਇਹੋ ਜਿਹਾ ਹੋਇਆ ਨਾ ਕੋਈ ਹੋਣਾ ਪਰ ਨਿੰਗਾਂ ਨੇ ਮਾੜੀ ਗੱਲ ਕਰੀ ਨੰਗ ਵੱਜਦੇ ਨਿੰਗ ਹੁਣ ਨਿੰਗਾਂ ਨੂੰ ਨੰਗ ਕਹਿਣ ਲੱਗ ਗਈ ਉਹਨਾਂ ਨੇ ਮਾੜੇ ਕੰਮ ਕਰਿਆ ਨਿੰਗਾਂ ਨੇ ਫੀਮ ਵੇਚਦੇ ਆ ਬਲੈਕ ਕਰਦੇ ਆ ਲੁੱਚੀ ਸਰਕਾਰ ਨਾਲ ਰਲ ਜਾਂਦੇ ਆ ਅਕਾਲ ਤਖ਼ਤ ਦਾ ਕਰਤੀ ਇਹਨਾਂ ਨੇ ਕਾਰ ਸੇਵਾ ਉਹ ਗੋਲੀਆਂ ਵੱਜੀਆਂ ਹੁਣ ਜ਼ਖਮ ਹੋਏ ਹੋਣ ਕਾਰ ਸੇਵਾ ਦੇ ਸਾਰਿਆਂ ਦਾ ਅਕਾਲ ਤਖ਼ਤ ਹਰੇਕ ਦਾ ਹੈ ਅਸੀਂ ਨਹੀਂ ਕਹਿੰਦੇ ਵੀ ਕਿਸੇ ਨਾਲ ਲੜੋ ਲੜਾਈ ਨਾ ਕਰੋ ਸੋ ਜੀ ਅੱਜ ਦੇ ਲਈ ਇੰਨਾ ਹੀ ਕਾਕਾ ਕੈਨੇਡਾ ਚੱਕੜਾ ਗਰੁੱਪ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਵੀ ਕਬੂਤਰ ਦੇ ਰਹਾ